ਗੁਰ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਲਕੰਦਨ ਅਮਰ ਦਾਸ ਗੁਰ ਹਿਰਦੈ ਧਿਆਵੋ ਗੁਰ ਹਿਰਦੈ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਗਨਨ ਬਿਗਨਨ ਕੇ ਨਾਸਕ ਹਰ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ ਸ੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਦਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਦਿਨ ਕਲਗੀ ਧਰ ਥਿਰੇ ਸਿੱਧਕੀ ਸਿੱਖ ਤੀਰਾ ਮੋਹਕਮ ਸਿੰਘ ਅਰ ਦਇਆ ਸਿੰਘ
ਹਿੰਮਤ ਸਿੰਘ ਧੀਰਾ ਇੱਕ ਦਿਨ ਕਲਗੀ ਧਰ ਥਿਰੇ ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਗਰੀਬ ਨਿਵਾਜ ਦਸਾਂ ਪਾਤਸ਼ਾਹੀਆਂ ਦੇ ਪਾਵਨ ਪਵਿੱਤਰ ਪ੍ਰਤੱਖ ਸਰੂਪ ਤਖ਼ਤ ਚਬਰ ਛਤਰ ਦੇ ਮਾਲਕ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਜੁੜ ਕਰਕੇ ਹੋਲੇ ਮਹੱਲੇ ਦੇ ਮਹਾਨ ਜੋੜ ਮੇਲਿਆਂ ਦੇ ਸਮਾਗਮਾਂ ਅੰਦਰ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਦਾ ਸਤਸੰਗਤ ਕਰਨ ਦਾ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲ ਕਰਨ ਦਾ ਸੋਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਆਪ ਜੀ ਨੇ ਸੋਦਰ ਸ੍ਰੀ ਰਹਿਰਾਜ ਸਾਹਿਬ ਜੀ ਦੇ ਪਾਠ ਸਰਵਣ ਕਰਨ ਤੋਂ ਉਪਰੰਤ ਦਮਦਮੀ ਟਕਸਾਲ ਦੇ ਹਜ਼ੂਰੀ ਰਾਗੀ ਜਥੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਦੇ ਜਥੇ ਤੋਂ ਗੁਰਬਾਣੀ ਦਾ ਬਹੁਤ ਹੀ ਰਸ ਭਿੰਨਾ ਕੀਰਤਨ ਸਰਵਣ ਕਰਕੇ ਆਨੰਦ ਮਾਣਿਆ ਹੈ। ਆਓ ਮਨ ਬਿਰਤੀ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਗੁਰ ਇਤਿਹਾਸ ਦੀ ਕਥਾ ਸਰਵਣ ਕਰੋ। ਅੱਜ ਬਹੁਤ ਹੀ ਸੁੰਦਰ ਪ੍ਰਸੰਗ ਪ੍ਰਾਰੰਭ ਹੋ ਰਹੇ ਹਨ ਔਰ ਸ਼ਹੀਦਾਂ ਦੇ ਬਾਬਤ ਬੜਾ ਜ਼ਿਕਰ ਆਪਾਂ ਸੁਣਦੇ ਵੀ ਹਾਂ। ਸ਼ਹੀਦਾਂ ਦੇ ਦਰਸ਼ਨ, ਸ਼ਹੀਦਾਂ ਦੇ ਅਸਥਾਨਾਂ 'ਤੇ ਜਾ ਕੇ ਹਾਜ਼ਰੀਆਂ ਵੀ ਭਰੀ ਦੀਆਂ ਹਨ, ਮਨ ਮੰਗੀਆਂ ਮੁਰਾਦਾਂ ਵੀ ਸ਼ਹੀਦਾਂ ਦੇ ਦਰ ਤੋਂ ਜਾਟਕ ਬਣ ਕੇ ਆਪਾਂ ਜਾ ਕੇ ਉਹਨਾਂ ਦੇ ਦਰ ਤੋਂ ਦਾਤਾਂ ਪ੍ਰਾਪਤ ਕਰਦੇ ਹਾਂ। ਪਰ ਸ਼ਹੀਦ ਕੌਣ ਹਨ, ਸ਼ਹੀਦਾਂ ਦੀ ਸਮਰੱਥਾ ਕਿੰਨੀ ਕੁ ਹੈ ਔਰ ਸ਼ਹੀਦ ਕਰਦੇ ਕੀ ਹਨ, ਇਸ ਬਾਰੇ ਸਾਨੂੰ ਕੋਈ ਗਿਆਨ ਨਹੀਂ। ਇਸ ਦਾ ਗਿਆਨ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਆਪਾਂ ਨੂੰ ਕਰਾ ਰਹੇ ਹਨ। ਸ੍ਰੀ ਅਨੰਦਪੁਰ ਸਾਹਿਬ ਵਿਖੇ ਹਜ਼ੂਰ ਦੀਵਾਨ ਵਿੱਚ ਸਜੇ ਹੋਏ ਹੈ। ਸਤ ਸੰਗਤ ਜੀ, ਬਾਹਰ ਵੀ ਥੋੜ੍ਹਾ ਰੌਲਾ ਗੌਲਾ, ਮੇਰੇ ਕੰਨਾਂ ਤੱਕ ਆਵਾਜ਼ ਆ ਰਹੀ ਹੈ। ਦੀਵਾਨ ਵਿੱਚ ਵੀ ਥੋੜ੍ਹੀ ਹਿਲਚੁਲ। ਇਸ ਤਰ੍ਹਾਂ ਜੇ ਤੁਹਾਡਾ ਧਿਆਨ ਪੂਰਾ ਇਕਾਗਰ ਨਹੀਂ ਹੋਏਗਾ, ਪੂਰੀ ਪੂਰੀ ਕਥਾ ਦਾ ਤੁਸੀਂ ਆਨੰਦ ਨਹੀਂ ਮਾਣ ਸਕੋਗੇ। ਬੜੀ ਸ਼ਾਂਤੀ ਨਾਲ, ਇਕਾਗਰ ਨਾਲ ਇੱਕ ਇੱਕ ਅੱਖਰ ਦੀ ਕਥਾ ਬੜੇ ਧਿਆਨ ਪੂਰਵਕ ਸੁਣਨ ਵਾਲੀ ਹੈ। ਇਸ ਕਰਕੇ ਇਕਾਗਰ ਚਿੱਤ ਹੋ ਕੇ ਕਥਾ ਵਿੱਚ ਹਾਜ਼ਰੀ ਭਰੋ, ਕਿਉਂਕਿ ਇਕਾਗਰ ਚਿੱਤ ਕੀਤਿਆਂ ਤੋਂ ਬਿਨਾਂ ਪੂਰਾ ਪੂਰਾ ਸਤਸੰਗਤ ਦੇ ਵਿੱਚ ਆਪਾਂ ਜੀਵਨ ਵਿੱਚ ਆਨੰਦ ਨਹੀਂ ਪ੍ਰਾਪਤ ਕਰ ਸਕਦੇ, ਕੋਈ ਲਾਹਾ ਨਹੀਂ ਲੈ ਸਕਦੇ। ਇਸ ਲਈ ਪੂਰੀ ਮਨ ਦੀ ਇਕਾਗਰਤਾ ਬਣਾਓ, ਸਾਵਧਾਨੀ ਨਾਲ
ਸਤਿਗੁਰਾਂ ਦੇ ਗੁਰ ਇਤਿਹਾਸ ਦੀ ਕਥਾ ਸਰਵਣ ਕਰੋ। ਸਿੰਘਾਂ ਨੂੰ ਬੇਨਤੀ ਹੈ ਕਿ ਬਾਹਰਲੇ ਪਾਸੇ ਸੰਗਤਾਂ ਨੂੰ ਸ਼ਾਂਤ ਕਰਾਓ ਤਾਂ ਕਿ ਅੰਦਰ ਕੋਈ ਆਵਾਜ਼ ਨਾ ਪਹੁੰਚੇ ਕਿਸੇ ਵੀ ਤਰ੍ਹਾਂ ਦੀ। ਦੀਵਾਨ ਵਿੱਚ ਬੈਠੀ ਸੰਗਤ ਦਾ ਧਿਆਨ ਨਾ ਪਿੱਛੇ ਜਾਵੇ। ਸੋ ਸਾਧ ਸੰਗਤ ਜੀ ਆਓ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਨੰਦਪੁਰ ਸਾਹਿਬ ਸੁਭਾਏਮਾਨ ਹਨ, ਦੀਵਾਨ ਸਜਿਆ ਹੋਇਆ ਹੈ, ਹਜ਼ੂਰ ਦੇ ਚਰਨਾਂ ਵਿੱਚ ਗੁਰਸਿੱਖ ਬੇਨਤੀ ਕਰ ਰਹੇ ਹਨ। ਆਪ ਸੰਗਤਾਂ ਬੜੇ ਪ੍ਰੇਮ ਨਾਲ ਗੁਰ ਇਤਿਹਾਸ ਦੀ ਕਥਾ ਸਰਵਣ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਦਿਨ ਕਲਗੀ ਧਰ ਥਿਰੇ ਸਿਦਕੀ ਸਿੱਖ ਤੀਰਾ। ਇੱਕ ਦਿਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਵਾਨ ਵਿੱਚ ਸਜੇ ਹੋਏ ਬੈਠੇ ਸਨ, ਬੜੇ ਸਿਦਕ ਨੂੰ ਕਮਾਉਣ ਵਾਲੇ, ਸਤਿਗੁਰਾਂ 'ਤੇ ਬੜਾ ਭਰੋਸਾ ਰੱਖਣ ਵਾਲੇ, ਸਤਿਗੁਰਾਂ ਦੇ ਉੱਤੇ ਜਿਨ੍ਹਾਂ ਦਾ ਅਟੁੱਟ ਵਿਸ਼ਵਾਸ ਹੈ, ਐਸੇ ਧੀਰ ਜਵਾਨ ਗੁਰੂ ਕੇ ਸਿੱਖ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਆ ਕੇ ਸਜੇ ਹੋਏ ਹਨ। ਜਿਹੜੇ ਭਾਈ ਬਾਹਰੋਂ ਸਿੱਧੇ ਹੀ ਆ ਕੇ ਦੀਵਾਨ ਵਿੱਚ ਬੈਠਦੇ, ਪਹਿਲਾਂ ਗੁਰੂ ਸਾਹਿਬ ਨੂੰ ਮੱਥਾ ਟੇਕਿਆ ਕਰੋ, ਫਿਰ ਆ ਕੇ ਬੈਠਿਆ ਕਰੋ। ਆ ਜਿਹੜੇ ਸਿੰਘ ਹੁਣ ਆਏ ਆ, ਇਹਨਾਂ ਨੇ ਮੱਥਾ ਨਹੀਂ ਮਹਾਰਾਜ ਸਾਹਿਬ ਨੂੰ ਟੇਕਿਆ। ਮੇਰੀ ਬੇਨਤੀ ਹੈ, ਮਰਿਆਦਾ ਨਹੀਂ ਹੈ, ਪਹਿਲਾਂ ਗੁਰੂ ਸਾਹਿਬ ਨੂੰ ਆ ਕੇ ਮੱਥਾ ਟੇਕੋ, ਫਿਰ ਦੀਵਾਨ ਵਿੱਚ ਬੈਠਿਆ ਕਰੋ। ਗੁਰੂ ਸਾਹਿਬ ਦੇ ਅਦਬ ਸਤਿਕਾਰ ਦਾ ਖਿਆਲ ਰੱਖੋ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਅੱਜ ਵੀ ਬੇਨਤੀ ਕਰ ਰਿਹਾ ਹਾਂ। ਕਈ ਵਾਰੀ ਜਥੇ ਦੇ ਸਿੰਘ ਵੀ ਢਲਿਆਈ ਕਰ ਜਾਂਦੇ ਆ, ਜਿੰਨੀ ਵਾਰੀ ਬਾਹਰ ਜਾਓ ਕੋਈ ਕੰਮ ਹੋਵੇ ਸਤਿਗੁਰੂ ਦੇ ਦਰਬਾਰ ਵਿੱਚ, ਉਨੀ ਵਾਰੀ ਆ ਕੇ ਮੱਥਾ ਟੇਕ ਕੇ ਫਿਰ ਸੰਗਤ ਵਿੱਚ ਬੈਠਣਾ ਚਾਹੀਦਾ। ਇਹ ਨਹੀਂ ਵੀ ਇੱਕ ਵਾਰੀ ਮੱਥਾ ਟੇਕ ਲਿਆ, ਬਾਹਰੋਂ ਗਏ, ਦੋ ਚਾਰ ਗੇੜੇ ਮਾਰੇ, ਮੁੜ ਕੇ ਮੱਥਾ ਟੇਕਣਾ ਮੁਨਾਸਬੀ ਨਹੀਂ ਸਮਝਣਾ, ਇਹ ਨਹੀਂ। ਜਿੰਨੀ ਵਾਰੀ ਵੀ ਦੀਵਾਨ ਵਿੱਚੋਂ ਬਾਹਰ ਜਾਓ ਕਿਸੇ ਕੰਮ ਵਾਸਤੇ, ਜੇ ਦੁਬਾਰਾ ਆਓ ਤਾਂ ਆਉਂਦਿਆਂ ਸਾਰ ਪਹਿਲਾਂ ਗੁਰੂ ਸਾਹਿਬ ਨੂੰ ਮੱਥਾ ਟੇਕੋ, ਫਿਰ ਦੀਵਾਨ ਵਿੱਚ ਬੈਠੋ। ਇਹ ਮਰਯਾਦਾ ਹੈ ਗੁਰੂ ਕੇ ਦੀਵਾਨ ਦੀ, ਧਿਆਨ ਰੱਖਣਾ ਚਾਹੀਦਾ ਹੈ। ਸੋ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਧੀਰ ਜਵਾਨ ਸਿੱਖ, ਸਿਦਕੀ ਸਿੱਖ, ਭਰੋਸੇ ਵਾਲੇ ਸਿੱਖ, ਭਾਵਨਾ ਵਾਲੇ ਸਿੱਖ ਸਜੇ ਹੋਏ ਹਨ। ਹੁਕਮ ਸਿੰਘ ਅਰ ਦਇਆ ਸਿੰਘ ਹਿੰਮਤ ਸਿੰਘ ਧੀਰਾ। ਪੰਜਾਂ ਪਿਆਰਿਆਂ ਵਿੱਚੋਂ ਭਾਈ ਮੋਹਕਮ ਸਿੰਘ ਜੀ, ਭਾਈ ਦਇਆ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਇਹ ਧੀਰ ਜਵਾਨ ਗੁਰੂ ਕੇ ਸਿੱਖ ਦੀਵਾਨ ਵਿੱਚ ਸਜੇ ਹੋਏ ਐ। ਇਤ ਆਦਿਕ ਕਰ ਜੋਰ ਕੈ ਅਸ ਗਿਰਾ ਬਖਾਨੀ। ਇਹਨਾਂ ਸਿੱਖਾਂ ਦੇ ਸਮੇਤ ਹੋਰ ਸਿੱਖਾਂ ਨੇ ਵੀ ਹੱਥ ਜੋੜ ਕੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ ਨਿਮਰਤਾ ਪੂਰਵਕ। ਸ਼੍ਰੀ ਪ੍ਰਭ ਹਮੈ ਬਤਾਈਐ ਜਿਸ ਤੇ ਅਨਸਾਨੀ। ਇਹ ਸਤਿਗੁਰੂ ਜੀ, ਅਸੀਂ ਇਸ ਗੱਲੋਂ ਅਣਜਾਣ ਹਾਂ, ਸਾਨੂੰ ਕੋਈ ਗਿਆਨ ਨਹੀਂ। ਅਸੀਂ ਜੋ ਬੇਨਤੀ ਕਰ ਰਹੇ ਹਾਂ ਉਸ ਦੀ ਸਾਨੂੰ ਸੋਝੀ ਦਿਓ, ਗਿਆਨ ਕਰਾਓ, ਸਾਨੂੰ ਸਮਤ ਬਖਸ਼ੋ। ਅਸੀਂ ਅਣਜਾਣ ਹਾਂ, ਸਾਨੂੰ ਇਸ ਗੱਲ ਦਾ ਗਿਆਨ ਨਹੀਂ ਹੈ। ਕਿਨ ਕੋ ਨਾਮ ਸ਼ਹੀਦ ਹੈ ਕਿਆ ਕਿਰਤ ਕਰਨ ਤੇ। ਮਹਾਰਾਜ ਜਿਨ੍ਹਾਂ ਨੂੰ ਸ਼ਹੀਦ ਸ਼ਹੀਦ ਕਹਿੰਦੇ ਆ, ਸਾਰੇ ਸਿੱਖ ਹੀ ਸ਼ਹੀਦਾਂ ਦਾ ਜ਼ਿਕਰ ਕਰਦੇ ਆ। ਧੰਨ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦਾਂ ਦਾ ਸਿਰਤਾਜ ਕਿਹਾ ਜਾਂਦਾ ਹੈ, ਗੁਰਸਿੱਖਾਂ ਨੂੰ ਸ਼ਹੀਦ ਦੀ ਪਦਵੀ ਦਿੱਤੀ ਜਾਂਦੀ ਹੈ। ਹੋਰ ਧਰਮਾਂ ਦੇ ਲੋਕ ਵੀ ਆਪੋ ਆਪਣੇ ਧਰਮ ਅਨੁਸਾਰ ਸ਼ਹੀਦਾਂ ਦਾ ਜ਼ਿਕਰ ਕਰਦੇ ਹੈ।
ਸੱਚੇ ਪਾਤਸ਼ਾਹ ਸਾਨੂੰ ਇਹ ਤਾਂ ਦੱਸੋ ਵੀ ਸ਼ਹੀਦ ਜਿਹੜੇ ਹੁੰਦੇ ਹੈ, ਸ਼ਹੀਦਾਂ ਦਾ ਨਾਮ ਕੀ ਹੁੰਦਾ, ਕਿਉਂ ਉਹਨਾਂ ਦਾ ਨਾਮ ਸ਼ਹੀਦ ਪੈਂਦਾ, ਭਾਵ ਜਿਹਨੂੰ ਸ਼ਹੀਦ ਕਿਹਾ ਜਾਂਦਾ ਹੈ, ਸ਼ਹੀਦ ਦਾ ਨਾਮ, ਸ਼ਹੀਦ ਦਾ ਲਕਬ, ਸ਼ਹੀਦ ਦੀ ਸੰਗਿਆ ਕਿਵੇਂ ਦਿੱਤੀ ਜਾਂਦੀ ਹੈ, ਸ਼ਹੀਦ ਕੌਣ ਹੁੰਦਾ ਹੈ, ਔਰ ਸ਼ਹੀਦ ਕਿਰਤ ਕੀ ਕਰਦੇ ਹੈ, ਕੰਮ ਕੀ ਕਰਦੇ ਹੈ, ਸ਼ਹੀਦਾਂ ਦੇ ਕਰਤੱਬ ਕੀ ਹਨ, ਕਿਆ ਕਿਰਤ ਕਰਨ ਤੇ ਕਿਰਤ ਕੀ ਕਰਦੇ ਹੈ, ਗਤਮ ਤੇਨ ਕੀ ਕੌਣ ਹੈ, ਕਿਆ ਸ਼ਕਤ ਧਰਨ ਤੇ ਇਹਨਾਂ ਦੀ ਚਾਲ ਔਰ ਇਹਨਾਂ ਦੀ ਮਿਤ ਮਰਯਾਦਾ, ਔਰ ਇਹ ਕਿੰਨੀ ਕੁ ਸ਼ਕਤੀ ਨੂੰ ਧਾਰਨ ਕਰਦੇ ਆ, ਕਿੰਨੀ ਕੁ ਸ਼ਕਤੀ ਦੇ ਮਾਲਕ ਹਨ, ਇਹਨਾਂ ਦੀ ਚਾਲ ਬੋਲ ਮਰਿਆਦਾ ਔਰ ਸ਼ਕਤੀ ਕਿੰਨੀ ਕੁ ਹੈ ਇਹਨਾਂ ਵਿੱਚ, ਕਿਸ ਥਲ ਬਾਸਾ ਹੈ ਕਿਤਕ ਪਦਵੀ ਇਨਕੇ, ਇੱਧਰ ਬਹਿ ਜਾਓ ਇੱਕ ਜਣਾ, ਇੱਕ ਜਣਾ ਉੱਧਰ ਬਹਿ ਜਾਓ। ਸੋ ਸਾਧ ਸੰਗਤ ਜੀ, ਉਸ ਵਕਤ ਕਿਸ ਥਲ ਬਾਸਾ ਹੈ ਕਿਤਕ, ਸ਼ਹੀਦਾਂ ਦਾ ਬਾਸ ਹੇ ਸਤਿਗੁਰੂ ਮਹਾਰਾਜ ਜੀ ਕਿੱਥੇ ਕੁ, ਮੈਂ ਇੱਥੇ ਬੈਠਣ ਨੂੰ ਨਹੀਂ ਕਿਹਾ, ਮੈਂ ਇੱਥੇ ਬੈਠਣ ਨੂੰ ਕਿਹਾ ਵੀ ਪਰਿਕਰਮਾ ਕਰਨ ਲੱਗਿਆਂ ਨੂੰ ਇਸ਼ਾਰਾ ਕਰਦਿਆ ਕਰੋ, ਕੈਮਰਿਆਂ ਦੇ ਉੱਤੋਂ ਦੀ ਚਲੇ ਜਾਇਆ ਕਰਨ, ਉੱਧਰੋਂ ਵੀ ਆਉਣ, ਉਹ ਵੀ ਇੱਧਰੋਂ ਗੱਲ ਨੂੰ ਸਮਝਿਆ ਕਰੋ। ਜਦੋਂ ਕੈਮਰਿਆਂ ਦੇ ਅੱਗੋਂ ਦੀ ਸੰਗਤ ਲੰਘਦੀ ਹੈ ਫਿਰ ਲਾਈਵ ਵਿੱਚ ਬੜਾ ਸੰਗਤ ਨੂੰ ਦਰਸ਼ਨ ਨਹੀਂ ਹੁੰਦੇ, ਵਿਘਨ ਪੈਂਦਾ। ਸੋ ਇਸ ਕਰਕੇ ਉਸ ਵਕਤ ਸਿੱਖਾਂ ਨੇ ਬੇਨਤੀ ਕੀਤੀ ਕਿ ਸਥਲ ਬਾਸਾ ਹੈ ਕਿਤਕ, ਹੇ ਮਹਾਰਾਜ ਸ਼ਹੀਦ ਕਿਹੜੀ ਥਾਂ 'ਤੇ ਰਹਿੰਦੇ ਹੈ, ਕਿੱਥੇ ਵੱਸਦੇ ਹੈ, ਕਿੱਥੇ ਉਹਨਾਂ ਦਾ ਨਿਵਾਸ ਹੈ, ਅਤੇ ਇਹਨਾਂ ਦੀ ਪਦਵੀ ਕਿੱਡੀ ਕੁ ਹੈ, ਔਰ ਇਹਨਾਂ ਦੀ ਗਿਣਤੀ ਕਿੰਨੀ ਕੁ ਹੈ ਸੱਚੇ ਪਾਤਸ਼ਾਹ। ਸਭ ਗਿਆਤਾ ਕੇ ਤੁਮ ਤਨੀ ਕਹੀਏ ਹਮ ਸੇਤੀ, ਹਰ ਤਰ੍ਹਾਂ ਦੇ ਸਮੇਂ ਦੀ, ਹਰ ਸੰਸਾਰ ਦੇ ਅੰਦਰ ਜੋ ਘਟਨਾ ਘਟ ਰਹੀ ਹੈ ਉਸ ਦਾ ਆਪ ਜੀ ਨੂੰ ਗਿਆਨ ਹੈ, ਆਪ ਜੀ ਤੋਂ ਲੁਕੀ ਛਿਪੀ ਨਹੀਂ, ਤੁਸੀਂ ਹਰ ਤਰ੍ਹਾਂ ਕਰਕੇ ਸੰਪੂਰਨ ਹੋ, ਧਨੀ ਦਾ ਅਰਥ ਹੁੰਦਾ ਮਾਲਕ ਹੋ, ਅਤੇ ਸਾਨੂੰ ਮਹਾਰਾਜ ਕਿਰਪਾ ਕਰਕੇ ਸੇਤੀ ਨਾਮ ਸਾਰਿਆਂ ਨੂੰ ਸ਼ਹੀਦਾਂ ਦੀ ਬਾਬਤ ਗਿਆਨ ਕਰਾਓ, ਦੱਸਣਾ ਕਰੋ। ਸੁਣ ਸਿੱਖਣ ਤੇ ਗੁਰ ਹੱਸੇ ਸ੍ਰੀ ਮੁਖ ਫੁਰਮਾਇਓ, ਸੁਣ ਕੇ ਸਤਿਗੁਰੂ ਜੀ ਬਹੁਤ ਆਪਣੇ ਮੁਖਾਰ ਬਿੰਦ ਤੋਂ ਹੱਸੇ, ਮੁਸਕਰਾਉਣਾ ਹੁੰਦਾ ਥੋੜ੍ਹਾ ਜਿਹਾ ਬੁੱਲਾਂ ਤੋਂ, ਚਿਹਰੇ ਦੀ ਹਰਕਤ ਤੋਂ ਮੁਸਕਰਾ ਦੇਣਾ, ਹਾਸਾ ਜਿਹੜਾ ਹੁੰਦਾ ਉੱਚੀ ਉੱਚੀ ਹੱਸਣਾ, ਸਤਿਗੁਰੂ ਜੀ ਥੋੜ੍ਹੇ ਜਿਹੇ ਆਪਣੀ ਮੌਜ ਵਿੱਚ ਆ ਕੇ ਦੀਵਾਨ ਵਿੱਚ ਹੱਸੇ, ਸਿੱਖਾਂ ਦੀ ਬੇਨਤੀ ਸੁਣ ਕੇ ਇਹਨਾਂ ਨੂੰ ਆਪਣੇ ਮੁਖਾਰ ਬਿੰਦ ਤੋਂ ਬਚਨ ਕੀਤਾ, ਫਰਮਾਇਆ ਗੁਪਤ ਹੋਤੀ ਬੂਜੀ ਤੁਮ ਹੋ ਕਹਿਬੋ ਬਨ ਆਇਓ, ਮਹਾਰਾਜ ਕਹਿੰਦੇ ਭਾਈ ਇਹ ਗੁਪਤ ਗੱਲ ਸੀ ਜਿਹੜੀ ਅੱਜ ਤੁਸੀਂ ਸਾਨੂੰ ਪੁੱਛੀ ਹੈ, ਅੱਜ ਤਾਂ ਕਿਸੇ ਸਿੱਖ ਨੇ ਸਾਡੇ ਅੱਗੇ ਬੇਨਤੀ ਨਹੀਂ ਕੀਤੀ, ਇਹ ਅਸੀਂ ਵੀ ਸੋਚਦੇ ਹਾਂ ਕਿ ਤੁਹਾਨੂੰ ਅੱਜ ਇਹ ਸਾਰੀ ਵਾਰਤਾ ਦੱਸੀਏ, ਸਮਝਾਈਏ, ਗਿਆਨ ਕਰਾਈਏ। ਸਤਿਗੁਰ ਸੰਗਤ ਆਪਣੀ ਸਭ ਰੱਖੇ ਹਜ਼ੂਰ, ਸਤਿਗੁਰੂ ਜਿਹੜੇ ਹੈ ਉਹ ਆਪੋ ਆਪਣੀ ਸੰਗਤ ਨੂੰ ਆਪਣੀ ਹਜ਼ੂਰੀ ਵਿੱਚ ਹਮੇਸ਼ਾ ਸਨਮਾਨ ਦੇ ਕੇ ਰੱਖਦੇ ਹੈ, ਸੰਗਤ ਦੀ ਭਾਵਨਾ ਪੂਰੀ ਕਰਦੇ ਹੈ, ਸੰਗਤ ਉੱਤੇ
ਗੁਰੂ ਮਹਾਰਾਜ ਬੇਅੰਤ ਬਖਸ਼ਿਸ਼ਾਂ ਕਰਕੇ ਨਵਾਜਦੇ ਹਨ। ਸੇਵਕ ਕੀ ਪਤ ਰੱਖਤੇ ਆਪੇ ਗੁਰਪੂਰੰ। ਆਖੋ ਭਾਈ ਵਾਹਿਗੁਰੂ, ਸੇਵਕਾਂ ਦੀ ਜਿਹੜੀ ਪਤ ਇੱਜ਼ਤ ਢਕਣੀ ਹੈ ਨਾ ਹਰ ਸਮੇਂ, ਇਹ ਗੁਰੂ ਹੀ ਸਿੱਖਾਂ ਦੀ ਪਤ ਢਕਦਾ। ਆਪਣੇ ਜਨ ਕੀ ਆਪੇ ਰੱਖੈ, ਆਪਣੇ ਜਨਾਂ ਦੀ ਆਪ ਹੀ ਪਤ ਨੂੰ ਰੱਖਦਾ ਢਕਦਾ ਪਤ ਇੱਜ਼ਤ। ਬੰਦੇ ਦੇ ਰੱਖਿਆ ਇੱਜ਼ਤ ਨਹੀਂ ਢਕੀ ਜਾਂਦੀ, ਗੁਰੂ ਇੱਜ਼ਤ ਰੱਖੇ ਤਾਂ ਰਹਿੰਦੀ ਹੈ। ਇਸ ਕਰਕੇ ਗੁਰੂ ਸਾਹਿਬ ਆਪਣੇ ਸੇਵਕਾਂ ਦੀ ਪਤ ਵੀ ਰੱਖਦੇ ਹੈ, ਰੱਖਿਆ ਵੀ ਕਰਦੇ ਹੈ, ਔਰ ਪੂਰੇ ਗੁਰੂ ਆਪਣੇ ਸਿੱਖਾਂ ਦੀ ਸਹਾਇਤਾ ਵੀ ਕਰਦੇ ਹਨ। ਸੁਣ ਭਾਈ ਕਲ ਕਾਲ ਇਹੋ ਵਰਤਿਓ ਵੱਡ ਘੋਰੇ। ਇਹ ਭਾਈ ਗੁਰਸਿੱਖੋ, ਕਲਯੁਗ ਦੇ ਸਮੇਂ ਵਿੱਚ ਇਹ ਬੜਾ ਭਿਆਨਕ ਸਮਾਂ ਵਰਤ ਰਿਹਾ ਹੈ ਦੁਨੀਆਂ ਦੇ ਅੰਦਰ, ਪਾਪਾਂ ਦਾ ਸਮਾਂ। ਪਾਪਾਂ ਵਿੱਚ ਲੋਕ ਬੜੇ ਪ੍ਰਵਿਰਤ ਹਨ। ਗੁਰ ਪਾਲੀ ਸਿੱਖ ਸਭਨ ਕੋ ਪਲਵਾਕ ਨ ਭੋਰੇ। ਇਸ ਕਰਕੇ ਕਲਯੁਗ ਦੇ ਭਿਆਨਕ ਸਮੇਂ ਵਿੱਚ ਗੁਰੂ ਸਾਹਿਬ ਜਿਹੜੇ ਆ ਉਹ ਸਿੱਖਾਂ ਦੀ ਪਾਲਣਾ ਕਰਦੇ ਆ, ਪਾਲੀ ਨਾਮ ਪਾਲਣਾ ਕਰਨ ਦਾ, ਜਿਵੇਂ ਮਾਤਾ ਪਿਤਾ ਬੱਚੇ ਦੀ ਪਾਲਣਾ ਕਰਦੇ ਆ। ਇਸ ਕਰਕੇ ਗੁਰੂ ਸਾਹਿਬ ਆਪਣੇ ਸਿੱਖਾਂ ਦੀ ਪਾਲਣਾ ਕਰਦੇ ਆ, ਔਰ ਇਸੇ ਤਰ੍ਹਾਂ ਥੋੜ੍ਹਾ ਜਿੰਨਾ ਵੀ ਸਿੱਖ ਨੂੰ ਮਹਾਰਾਜ ਭੁੱਲਣ ਨਹੀਂ ਦਿੰਦੇ, ਡੋਲਣ ਨਹੀਂ ਦਿੰਦੇ, ਉਸ ਭੁੱਲੇ ਭਟਕੇ ਸਿੱਖ ਨੂੰ ਸਿੱਧੇ ਰਾਹ 'ਤੇ ਪਾ ਕੇ ਉਸ ਦੀ ਗੁਰੂ ਸਾਹਿਬ ਸਹਾਇਤਾ ਕਰਦੇ ਹਨ। ਕਲਯੁਗ ਦੇ ਵਿੱਚ ਕਦਮ ਕਦਮ 'ਤੇ ਸਿੱਖ ਭੁੱਲਦਾ, ਗਲਤੀਆਂ ਗੁਨਾਹ ਕਰਦਾ, ਪਰ ਗੁਰੂ ਸਾਹਿਬ ਆਪਣੇ ਸਿੱਖ ਨੂੰ ਥਾਂ ਥਾਂ ਜਦੋਂ ਜਦੋਂ ਭੁੱਲ ਕੇ ਕੋਈ ਗੁਨਾਹ ਕਰਦਾ, ਗੁਰੂ ਸਾਹਿਬ ਉਸ ਨੂੰ ਸੁਚੇਤ ਕਰਦੇ ਆ ਕਿਸੇ ਨਾ ਕਿਸੇ ਰੂਪ ਵਿੱਚ। ਕਈ ਵਾਰੀ ਭੁੱਲ ਕੇ ਅਵੱਗਿਆ ਹੋ ਜਾਂਦੀ ਹੈ, ਮਹਾਰਾਜ ਫਿਰ ਉਸ ਅਵੱਗਿਆ ਦਾ ਅਹਿਸਾਸ ਕਰਾਉਣ ਲਈ ਕੋਈ ਦੁੱਖ ਤਕਲੀਫ ਵੀ ਦੇ ਦਿੰਦੇ ਆ। ਗੁਰੂ ਸਾਹਿਬ ਤਾਂ ਨਹੀਂ ਦਿੰਦੇ, ਸਿੱਖ ਦੇ ਮਾੜੇ ਕਰਮਾਂ ਕਰਕੇ ਉਹਨੂੰ ਕੋਈ ਕਸ਼ਟ ਆਉਂਦਾ, ਫਿਰ ਉਹਨੂੰ ਜਦੋਂ ਯਾਦ ਆਉਂਦਾ ਫਿਰ ਗੁਰੂ ਸਾਹਿਬ ਅੱਗੇ ਹੱਥ ਜੋੜ ਕੇ ਗੁਨਾਹ ਨੂੰ ਬਖਸ਼ਾਉਂਦਾ। ਜਾਂ ਕੋਈ ਸਿੱਖ ਭੁੱਲ ਗਿਆ, ਗੁਰੂ ਕੀ ਸੰਗਤ ਵਿੱਚੋਂ ਉਹਨੂੰ ਆ ਕੇ ਸੇਧ ਮਿਲ ਜਾਂਦੀ ਹੈ, ਕੋਈ ਨਾ ਕੋਈ ਗੁਰੂ ਸਾਹਿਬ ਕਾਰਨ ਬਣਾ ਹੀ ਦਿੰਦੇ ਹੈ ਭੁੱਲੇ ਭਟਕੇ ਸਿੱਖ ਨੂੰ ਰਾਹ ਪਾਉਣ ਵਾਸਤੇ। ਕੋਈ ਬਣ ਜਾਏ ਕਾਰਨ, ਕਿਸੇ ਵੀ ਤਰ੍ਹਾਂ ਦਾ ਬਣ ਜਾਏ। ਇਸ ਕਰਕੇ ਸੱਚੇ ਪਾਤਸ਼ਾਹ ਥੋੜ੍ਹਾ ਜਿੰਨਾ ਵੀ ਸਿੱਖ ਨੂੰ ਭਟਕਣ ਨਹੀਂ ਦਿੰਦੇ, ਭੁੱਲਣ ਨਹੀਂ ਦਿੰਦੇ। ਤਾੜਤ ਹੈ ਬਹੁ ਭਾਂਤ ਤੇ ਕਰ ਕਰ ਬਹੁ ਭੇਖਾ। ਇਸ ਕਰਕੇ ਗੁਰੂ ਸਾਹਿਬ ਭੇਖ ਨਾਮ ਹੁੰਦਾ ਰੂਪ ਦਾ, ਬਹੁਤ ਰੂਪ ਧਾਰ ਧਾਰ ਕੇ ਵੱਖ ਵੱਖ ਰੂਪਾਂ ਵਿੱਚ ਸਿੱਖ ਨੂੰ ਤਾੜਨਾ ਕਰਦੇ ਹੈ, ਕਿਸੇ ਵੀ ਰੂਪ ਵਿੱਚ ਕਰ ਦੇਣ। ਇਸ ਕਰਕੇ ਸਿੱਖ ਦੇ ਗੁਨਾਹ ਤੋਂ, ਅਵੱਗਿਆਵਾਂ ਤੋਂ, ਪਾਪਾਂ ਤੋਂ ਸਿੱਖ ਨੂੰ ਤਾੜਨਾ ਕਰਕੇ ਮਹਾਰਾਜ ਸਿੱਧੇ ਰਾਹ ਪਾਉਂਦੇ ਹਨ। ਕੋਈ ਨਾ ਕੋਈ ਕਾਰਨ ਬਣਾ ਹੀ ਦਿੰਦੇ ਆ। ਇੰਨਾ ਧਿਆਨ ਆਪਣੇ ਸਿੱਖਾਂ ਦਾ, ਆਪਣੀ ਸੰਗਤ ਦਾ ਗੁਰੂ ਸਾਹਿਬ ਰੱਖਦੇ ਹਨ। ਹੁਕਮ ਸਤ ਤਾ ਟਿਕਨ ਮਨ ਸਿੱਖਨ ਗੁਰ ਦੇਖਾ। ਮਹਾਰਾਜ ਸਿੱਖਾਂ ਵੱਲ ਦੇਖਦੇ ਆ ਕਿ ਸਾਡੇ ਹੁਕਮ ਨੂੰ ਕਿੰਨਾ ਕੁ ਸਤ ਕਰਕੇ ਮੰਨਦਾ, ਇਹ ਮਨ ਦੀ ਮੱਤ ਤਾਂ ਨਹੀਂ ਵਰਤਦਾ, ਮਨ ਦੇ ਅਨੁਸਾਰ ਤਾਂ ਨਹੀਂ ਗੁਰੂ ਦੇ ਹੁਕਮਾਂ ਤੋਂ ਉਲਟ ਚੱਲਦਾ, ਗੁਰੂ ਦੀ ਭੈ ਭਾਵਨਾ ਤੋਂ ਕਿਤੇ ਮਨ ਦੀ ਮੱਤ ਨੂੰ ਵਰਤ ਕੇ ਬੇਮੁਖ ਤਾਂ ਨਹੀਂ ਹੁੰਦਾ।
ਅੱਜ ਤਾਂ ਸਾਧ ਸੰਗਤ ਜੀ, ਸੰਗਤਾਂ ਦੀ ਤਾਂ ਗੱਲ ਹੀ ਛੱਡੋ, ਸਿੱਖਾਂ ਦੀ ਤਾਂ ਗੱਲ ਹੀ ਛੱਡੋ, ਇਹੋ ਜਿਹੇ ਮਨਮਤੀਏ ਬੇਮੁਖ ਪ੍ਰਚਾਰਕ ਪੈਦਾ ਹੋ ਗਏ ਹੈ ਜਿਹੜੇ ਸੰਗਤਾਂ ਨੂੰ ਸਾਧ ਸੰਗਤ ਜੀ ਗਲਤ ਰਸਤੇ 'ਤੇ ਤੋਰ ਰਹੇ ਹੈ। ਸੰਗਤਾਂ ਨੂੰ ਗੁਰੂ ਦੇ ਸਿਧਾਂਤਾਂ ਤੋਂ, ਵਿਸ਼ਵਾਸਾਂ ਤੋਂ, ਸ਼ਰਧਾ ਤੋਂ ਡੁਲਾ ਰਹੇ ਹੈ ਔਰ ਗੁਰੂ ਦੀਆਂ ਬਖਸ਼ਿਸ਼ਾਂ, ਗੁਰੂ ਦੇ ਪਰਉਪਕਾਰਾਂ 'ਤੇ, ਗੁਰੂ ਦੇ ਉਪਦੇਸ਼ਾਂ 'ਤੇ ਨੁਕਤਾਚੀਨੀ ਸ਼ੰਕੇ ਪੈਦਾ ਕਰਕੇ ਸਿੱਖਾਂ ਦੇ ਮਨ ਨੂੰ ਗੁਰੂ ਵੱਲੋਂ ਮੋੜ ਕੇ ਮਨਮੁੱਖ ਬਣਾ ਰਹੇ ਹੈ। ਪਰ ਸੱਚੇ ਪਾਤਸ਼ਾਹ ਕਹਿੰਦੇ ਮੈਂ ਦੇਖਣਾ ਕਿ ਸਿੱਖ ਮੇਰੇ ਹੁਕਮਾਂ 'ਤੇ ਕਿੰਨਾ ਕੁ ਟਿਕਦਾ, ਕਿੰਨਾ ਕੁ ਖਲੋਂਦਾ, ਕਿੰਨਾ ਕੁ ਮੇਰੇ ਬਚਨਾਂ ਨੂੰ ਸੱਤ ਕਰਕੇ ਮੰਨਦਾ। ਇਹ ਸਿੱਖਾਂ ਦੇ ਮਨ ਦਾ ਅਸੀਂ ਸਿਦਕ ਵੇਖਦੇ ਹਾਂ, ਪਰਖਦੇ ਹਾਂ ਕਿੰਨਾ ਕੁ ਸਾਡੇ ਬਚਨਾਂ ਨੂੰ ਮੰਨ ਕੇ ਆਪਣਾ ਸਿਰ ਝੁਕਾਉਂਦਾ, ਮਨ ਬਾਣੀ ਕਰਕੇ ਹੁਕਮਾਂ ਦੀ ਕਮਾਈ ਕਰਦਾ ਹੈ। ਜੋ ਸਾਬਤ ਹੈ ਸਿਦਕ ਮੈਂ ਅਰ ਰਣ ਮਹਿਸੂਰਾ। ਮਹਾਰਾਜ ਕਹਿੰਦੇ ਜਿਹਦਾ ਸਿਦਕ ਸਾਬਤ ਹੈ, ਜਿਹਦਾ ਭਰੋਸਾ ਨਹੀਂ ਕਦੇ ਗੁਰੂ ਤੋਂ ਡੋਲਦਾ, ਗੁਰੂ ਕੀ ਰਹਿਣੀ ਬਹਿਣੀ ਦੇ ਉੱਤੇ ਪੂਰਾ ਖਰਾ ਉੱਤਰਦਾ। ਸਿਦਕ ਦਾ ਅਰਥ ਹੁੰਦਾ ਖਰਾ ਉੱਤਰਨਾ, ਗੁਰੂ ਕੀ ਰਹਿਤ ਵਿੱਚ ਪੂਰਾ ਖਰਾ ਉੱਤਰਦਾ, ਗੁਰੂ 'ਤੇ ਭਰੋਸਾ ਪੂਰਾ ਰੱਖਦਾ ਔਰ ਰਣ ਭੂਮੀ ਵਿੱਚ ਸੂਰਮਿਆਂ ਦੀ ਤਰ੍ਹਾਂ, ਬਹਾਦਰਾਂ ਦੀ ਤਰ੍ਹਾਂ ਜ਼ਾਲਮਾਂ ਨਾਲ ਜੰਗ ਯੁੱਧ ਕਰਦਾ। ਜਿਹੜਾ ਐਸਾ ਸਿੱਖ ਹੈ ਇਸੇ ਤਰ੍ਹਾਂ ਸੰਸਾਰ ਰੂਪ ਰਣ ਭੂਮੀ ਦੇ ਵਿੱਚ ਸੂਰਮਿਆਂ ਦੀ ਤਰ੍ਹਾਂ ਗੁਰੂ 'ਤੇ ਭਰੋਸਾ ਰੱਖ ਕੇ ਗੁਰੂ ਦੇ ਹੁਕਮਾਂ ਦੇ ਉੱਤੇ ਅਡੋਲ ਚੱਲਦਾ ਹੋਇਆ ਤੁਰਿਆ ਹੀ ਰਹਿੰਦਾ, ਕਦੇ ਗੁਰੂ ਨੂੰ ਪਿੱਠ ਨਹੀਂ ਦਿਖਾਉਂਦਾ। ਦੋ ਤਰ੍ਹਾਂ ਦੀ ਪਿੱਠ ਹੈ, ਇੱਕ ਰਣ ਭੂਮੀ ਜੰਗ ਵਿੱਚੋਂ ਪਿੱਠ ਦਿਖਾ ਕੇ ਭੱਜ ਜਾਣਾ, ਕੈਰ ਬਣ ਜਾਣਾ, ਇੱਕ ਗੁਰੂ ਦੇ ਹੁਕਮਾਂ ਨੂੰ ਵੀ ਪਿੱਠ ਦੇ ਦੇਣੀ। ਜੰਗ ਪਏ ਤੋਂ ਕਦੇ ਪਿੱਠ ਨਹੀਂ ਦਿਖਾਉਂਦਾ, ਸੰਸਾਰ ਜੰਗ ਦੇ ਵਿੱਚ ਵੀ ਗੁਰੂ ਦੇ ਹੁਕਮਾਂ ਨੂੰ ਕਦੇ ਪਿੱਠ ਨਹੀਂ ਦਿੰਦਾ। ਭਾਵੇਂ ਕੁਛ ਹੋ ਜਾਏ, ਸੰਸਾਰ ਦੇ ਇੱਕ ਪਾਸੇ ਸੁੱਖ ਹਨ, ਸੁੱਖਾਂ ਵੱਲ ਦੇਖ ਕੇ ਗੁਰੂ ਦੇ ਹੁਕਮਾਂ ਨੂੰ ਪਿੱਠ ਨਹੀਂ ਕਦੇ ਵਾਸਤੇ ਦਿੰਦਾ, ਸੁੱਖਾਂ ਵਿੱਚ ਆ ਕੇ ਭਟਕ ਨਹੀਂ ਜਾਂਦਾ ਗੁਰੂ ਦੇ ਹੁਕਮਾਂ ਤੋਂ। ਇਸ ਕਰਕੇ ਐਸਾ ਜੋ ਸੂਰਾ ਭਾਵ ਸੂਰਮਾ ਬਹਾਦਰ ਪੂਰਾ ਬਲੀ ਹੈ, ਸੋ ਭੌਜਲ ਤੇ ਤਰ ਗਇਓ ਪਾਇਓ ਪਦ ਰੂਰਾ। ਉਹ ਭਾਈ ਸੰਸਾਰ ਭੌਜਲ ਤੋਂ ਤਰ ਜਾਂਦਾ ਤੇ ਉੱਤਮ ਤੇ ਸੁੰਦਰ ਪਦਵੀ ਗੁਰੂ ਦੇ ਚਰਨਾਂ ਵਿੱਚ ਉਹਨੂੰ ਥਾਂ ਪ੍ਰਾਪਤ ਹੁੰਦਾ ਹੈ। ਜਿਨ ਕੇ ਸਿਦਕ ਨਾ ਸਾਬਤੀ ਕਾਤ ਜੰਜਾਲੀ। ਕਹਿੰਦੇ ਜਿਹਨਾਂ ਦਾ ਸਿਦਕ ਨਹੀਂ ਪੂਰਾ, ਭਾਵ ਭਰੋਸਾ ਨਹੀਂ ਗੁਰੂ ਦੇ ਉੱਤੇ ਰੱਖਦੇ, ਡੋਲ ਜਾਂਦੇ ਹੈ ਔਰ ਕੰਮਾਂ ਧੰਦਿਆਂ ਦੇ ਵਿੱਚ ਫਸੇ ਹੋਏ ਹਨ, ਕੰਮਾਂ ਧੰਦਿਆਂ ਵਿੱਚ ਫਸ ਕੇ ਗੁਰੂ ਤੋਂ ਬੇਮੁਖ ਹੋ ਗਏ, ਐਸੇ ਜਿਹੜੇ ਕੈਰ ਬੁੱਢ ਦੇ ਲੋਕ ਹਨ। ਭਟਕਤ ਜਨਮ ਰੋ ਮਰਨ ਮੈਂ ਸੁੱਖ ਤੇ ਨਿਤ ਖਾਲੀ। ਉਹ ਮਹਾਰਾਜ ਕਹਿੰਦੇ ਜੰਮਣ ਮਰਨ ਵਿੱਚ ਭਟਕਦੇ ਰਹਿੰਦੇ ਆ, ਉਹਨਾਂ ਨੂੰ ਜੰਮਣ ਮਰਨ ਦਾ ਗੇੜਾ ਬਣਿਆ ਰਹਿੰਦਾ ਔਰ ਉਹਨਾਂ ਨੂੰ ਸੁੱਖ ਨਹੀਂ ਕਦੇ ਮਿਲੇਗਾ। ਇੱਥੇ ਵੀ ਖਾਲੀ ਰਹਿਣਗੇ, ਵਾਹਿਗੁਰੂ ਦੀ ਦਰਗਾਹ ਵਿੱਚ ਵੀ ਖਾਲੀ ਹੱਥੀ ਜਾਣਗੇ। ਗੁਰੂ ਖਰੇ ਸੰਗਤ ਸਹਿਤ ਚਿਰਕਾਲ ਉਡੀਕੈ। ਮਹਾਰਾਜ ਕਹਿੰਦੇ ਗੁਰੂ ਸਾਹਿਬ ਸੱਚਖੰਡ ਦੇ ਵਿੱਚ, ਇਹ ਬੜੇ ਧਿਆਨ ਨਾਲ ਬਚਨ ਸੁਣਿਓ, ਸਾਡੇ ਉੱਤੇ ਕਿੰਨਾ ਉਪਕਾਰ ਹੈ ਕਲਗੀਧਰ ਪਾਤਸ਼ਾਹ ਦਾ, ਕਿੰਨੀ ਰਹਿਮਤ ਹੈ, ਕਿੰਨਾ ਸਾਨੂੰ ਬਖਸ਼ਦੇ ਹੈ। ਕਹਿੰਦੇ ਗੁਰੂ ਸਾਹਿਬ ਸੰਗਤ ਦੇ ਸਮੇਤ
ਉਹਨਾਂ ਗੁਰਸਿੱਖਾਂ ਦੇ ਸਮੇਤ ਜਿਹੜੇ ਮੁਕਤ ਹੋ ਗਏ, ਜਿਹੜੇ ਸੱਚਖੰਡ ਦੇ ਵਾਸੀ ਹੈ, ਤਿੱਥੇ ਲੋ ਆਕਾਰ ਜਿਵ ਜਿਵ ਹੁਕਮ ਤਵੈ ਤਿਵਕਾਰ, ਐਸੀ ਅਵਸਥਾ ਜਿਨ੍ਹਾਂ ਨੂੰ ਐਸਾ ਥਾਂ ਸੱਚਖੰਡ ਪ੍ਰਾਪਤ ਹੋ ਗਿਆ, ਕਹਿੰਦੇ ਉਸ ਥਾਂ 'ਤੇ ਉਹਨਾਂ ਗੁਰਸਿੱਖ ਸੰਗਤਾਂ ਦੇ ਸਮੇਤ ਗੁਰੂ ਸਾਹਿਬ ਲੰਮਾ ਸਮਾਂ ਮਾਤ ਲੋਕ ਤੋਂ ਸੱਚਖੰਡ ਵਿੱਚ ਆਉਣ ਵਾਸਤੇ ਸਿੱਖ ਦੀ ਉਡੀਕ ਕਰਦੇ ਹਨ ਕਿ ਕਦੋਂ ਸਾਡਾ ਸਿੱਖ ਸਿੱਖੀ ਕਮਾ ਕੇ ਸਿੱਖੀ ਵਿੱਚ ਸਾਬਤ ਰਹਿ ਕੇ ਪੂਰਾ ਸੂਰਾ ਹੋ ਕੇ ਆਪਣਾ ਜਨਮ ਸਫਲਾ ਕਰਕੇ ਆਉਂਦਾ ਹੈ। ਇੱਕ ਇੱਕ ਸਿੱਖ ਮਾਈ ਭਾਈ ਅਤੇ ਗੁਰੂ ਸਾਹਿਬ ਦੀ ਨਜ਼ਰ ਲੱਗੀ ਹੋਈ ਹੈ, ਲੰਮੀ ਉਡੀਕ ਸਿੱਖ ਦੀ ਕਰਦੇ ਹਨ। ਖੋੜਸ ਤਤਨ ਦੇਹੇ ਧਰ ਥਿਰ ਰਹੇ ਸੋ ਨੀਕੇ। ਮਹਾਰਾਜ ਕਹਿੰਦੇ ਜਿੰਨਾ ਚਿਰ ਮਨੁੱਖਾ ਜਨਮ ਲੈ ਕੇ, ਪੰਜਾਂ ਤੱਤਾਂ ਦੀ ਦੇਹ ਹੈ ਨਾ ਇਹ ਜਿਹੜੀ ਸਾਨੂੰ ਦੇਹ ਮਿਲੀ ਹੈ, ਪੰਜਾਂ ਤੱਤਾਂ ਦੀ ਹੈ। ਇੱਕ ਇਹਦੇ ਅੰਦਰ ਸੂਖਮ ਦੇਹ ਵੀ ਹੈ ਜਿਹੜੀ ਸਾਰਾ ਕੁਝ ਸੂਖਮ ਰੂਪ ਦੇ ਵਿੱਚ ਚਲਾ ਰਹੀ ਹੈ। ਮਹਾਰਾਜ ਕਹਿੰਦੇ ਜਦੋਂ ਸਥੂਲ ਦੇਹੀ ਨੂੰ, ਜਿਹੜੀ ਆਹ ਦੇਹ ਹੈ ਨਾ ਸਾਡੀ ਹੱਡ ਚੰਮ ਦੀ, ਇਹਨੂੰ ਤਿਆਗ ਕੇ 16 ਤੱਤਾਂ ਦੀ ਦੇਹ ਸੂਖਮ ਸਰੀਰ ਲੈ ਕੇ ਦਰਗਾਹ ਨੂੰ ਜਾਂਦਾ, 5 ਗਿਆਨ ਇੰਦਰੇ, 5 ਕਰਮ ਇੰਦਰੇ, 10 5 ਪ੍ਰਾਣ, ਕੇਵਲ ਇਕੱਲੇ ਸਵਾਸ ਲੈਣੇ ਨਹੀਂ ਪ੍ਰਾਣ ਹਨ, 5 ਪ੍ਰਾਣ ਹੈ ਸਾਡੇ ਸਰੀਰ ਵਿੱਚ, ਪ੍ਰਾਣ ਅਪਾਨ ਸਮਾਨ ਵਿਆਨ ਔਰ ਉਦਿਆਨ। ਇਹ 5 ਪ੍ਰਾਣਾਂ ਦਾ ਵਿਆਖਿਆ ਕਰਨ ਦਾ ਸਮਾਂ ਨਹੀਂ, ਸਾਡੇ ਸਰੀਰ ਵਿੱਚ ਵੱਖ ਵੱਖ ਇਹਨਾਂ ਦੇ ਕੇਂਦਰ ਹੈ, ਵੱਖ ਵੱਖ ਥਾਵਾਂ ਦੇ ਉੱਤੇ ਇਹ ਸਾਡੀ ਪ੍ਰਾਣ ਸ਼ਕਤੀ ਦਾ ਸੰਚਾਰ ਹੈ, ਜਿਹੜੀ ਅੰਨ ਨੂੰ ਹਜ਼ਮ ਕਰਦੀ ਹੈ ਕਿ ਡਕਾਰ ਆ ਗਿਆ, ਉਹ ਵੀ ਇੱਕ ਪ੍ਰਾਣ ਸ਼ਕਤੀ ਦਾ ਹਿੱਸਾ ਹੈ। ਮਲਨ ਜਿਹੜੀ ਅੰਦਰੋਂ ਹਵਾ ਸਰਦੀ, ਉਹ ਵੀ ਇੱਕ ਪ੍ਰਾਣ ਸ਼ਕਤੀ ਦਾ ਹਿੱਸਾ ਹੈ। ਸਵਾਸਾਂ ਦੁਆਰਾ ਪ੍ਰਾਣ ਲੈਣੇ, ਔਰ ਸਾਡੇ ਜਿਹੜਾ ਦਿਮਾਗ ਦੇ ਅੰਦਰ ਦਿਮਾਗ ਦੀ ਕਿਰਿਆ ਨੂੰ, ਜਿਹੜਾ ਆਪਾਂ ਕਹਿੰਦੇ ਨਾ ਖੂਨ ਦਾ ਸਰਕਲ ਸਾਰੇ ਸਰੀਰ ਦੇ ਵਿੱਚ ਜਿਹੜਾ ਹੋ ਰਿਹਾ, ਡਾਕਟਰ ਵੀ ਮੰਨਦੇ ਹੈ, ਉਹ ਵੀ ਇੱਕ ਅੰਦਰ ਪਾਉਣ ਦਾ ਹਵਾ ਦਾ ਹੀ ਪ੍ਰਾਣਾਂ ਦੇ ਇੱਕ ਹਿੱਸੇ ਦਾ ਸਾਧ ਸੰਗਤ ਜੀ ਹਿੱਸਾ, ਜਿਹੜਾ ਪਿੱਛੋਂ ਧੱਕ ਕੇ ਖੂਨ ਦੇ ਸਰਕਲ ਨੂੰ ਸਾਰੀਆਂ ਨਾੜੀਆਂ ਵਿੱਚ ਚਲਾ ਰਿਹਾ, ਦਿਮਾਗ ਦੇ ਵਿੱਚ ਤੱਕ, ਪੈਰ ਤੋਂ ਲੈ ਕੇ ਸਿਰ ਤੱਕ। ਫਿਰ ਜਿਹੜੀ ਛਿੱਕ ਆਦਿਕ ਆਉਣੀ ਹੈ, ਇਹ ਸਾਡੇ ਦਿਮਾਗ ਦੀ ਸਿਰ ਦੀ ਨਾੜੀਆਂ ਦੀ ਸਫਾਈ, ਵਿਆਖਿਆ ਨਾ ਕਰਾਂ। ਇਹ 5 ਤਰ੍ਹਾਂ ਦੇ ਪ੍ਰਾਣ ਹਨ, 5 ਗਿਆਨ ਇੰਦਰੇ, 5 ਕਰਮ ਇੰਦਰੇ ਤਾਂ ਸਾਰਿਆਂ ਨੂੰ ਪਤਾ ਹੀ ਹੈ, ਇਹ 15 ਹੋ ਗਏ, 16 ਮਨ ਹੋ ਗਿਆ। ਇਹ 16 ਤੱਤ ਜਦੋਂ ਮਨੁੱਖਾ ਦੇਹ ਨੂੰ ਤਿਆਗ ਕੇ 16 ਤੱਤਾਂ ਵਾਲੀ ਦੇਹ ਲੈ ਕੇ ਦਰਗਾਹ ਨੂੰ ਜਾਂਦਾ ਹੈ, ਇਹ ਸਰੀਰ ਹਿਤ ਸਹਾਇਤਾ ਹਮ ਤਹਾਂ ਤਬ ਬਨਹਿ ਸਹਾਈ। ਮਹਾਰਾਜ ਕਹਿੰਦੇ ਉੱਥੇ ਗੁਰੂ ਅਰਜਨ ਦੇਵ ਜੀ ਵੀ ਕਹਿੰਦੇ ਹੈ, ਜੇ ਮਾਤ ਪਿਤਾ ਸੁਤਮੀਤ ਨਾ ਭਾਈ, ਮਾਨੂਹਾ ਨਾਮ ਤੇਰਾ ਸੰਗ ਸਹਾਈ। ਮਹਾਰਾਜ ਕਹਿੰਦੇ ਉੱਥੇ ਸਹਾਇਤਾ ਨਹੀਂ ਕੋਈ ਕਰੂਗਾ, ਸਥੂਲ ਦੇਹ ਦੀ ਭੈਣ ਭਰਾ ਮਾਂ ਬਾਪ ਸਹਾਇਤਾ ਕਰਨਗੇ, ਮਿੱਤਰ ਸੰਬੰਧੀ ਸਹਾਇਤਾ ਕਰਨਗੇ, ਪਰ ਉਸ ਸੂਖਮ ਜਾਮੇ ਦੀ ਕਿਸੇ ਨੇ ਸਹਾਇਤਾ ਨਹੀਂ ਕਰਨੀ। ਉੱਥੇ ਮਹਾਰਾਜ ਕਹਿੰਦੇ ਅਸੀਂ ਸਿੱਖ ਦੀ ਸਹਾਈ ਹੋ ਕੇ ਉੱਥੇ ਸਹਾਇਤਾ ਕਰਾਂਗੇ, ਉੱਥੇ ਅਸੀਂ ਰੱਖਿਆ ਕਰਾਂਗੇ ਦਰਗਾਹ ਦੇ ਵਿੱਚ।
ਦਸ ਸਹੰਸਰ ਸਮਤ ਲਗਾਉ ਦੇਖੋ ਦ੍ਰਿਗ ਲਾਈ। ਆਖੋ ਭਾਈ ਸਾਰੇ ਗੱਡ ਕੇ ਆਖੋ ਵਾਹਿਗੁਰੂ। ਮਹਾਰਾਜ ਪਤਾ ਕਹਿੰਦੇ ਮੈਂ ਸਿੱਖ ਨੂੰ ਕਿੰਨੇ ਚਿਰ ਤੱਕ ਦਰਗਾਹ ਵਿੱਚੋਂ ਉਡੀਕਦਾ। ਸਿੱਖ ਇੱਕ ਜਨਮ ਲੈ ਕੇ ਗੁਨਾਹ ਕਰਕੇ ਨਰਕਾਂ ਵਿੱਚ ਪੈ ਜਾਂਦਾ, ਫਿਰ ਉਹਨੂੰ ਜਨਮ ਦੇ ਦਿੰਦੇ, ਫਿਰ ਸਿੱਖਾਂ ਦੇ ਘਰ ਜਨਮਦਾ, ਬਾਰ ਬਾਰ ਜਨਮ ਲੈਂਦਾ, ਬਾਰ ਬਾਰ ਜਿਵੇਂ ਪਾਣੀ ਨੂੰ ਬਾਰ ਬਾਰ ਪੁਣੋ ਐਨ ਸਾਫ ਹੋ ਜਾਂਦਾ, ਮਲੀਨ ਪਾਣੀ ਜਿਹੜਾ ਹੁੰਦਾ। ਸਿੱਖ ਦੇ ਜੀਵਨ ਨੂੰ ਵੀ ਕਹਿੰਦੇ ਅਸੀਂ ਦਸ ਹਜ਼ਾਰ ਵਰੇ ਤੱਕ ਸਿੱਖ ਨੂੰ ਉਡੀਕਦੇ ਰਹਿੰਦੇ ਹਾਂ ਸੱਚਖੰਡ ਦੇ ਵਿੱਚ ਕਿ ਤੂੰ ਬਾਰ ਬਾਰ ਗੁਨਾਹ ਹੋਏ, ਬਾਰ ਬਾਰ ਇਹਨੂੰ ਗੁਨਾਹਾਂ ਦੇ ਸਜ਼ਾ ਦੇ ਕੇ ਇਹਦਾ ਹਿਸਾਬ ਕਿਤਾਬ ਲੇਖਾ ਚੁਕਤਾ ਕਰਕੇ, ਚੁਕਤਾ ਕਹਿਣਾ ਵੀ ਆ ਲੇਖਾ ਪੂਰਾ ਨਿਬੜ ਗਿਆ, ਚੁਕਾਤਾ ਆਪਣਾ ਭਗਤ ਜਨਾਂ ਕਾ ਲੇਖਾ ਨਿਬੜਿਆ, ਜਦੋਂ ਐਨ ਹਿਸਾਬ ਕਿਤਾਬ ਪੂਰਾ ਹੋ ਗਿਆ, ਦਸ ਹਜ਼ਾਰ ਵਰੇ ਤੱਕ ਇੰਨੇ ਵੱਡੇ ਗੁਨਾਹ ਵੀ ਕਰੇ ਸਿੱਖ, ਦਸ ਹਜ਼ਾਰ ਸਾਲ ਤੱਕ ਸਿੱਖ ਦੀ ਉਡੀਕ ਅਸੀਂ ਸੱਚਖੰਡ ਵਿੱਚ ਕਰਦੇ ਹਾਂ ਕਿ ਸਿੱਖ ਮੁੜ ਕੇ ਸਾਡੇ ਕੋਲ ਕਦੋਂ ਆਉਂਦਾ, ਮੁਕਤ ਹੋ ਕੇ ਕਦੋਂ ਪੁੱਜਦਾ। ਅਸੀਂ ਉਹਨੂੰ ਸੱਚਖੰਡ ਦੇ ਵਿੱਚ ਮੁਕਤ ਕਰਕੇ ਥਾਂ ਦੇਣੀ ਹੈ। ਦਸ ਹਜ਼ਾਰ ਸਾਲ ਤੱਕ ਆਪਣੇ ਸਿੱਖ ਨੂੰ ਮਾਈ ਭਾਈ ਨੂੰ ਉਡੀਕਦੇ ਹਾਂ, ਦੇਖੋ ਦ੍ਰਿਗ ਲਾਈ। ਮਹਾਰਾਜ ਕਹਿੰਦੇ ਹਾਂਜੀ, ਦੇਖੋ ਦ੍ਰਿਗ ਲਾਈ, ਦਸ ਸਹੰਤਰ ਸੰਮਤ ਲਗਾਓ, ਦਸ ਹਜ਼ਾਰ ਸਾਲ ਤੱਕ। ਐਂ ਤਾਂ ਮਾਂ ਬਾਪ ਵੀ ਨਿਗਾਹ ਲਾ ਕੇ ਨਹੀਂ ਵੇਖਦੇ ਬੱਚੇ ਵੱਲ, ਜਿਵੇਂ ਕਲਗੀਆਂ ਵਾਲੇ ਕਹਿੰਦੇ ਦਸ ਹਜ਼ਾਰ ਸਾਲ ਤੱਕ ਸਿੱਖ ਦੇ ਵਿੱਚ ਹੀ ਸਾਡੀ ਨਿਗਾਹ ਲੱਗੀ ਹੁੰਦੀ ਹੈ ਕਿ ਕਦੋਂ ਪਾਪਾਂ ਦਾ ਫਾਲੇ ਦਾ ਹਿਸਾਬ ਪੂਰਾ ਹੁੰਦਾ, ਕਦੋਂ ਇਹਨੂੰ ਮੁਕਤ ਕਰਕੇ ਸੱਚਖੰਡ ਵਿੱਚ ਲੈ ਕੇ ਆਉਣਾ। ਦਸ ਹਜ਼ਾਰ ਸਾਲ ਤੱਕ ਸਾਡਾ ਧਿਆਨ ਸਾਡੀ ਨਿਗਾਹ ਸਿੱਖ ਉੱਤੇ ਰਹਿੰਦੀ ਹੈ। ਹਮਰੀ ਦੇਸ਼ ਕੋ ਸਿੱਖ ਇਹੋ ਚੱਲਿਆ ਵਹਿ ਕੈਸੇ, ਕਦੋਂ ਸਾਡੀ ਤਰਫ ਨੂੰ ਇਹ ਸਿੱਖ ਚੱਲ ਕੇ ਆ ਰਿਹਾ, ਕਦੋਂ ਆਪਣਾ ਲੇਖਾ ਜੋਖਾ ਪਿਛਲੇ ਜਨਮਾਂ ਦਾ ਇਸ ਜਨਮ ਦੇ ਪਾਪਾਂ ਦਾ ਪੂਰਾ ਕਰਕੇ ਕਦੋਂ ਅਪੜੇਗਾ, ਕਦੋਂ ਪਹੁੰਚੇਗਾ। ਜੋ ਆਵਤ ਰਲ ਜਾਤ ਹੈ ਸਿੱਖਨ ਮਹਿ ਤੈਸੇ, ਕਹਿੰਦੇ ਜਿਹੜਾ ਸੱਚਖੰਡ 'ਚ ਹਰ ਇੱਕ ਨਹੀਂ ਪਹੁੰਚਦਾ ਭਾਈ, ਸੱਚਖੰਡ ਦੇ ਵਿੱਚ ਮੁਕਤ ਪੁਰਸ਼ਾਂ ਨੂੰ ਥਾਂ ਮਿਲਦਾ, ਹਰ ਇੱਕ ਨੂੰ ਥਾਂ ਨਹੀਂ ਮਿਲਦਾ। ਮਹਾਰਾਜ ਕਹਿੰਦੇ ਜਿਹੜਾ ਮੁਕਤ ਗੁਰਸਿੱਖ ਇੱਥੇ ਆ ਗਿਆ ਉਹਨੂੰ ਇਹਨਾਂ ਗੁਰਸਿੱਖਾਂ ਦੇ ਵਿੱਚ ਮੇਲ ਦਿੰਦੇ, ਜਿਹੜੇ ਮੁਕਤ ਹੋ ਗਏ ਧੰਨ ਬਾਬਾ ਦੀਪ ਸਿੰਘ ਜੀ ਜੈਸੇ ਮਹਾਂਪੁਰਖ, ਉਹਨਾਂ ਬ੍ਰਹਮ ਗਿਆਨੀ ਨਾਮ ਜਪਣ ਵਾਲੀਆਂ ਸੰਤ ਭਗਤ ਪਵਿੱਤਰ ਰੂਹਾਂ, ਜਿੱਥੇ ਕਬੀਰ ਸਾਹਿਬ ਨਾਮ ਦੇ ਭਗਤ ਰਵਿਦਾਸ ਜੀ, ਜਿੱਥੇ ਐਸੀਆਂ ਮਹਾਨ ਰੂਹਾਂ ਗੁਰਸਿੱਖ ਬ੍ਰਹਮ ਗਿਆਨੀ ਪਵਿੱਤਰ ਆਤਮਾਵਾਂ ਜਿੱਥੇ ਜਾ ਕੇ ਜੁੜ ਜਾਂਦੀਆਂ, ਉਹਨਾਂ ਸਿੱਖਾਂ ਵਿੱਚ ਉਹਨੂੰ ਅਭੇਦ ਕਰ ਦਿੰਦੇ ਹੈ, ਉਹਨਾਂ ਸਿੱਖਾਂ ਦੇ ਨਾਲ ਰਲਾ ਦਿੰਦੇ ਹਾਂ ਜਿੱਥੇ ਗੁਰਸਿੱਖਾਂ ਦਾ ਨਿਵਾਸ ਹੈ ਸੱਚਖੰਡ ਵਿੱਚ। ਸਿੱਖ 56 ਕਰੋੜ ਹੈ ਸੌਂਪੈ ਗੁਰ ਹੱਥ। ਮਹਾਰਾਜ ਕਹਿੰਦੇ 56 ਕਰੋੜ ਸਿੱਖ ਜਿਹੜੇ ਹੈ ਨਾ ਦੁਨੀਆਂ ਦੇ ਵਿੱਚੋਂ, 56 ਕਰੋੜ ਸਿੱਖਾਂ ਨੂੰ ਮੁਕਤ ਕਰਨਾ ਸਾਡੇ ਹੱਥ ਵਿੱਚ ਦਿੱਤਾ ਹੋਇਆ ਵਾਹਿਗੁਰੂ ਨੇ। ਆਪਾਂ ਤਾਂ 1-2 ਕਰੋੜ ਦੀ ਗੱਲ ਕਰਦੇ ਹਾਂ, ਤੁਹਾਡਾ ਤਾਂ 56 ਕਰੋੜ ਸਿੱਖਾਂ ਦੀ ਮੁਕਤੀ ਕਰਨੀ ਆ ਕਲਗੀਆਂ ਵਾਲੇ ਨੇ, ਔਰ ਤੁਹਾਡਾ ਰਾਜ ਚੜ੍ਹਦੇ ਸੂਰਜ ਤੋਂ ਲੈ ਕੇ ਛਿਪਦੇ ਸੂਰਜ ਤੱਕ ਹੋਣਾ, ਨਿੱਕੇ ਨਿੱਕੇ ਰਾਜਾਂ ਦੀ ਗੱਲ ਪਿੱਛੇ
ਨਿੱਕੀ ਨਿੱਕੀ ਗੱਲ ਪਿੱਛੇ ਇੱਕ ਦੂਜੇ ਨੂੰ ਨਫ਼ਰਤ ਦਾ ਸ਼ਿਕਾਰ ਬਣਾਈ ਜਾਂਦੇ ਆਪਾਂ, ਆਹ ਨਹੀਂ ਇਹ ਨਹੀਂ ਐਂ ਨਹੀਂ ਕਰਦਾ ਉਹ ਨਹੀਂ ਕਰਦਾ। ਗਦਾਰੀ ਦਾ ਲਕਬ ਦੇਣ ਲੱਗਿਆਂ ਤਾਂ ਸਿੱਖ ਮਿੰਟ ਲਾਉਂਦੇ ਆ ਦੂਜਿਆਂ ਨੂੰ, ਗੁਰੂ 'ਤੇ ਕੋਈ ਭਰੋਸਾ ਨਹੀਂ। ਇੰਨਾ ਕੁ ਹੰਕਾਰ ਸਾਡੇ ਵਿੱਚ ਆ ਗਿਆ, ਕਹਿੰਦੇ ਸਾਡੀਆਂ ਬਾਹਾਂ ਸਾਡੇ ਡੋਲਿਆਂ ਵਿੱਚ ਹੀ ਬਾਲ ਹੈ, ਅਸੀਂ ਸਭ ਕੁਝ ਕਰ ਦੇਣਾ, ਬਾਕੀ ਇਹ ਨਹੀਂ ਕੁਝ ਕਰਨ ਜੋਗੇ। ਇਹੋ ਜਿਹੀ ਸਾਡੀ ਅੱਜ ਬਿਰਤੀ ਬਣ ਗਈ, ਹੰਕਾਰ ਹਉਮੈ ਸਾਡੇ ਪੈਰ ਤੋਂ ਲੈ ਕੇ ਸਿਰ ਤੱਕ ਇੰਨਾ ਸਾਡੇ ਵਿੱਚ ਭਰ ਗਿਆ, ਅਸੀਂ ਦੂਜੇ ਸਿੱਖਾਂ ਵੱਲ ਤਾਂ ਕਦੇ ਨਿਮਰਤਾ ਪਿਆਰ ਨਾਲ ਝਾਕਣ ਵਾਲੀ ਤਾਂ ਸੋਚ ਹੀ ਖਤਮ ਹੋ ਗਈ। ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ, ਉਹ ਪਿਆਰ ਉਹ ਪ੍ਰੇਮ ਸਾਡੇ ਵਿੱਚੋਂ ਖਤਮ ਹੋ ਗਿਆ। ਸਾਨੂੰ ਤਾਂ ਇਹ ਵਿਸ਼ਵਾਸ ਸਿੱਖਾਂ ਉੱਤੇ ਕਰਨਾ ਚਾਹੀਦਾ ਕਿ ਭਾਈ ਜਿਹੜਾ ਕੰਮ ਇਹ ਸਿੱਖ ਕਰ ਰਹੇ ਇਹ ਵੀ ਧੰਨਤਾ ਦੇ ਯੋਗ ਹੈ। ਹੁਣ ਜੇ ਕੋਈ ਲੰਗਰ ਬਣਾ ਕੇ ਛਕਾ ਸਕਦਾ ਉਹ ਲੰਗਰ ਦੀ ਸੇਵਾ ਕਰ ਸਕਦਾ, ਅਤੇ ਜੇ ਕੋਈ ਕੀਰਤਨ ਕਥਾ ਕਰਨ ਵਾਲਾ ਕਵੇ ਵੀ ਇਹ ਲੰਗਰ ਦੀ ਸੇਵਾ ਕਰਦਾ ਕੀਰਤਨ ਕਥਾ ਨਹੀਂ ਕਰਦਾ, ਉਹਨੂੰ ਨਫ਼ਰਤ ਨਾਲ ਵੇਖੇ, ਉਹ ਗੱਲ ਸੋਭਾ ਨਹੀਂ ਨਾ ਦਿੰਦੀ, ਗੁਰੂ ਦੇ ਦਰ 'ਤੇ ਪ੍ਰਵਾਨ ਨਹੀਂ। ਹਰ ਇੱਕ ਦੀ ਆਪੋ ਆਪਣੀ ਸੇਵਾ, ਆਪੋ ਆਪਣੀ ਜ਼ਿੰਮੇਵਾਰੀ ਹੈ, ਆਪੋ ਆਪਣਾ ਕਰਮ ਖੇਤਰ ਵੀ ਹੈ ਸੰਗਤ ਜੀ। ਇੱਕ ਬੰਦਾ ਕੁਆਂਟਲ ਭਾਰ ਚੁੱਕਣ ਜੋਗਾ, ਇੱਕ ਵਿਚਾਰਾ 10 ਕਿਲੋ ਵੀ ਨਹੀਂ ਚੁੱਕ ਸਕਦਾ। ਕੁਆਂਟਲ ਵਾਲਾ 10 ਕਿਲੋ ਨਾਲ ਨਫ਼ਰਤ ਕਰੇ ਤਾਂ ਚੰਗੀ ਗੱਲ ਹੀ ਨਾ, 10 ਕਿਲੋ ਚੁੱਕਣ ਵਾਲੇ ਦਾ ਅਪਮਾਨ ਕਰੇ ਸੋਭਾ ਦੇਵੇਗੀ? ਸਾਨੂੰ ਤਾਂ ਭਾਈ ਸਾਰਿਆਂ ਨੂੰ ਮਿਲ ਜੁਲ ਕੇ ਚੱਲਣਾ ਚਾਹੀਦਾ। ਕੌਮ ਦੀ ਤਰੱਕੀ, ਪੰਥ ਦੀ ਤਰੱਕੀ ਤਾਂ ਹੋਏਗੀ ਜੇ ਸਾਰਿਆਂ ਨਾਲ ਇੱਕਜੁੱਟ ਹੋ ਕੇ ਨਾਲ ਲੈ ਕੇ ਸਾਰਿਆਂ ਨੂੰ ਤੁਰੀਏ। ਜਿਹੋ ਜਿਹੀ ਵੀ ਕਿਸੇ ਦੇ ਖਿਆਲ, ਬਿਰਤੀਆਂ, ਸੁਭਾਅ ਹਨ, ਉਹਨਾਂ ਵੱਲ ਨਹੀਂ ਸਾਨੂੰ ਵੇਖਣਾ ਚਾਹੀਦਾ। ਸਾਧ ਸੰਗਤ ਜੀ, ਸ਼ਹਿਦ ਦੀਆਂ ਮੱਖੀਆਂ ਵਿੱਚ ਕਿੰਨੀ ਕੁੜੱਤਣ ਹੈ, ਕਿੰਨੀ ਜ਼ਹਿਰ ਹੈ। ਇੱਕ ਮੱਖੀ ਡੰਗ ਮਾਰ ਦੇਵੇ ਨਾ ਕਿਸੇ ਸਰੀਰ ਦੇ ਹਿੱਸੇ 'ਤੇ, ਉਸ ਥਾਂ ਨੂੰ ਸਜਾ ਦਿੰਦੀ ਹੈ, ਬੰਦੇ ਨੂੰ ਤੜਪਾ ਦਿੰਦੀ ਹੈ। ਬਹੁਤੀਆਂ ਮੱਖੀਆਂ ਲੜ ਜਾਣ, ਬੰਦਾ ਬੇਹੋਸ਼ ਹੋ ਜਾਂਦਾ। ਪਰ ਭਗਤ ਰਵਿਦਾਸ ਜੀ ਮਹਾਂਪੁਰਖ ਕਹਿੰਦੇ ਆ, ਸਤਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧੁਪ ਮਖੀਰਾ, ਕਹਿੰਦੇ ਉਹ ਆਪਸ ਵਿੱਚ ਉਹਨਾਂ ਵਿੱਚ ਜਿੰਨੀ ਮਰਜ਼ੀ ਕੜੱਤਣ ਹੈ, ਜਿੰਨੀ ਮਰਜ਼ੀ ਜ਼ਹਿਰ ਹੈ, ਪਰ ਜਦੋਂ ਉਹ ਸ਼ਹਿਦ ਪੈਦਾ ਕਰਦੀਆਂ, ਉਹ ਮਿਲ ਕੇ ਪੈਦਾ ਕਰਦੀਆਂ, ਇਕੱਲੀ ਇਕੱਲੀ ਨਹੀਂ ਸ਼ਹਿਦ ਪੈਦਾ ਕਰਦੀ, ਉਦੋਂ ਉਹ ਕੜੱਤਣ ਦਾ ਸੁਭਾਅ ਛੱਡ ਦਿੰਦੀ ਆ। ਉਦੋਂ ਉਹਨਾਂ ਵਿੱਚ ਕੜੱਤਣ ਨਹੀਂ ਹੁੰਦੀ, ਉਦੋਂ ਜ਼ਹਿਰ ਨਹੀਂ ਹੁੰਦੀ, ਉਦੋਂ ਉਹਨਾਂ ਦਾ ਇੱਕੋ ਨਿਸ਼ਾਨਾ ਹੁੰਦਾ ਵੀ ਅਸੀਂ ਸਾਰਿਆਂ ਨੇ ਮਿਲ ਕੇ ਸ਼ਹਿਦ ਤਿਆਰ ਕਰਨਾ, ਅਤੇ ਸ਼ਹਿਦ ਤਿਆਰ ਕਰਨ ਵੇਲੇ ਵੀ ਐਨ ਇੱਕਜੁੱਟ ਹੋ ਕੇ ਕਰਦੀਆਂ, ਥਾਂ ਥਾਂ ਤੋਂ ਲਿਆਉਂਦੀਆਂ, ਫੁੱਲਾਂ ਦੀ ਖੁਸ਼ਬੋ ਵਿੱਚੋਂ ਰਸ ਲੈ ਕੇ ਫਿਰ ਇੱਕ ਥਾਂ 'ਤੇ ਮਿਲ ਕੇ ਤਿਆਰ ਕਰਦੀਆਂ। ਉਹਨਾਂ ਮੱਖੀਆਂ ਤੋਂ ਸਿੱਖਿਆ ਲੈ ਲਓ, ਐਵੇਂ ਨਫ਼ਰਤ ਕਰੀ ਜਾਣੀ, ਫਲਾਨਾ ਗਦਾਰ, ਧਮਕੜਾ ਟਾਊਟ, ਫਲਾਨਾ ਹੈ ਫਲਾਨਾ, ਇਹ ਕੋਈ ਗੱਲਾਂ ਕਰਨ ਵਾਲੀਆਂ, ਚਿੜੀ ਦੇ ਪਹੁੰਚੇ ਜਿੰਨੀ ਸਾਡੀ ਗਿਣਤੀ ਨਹੀਂ, ਅਤੇ ਵੈਰ ਵਿਰੋਧ ਈਰਖਾ ਸਾਡੇ ਵਿੱਚ ਇੰਨਾ ਇੱਕ ਦੂਜੇ ਨੂੰ ਦੇਖ ਕੇ ਰਾਜੀ ਨਹੀਂ, ਅਤੇ ਕਿੱਥੋਂ ਰਾਜ ਭਾਗ ਲੈ ਲਓਗੇ ਤੁਸੀਂ? ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਆ, ਸਿੱਖੋ ਰਾਜ ਮਿਲੂਗਾ, 56 ਕਰੋੜ ਸਿੱਖ ਇਸ ਧਰਤੀ 'ਤੇ ਬਣਨੇ ਆ, 56 ਕਰੋੜ, 56 ਕਰੋੜ ਸਿੱਖ ਦੁਨੀਆਂ ਵਿੱਚ ਜਦੋਂ ਬਣ ਗਏ, ਤੁਹਾਨੂੰ ਰਾਜ ਮੰਗਣ ਦੀ ਲੋੜ ਪੈਣੀ ਹੈ ਫਿਰ?
ਆਪੇ ਗੁਰੂ ਸਾਹਿਬ ਨੇ ਕਲਾ ਵਰਤਾ ਦੇਣੀ ਹੈ, ਭਰੋਸਾ ਰੱਖਣ ਦੀ ਲੋੜ ਹੈ। ਕਹਿੰਦੇ 56 ਕਰੋੜ ਸਿੱਖ ਪਰਮੇਸ਼ਰ ਨੇ ਸਾਨੂੰ ਸੌਂਪੇ ਹੈ ਕਿ ਇਸ ਮਾਤ ਲੋਕ ਤੋਂ 56 ਕਰੋੜ ਸਿੱਖਾਂ ਨੂੰ ਨਾਲ ਲੈ ਕੇ ਉਹਨਾਂ ਨੂੰ ਮੁਕਤ ਕਰਨਾ ਸੱਚਖੰਡ ਦੇ ਵਿੱਚ ਲਿਜਾ ਕੇ। ਇਹ ਸਾਡੀ ਡਿਊਟੀ, ਇਹ ਸਾਡੀ ਜ਼ਿੰਮੇਵਾਰੀ ਵਾਹਿਗੁਰੂ ਨੇ ਸਾਨੂੰ ਦਿੱਤੀ ਹੈ, ਸੰਭਾਲੀ ਹੈ। ਹੁਕਮ ਇਹ ਕਰਤਾਰ ਕੋ ਸਭ ਕਰੋ ਸਨਾਥਾ। ਮਹਾਰਾਜ ਕਹਿੰਦੇ ਕਰਤਾਰ ਦਾ ਵਾਹਿਗੁਰੂ ਦਾ ਹੁਕਮ ਹੈ। ਉਹ ਕਹਿੰਦੇ ਇਹ ਸਾਡਾ ਨਹੀਂ ਫੈਸਲਾ, ਇਹ ਵਾਹਿਗੁਰੂ ਪਰਮੇਸ਼ਰ, ਕਿਉਂਕਿ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਦਾ ਪ੍ਰਤੱਖ ਰੂਪ ਹੈ। ਸਰਗੁਣ ਰੂਪ ਵਿੱਚ 10 ਪਾਤਸ਼ਾਹੀਆਂ ਅਕਾਲ ਪੁਰਖ ਦਾ ਰੂਪ ਹਨ। ਅਕਾਲ ਪੁਰਖ ਤਾਂ ਨਿਰਾਕਾਰ ਹੈ ਨਾ, ਸਾਨੂੰ ਸਮਝਾਉਣ ਵਾਸਤੇ, ਭੁੱਲਿਆਂ ਭਟਕਿਆਂ ਨੂੰ ਰਾਹੇ ਪਾਉਣ ਵਾਸਤੇ ਅਕਾਲ ਪੁਰਖ ਨੂੰ 10 ਜੋਤਾਂ 10 ਜਾਮੇ ਧਾਰਨੇ ਪਏ, ਨਹੀਂ ਤਾਂ ਸਾਨੂੰ ਪਤਾ ਥੋੜ੍ਹੋ ਲੱਗਣਾ ਸੀ, ਸਮਝ ਥੋੜ੍ਹੋ ਆਉਣੀ ਸੀ। ਉਹ ਤਾਂ ਸਾਡੇ 'ਤੇ ਪਰਉਪਕਾਰ ਕਰਨ ਵਾਸਤੇ ਅਕਾਲ ਪੁਰਖ ਨੇ 10 ਜੋਤਾਂ 10 ਰੂਪ 10 ਜਾਮੇ ਧਾਰੇ ਆ। ਵਾਸਤਵ ਦੇ ਵਿੱਚ ਤਾਂ 10 ਪਾਤਸ਼ਾਹੀਆਂ ਅਕਾਲ ਪੁਰਖ ਦਾ ਰੂਪ ਹਨ, ਉਹਨਾਂ ਨੂੰ ਜਾਮੇ ਧਾਰਨ ਦੀ ਲੋੜ ਨਹੀਂ ਸੀ, ਉਹ ਤਾਂ ਅਕਾਲ ਪੁਰਖ ਦਾ ਰੂਪ ਹੈ। ਇਸ ਕਰਕੇ ਕਹਿੰਦੇ ਅਕਾਲ ਪੁਰਖ ਦਾ ਹੁਕਮ ਹੈ ਕਿ 56 ਕਰੋੜ ਸਿੱਖ ਮਾਈ ਭਾਈਆਂ ਦਾ ਜੀਵਨ ਸਫਲਾ ਕਰਨਾ ਹੈ। ਸੁੱਧ ਧਰਮ ਕਰਕੇ ਇਨਹੋ ਕਲ ਕਾਲ ਮਝਾਰਾ। ਮਹਾਰਾਜ ਕਹਿੰਦੇ ਐਨ ਇਹਨਾਂ ਦੀ ਸੁਧਾਈ ਕਰਨੀ ਹੈ। ਮਹਾਰਾਜ ਕਹਿੰਦੇ ਇਹਨਾਂ ਨੂੰ ਸੋਧੀ ਸੋਧ ਦੇਣਾ ਚੰਗੀ ਤਰ੍ਹਾਂ। ਦੋ ਤਰ੍ਹਾਂ ਦਾ ਸੋਧਣਾ ਹੁੰਦਾ, ਇੱਕ ਤਾਂ ਜ਼ਾਲਮ ਨੂੰ ਸੋਧਾ ਲਾਉਂਦੇ ਸੀ ਇੱਥੇ ਸਿੰਘ 10ਵੇਂ ਪਾਤਸ਼ਾਹ ਜੀ ਦੇ ਚਰਨਾਂ ਵਿੱਚ, ਇੱਕ ਸੋਧਾ ਉਹ ਲੱਗਣਾ ਜਿਵੇਂ ਆਪਾਂ ਸਿੰਘ ਕਹਿੰਦੇ ਆ ਵੀ ਬਈ ਬਰਤਨਾਂ ਨੂੰ ਬਾਟਿਆਂ ਨੂੰ ਸੋਧਾ ਚੰਗੀ ਤਰ੍ਹਾਂ ਲਾਓ, ਐਨ ਜੂਠ ਜੰਗਾਲ ਲਾ ਕੇ ਸਾਫ਼ ਕਰੋ, ਦੇਗ ਦੇ ਬਰਤਨਾਂ ਨੂੰ ਚੰਗੀ ਤਰ੍ਹਾਂ ਸੋਧਾ ਰਗੜ ਕੇ ਲਾਓ। ਇੱਕ ਸੋਧਾ ਸਾਧ ਸਿੰਘ ਜੀ ਉਹ ਹੁੰਦਾ ਵੀ ਸਿੱਖ ਦੇ ਐਨ ਔਗਣ ਸਾਫ਼ ਕਰ ਦਿੱਤੇ, ਸਿੱਖ ਦੇ ਜੀਵਨ ਦੇ ਵਿੱਚੋਂ ਪਾਪ ਧੋ ਦਿੱਤੇ, ਐਨ ਜੀਵਨ ਨੂੰ ਸੋਧਾ ਲਾ ਦਿੱਤਾ, ਪਾਪਾਂ ਨੂੰ ਵਿਕਾਰਾਂ ਨੂੰ ਐਨ ਸਾਫ਼ ਕਰਕੇ ਸ਼ੁੱਧ ਕਰ ਦਿੱਤਾ। ਇਸ ਕਰਕੇ ਮਹਾਰਾਜ ਕਹਿੰਦੇ ਕਲਯੁੱਗ ਦੇ ਵਿੱਚ ਐਨ ਸ਼ੁੱਧ ਕਰਕੇ, ਨਿਰਮਲ ਕਰਕੇ, ਔਰ ਕਲਯੁੱਗ ਦੇ ਵਿੱਚ ਇਹਨਾਂ ਨੂੰ ਐਨ ਧਰਮ ਦੇ ਅਨੁਸਾਰ ਹੀ, ਜੋ ਧਰਮ ਦਾ ਇੱਕ ਇੱਕ ਗੁਰਸਿੱਖੀ ਧਰਮ ਦਾ ਨਿਯਮ ਹੈ ਉਹਦੀ ਪੂਰੀ ਪਾਲਣਾ ਕਰਾ ਕੇ ਐਨ ਚੰਗੀ ਤਰ੍ਹਾਂ ਪਵਿੱਤਰ ਕਰਕੇ, ਸ਼ੁੱਧ ਕਰਕੇ। ਕਰੋ ਉਧਾਰਨ ਜਗਤ ਤੇ ਲਹਿ ਸਿੰਧ ਕਿਨਾਰਾ। ਕਹਿੰਦੇ ਸੰਸਾਰ ਤੋਂ ਉਹਨਾਂ ਨੂੰ ਉਧਾਰ ਦੇਣਾ, ਸੰਸਾਰ ਭੌਜਲ ਤੋਂ ਲੈ ਕੇ ਉਹਨਾਂ ਨੂੰ ਵਾਹਿਗੁਰੂ ਨਾਮ ਦੇ ਬੇੜੇ ਵਿੱਚ ਬਿਠਾ ਕੇ ਸੱਚਖੰਡ ਵਿੱਚ ਲਿਜਾ ਕੇ ਪਾਰ ਕਰ ਦੇਣਾ ਹੈ, ਮੁਕਤ ਕਰ ਦੇਣਾ ਹੈ। ਉੱਤੇ ਲੋਕ ਕੁਬੇਰ ਲੱਗ ਇਤ ਭੂ ਪਰ ਸਾਰੇ। ਮਹਾਰਾਜ ਕਹਿੰਦੇ ਉੱਤੇ ਕੁਬੇਰਪੁਰੀ ਮੰਨੀ ਹੈ, ਇਹ ਵਾਹਿਗੁਰੂ ਨੇ ਦੇਵਪੁਰੀਆਂ, ਵਿਸ਼ਨਪੁਰੀ ਹੈ, ਬ੍ਰਹਮਪੁਰੀ ਹੈ, ਸ਼ਿਵਪੁਰੀ ਹੈ, ਇੰਦਰਪੁਰੀ ਹੈ, ਇਹ ਵੱਖ ਵੱਖ ਪੁਰੀਆਂ ਹਨ, ਸਾਡੀ ਗਮ ਧਾਨੀ ਹੈ। ਪਰ ਜਿਹੜੇ ਗੁਰਮੁਖ ਹੁੰਦੇ ਆ, ਨਾਮ ਅਭਿਆਸੀ ਕਮਾਈਆਂ ਵਾਲੀਆਂ ਆਤਮਾਵਾਂ, ਉਹ ਭਾਈ ਇਹਨਾਂ ਪੁਰੀਆਂ ਦੇ ਨਜ਼ਾਰੇ ਵੀ ਵੇਖ ਲੈਂਦੇ ਹਨ। ਸਿਮਰਨ ਦੀ ਡੋਰ ਦੇ ਆਸਰੇ, ਗੁਰੂ ਸਾਹਿਬ ਦੀ ਬਰਕਤ ਦੇ ਆਸਰੇ ਸਾਧ ਸੰਗਤ ਜੀ, ਸੰਤ ਮਹਾਰਾਜ
ਬ੍ਰਹਮ ਗਿਆਨੀ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਪਾਸ ਜਦੋਂ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਕੋਲੋਂ ਵਿੱਦਿਆ ਵੀ ਪੜ੍ਹਦੇ ਸਨ ਅਤੇ ਸਿਮਰਨ ਦੀ ਕਮਾਈ ਵੀ ਮਹਾਂਪੁਰਖ ਨਾਲ ਨਾਲ ਕਰਾਉਂਦੇ ਸਨ ਤਾਂ ਇੱਕ ਦਿਨ ਸਿਮਰਨ ਵਿੱਚ ਬੈਠੇ ਨਿਤਨੇਮ ਦੇ ਵਿੱਚ ਬੈਠੇ ਬੈਠਿਆਂ ਬੈਠਿਆਂ ਐਸਾ ਸੁਰਤ ਵਿੱਚ ਪ੍ਰਕਾਸ਼ ਹੋਇਆ ਉਹਨਾਂ ਦੇ ਉਹਨਾਂ ਨੂੰ ਇਉਂ ਲੱਗਾ ਵੀ ਕਰੋੜਾਂ ਹੀ ਸ੍ਰਿਸ਼ਟੀਆਂ ਹਨ ਕਰੋੜਾਂ ਹੀ ਸ੍ਰਿਸ਼ਟੀਆਂ ਦੇ ਵਿੱਚ ਦੇਵਤੇ ਬੈਠੇ ਹੈ ਕਰੋੜਾਂ ਹੀ ਸ਼ਿਵ ਕਰੋੜਾਂ ਹੀ ਵਿਸ਼ਨੂੰ ਕਰੋੜਾਂ ਹੀ ਬ੍ਰਹਮਾ ਕੋਟ ਵਿਸ਼ਨ ਜਗ ਸਾਜਣ ਲਾਏ ਕੋਟ ਮਹੇਸ਼ ਉਪਾਏ ਖਪਾਏ ਐਸੋ ਧਨੀ ਗੋਬਿੰਦ ਹਮਾਰਾ ਵਰਨ ਨਾ ਸਾਕੋਂ ਗੁਣ ਵਿਸਥਾਰ ਕਰੋੜਾਂ ਹੀ ਵਿਸ਼ਨੂੰ ਨੇ ਸ੍ਰਿਸ਼ਟੀ ਸਾਜਣ ਲਾਏ ਹੈ ਕਰੋੜਾਂ ਹੀ ਸ਼ਿਵਜੀ ਉਸ ਨੇ ਸੰਸਾਰ ਨੂੰ ਲੈ ਕਰਨ ਵਾਸਤੇ ਲਾਏ ਹੋਏ ਹੈ ਉਹ ਉਹਦੀ ਮੌਜ ਹੈ ਉਹਨਾਂ ਨੂੰ ਇਹ ਨਜ਼ਾਰਾ ਸੁਰਤ ਵਿੱਚ ਦਿਸਿਆ ਸਾਰਾ ਹੀ ਜਪਜੀ ਸਾਹਿਬ ਦੇ ਅਭਿਆਸ ਵਿੱਚ ਲੱਗੇ ਹੋਏ ਸਨ ਮਹਾਂਪੁਰਖਾਂ ਨੂੰ ਆ ਕੇ ਦੱਸਿਆ ਕਹਿਣ ਲੱਗੇ ਭਾਈ ਤੁਹਾਡੀ ਸੁਰਤ ਜਿਹੜੀ ਹੈ ਨਾ ਸੱਚਖੰਡੀ ਬਣ ਗਈ ਸੱਚਖੰਡ ਦੇ ਮਾਰਗ ਨੂੰ ਚਲੀ ਗਈ ਹੈ ਜਦੋਂ ਸੱਚਖੰਡ ਦੇ ਮਾਰਗ ਨੂੰ ਕਿਸੇ ਅਭਿਆਸੀ ਦੀ ਸੁਰਤ ਤੁਰ ਪੈਂਦੀ ਹੈ ਨਾ ਅਵਸਥਾ ਦਾ ਪ੍ਰਵਾਹ ਉਸ ਪਾਸੇ ਨੂੰ ਚੱਲ ਪੈਂਦਾ ਫਿਰ ਕਹਿੰਦੇ ਉਹਨੂੰ ਇਹ ਰਸਤੇ ਦੇ ਨਜ਼ਾਰੇ ਆਪਣੇ ਆਪ ਹੀ ਦਿਸਣ ਲੱਗ ਪੈਂਦੇ ਹੈ ਤਿੱਥੇ ਅਨਾਦ ਵਿਨੋਦ ਕੋਡ ਆਨੰਦ ਕਰੋੜਾਂ ਤਰ੍ਹਾਂ ਦੇ ਆਨੰਦ ਉਹਨਾਂ ਨੂੰ ਦਿਖਾਈ ਦਿੰਦੇ ਹੈ ਪਰ ਕਹਿੰਦੇ ਭਾਈ ਇਹ ਕੁਝ ਨਜ਼ਾਰੇ ਜਦੋਂ ਹੁੰਦੇ ਹੈ ਇਹਨੂੰ ਗੁਰੂ ਦੀ ਬਖਸ਼ਿਸ਼ ਸਮਝਣਾ ਇਹ ਨਹੀਂ ਸਮਝਣਾ ਕਿ ਮੈਂ ਪਤਾ ਨਹੀਂ ਕਿੱਡਾ ਕੁ ਵੱਡਾ ਸਿੱਧ ਬਣ ਗਿਆ ਅਤੇ ਮਨ ਵਿੱਚ ਹਉਮੈ ਨਹੀਂ ਪੈਦਾ ਹੋਣ ਦੇਣੀ ਗੁਰੂ ਦੀ ਬਖਸ਼ਿਸ਼ ਸਮਝ ਕੇ ਗੁਰੂ ਦਾ ਸ਼ੁਕਰਾਨਾ ਹੀ ਕਰਨਾ ਇਸ ਕਰਕੇ ਸਾਧ ਸੰਗਤ ਜੀ ਜਿਹੜੀਆਂ ਇਹ ਦੇਵਪੁਰੀਆਂ ਉਹਨਾਂ ਵਿੱਚੋਂ ਕੁਬੇਰਪੁਰੀ ਮਹਾਰਾਜ ਕਹਿੰਦੇ ਕੁਬੇਰਪੁਰੀ ਜਿਹੜਾ ਕੁਬੇਰ ਦੇਵ ਕੁਬੇਰ ਹੈ ਸਾਰੇ ਦੇਵਤਿਆਂ ਦਾ ਖਜ਼ਾਨਚੀ ਹੈ ਇਹਦੀ ਸਭ ਤੋਂ ਉੱਚੀ ਪੁਰੀ ਬੰਨੀ ਜਾਂਦੀ ਹੈ ਕਹਿੰਦੇ ਕੁਬੇਰਪੁਰੀ ਤੋਂ ਲੈ ਕੇ ਧਰਤੀ ਤੱਕ ਕੁਬੇਰਪੁਰੀ ਤੋਂ ਲੈ ਕੇ ਧਰਤੀ ਤੱਕ ਜਿੰਨੇ ਵੀ ਇਸ ਧਰਤੀ ਦੇ ਸਾਰੇ ਲੋਕ ਹਨ ਗੁਰੂ ਉਡੀ ਕਹਿੰਗੇ ਖਰੇ ਸਿੱਖ ਔਰ ਨਿਹਾਰੇ ਔਰ ਉਸ ਵਕਤ ਕਹਿੰਦੇ ਕੁਬੇਰ ਲੋਕ ਤੋਂ ਲੈ ਕੇ ਮਹਾਰਾਜ ਦੇਖੋ ਕਿੱਥੋਂ ਤੱਕ ਕਿਰਪਾ ਕਰ ਰਹੇ ਹੈ ਕੁਬੇਰ ਲੋਕ ਤੋਂ ਲੈ ਕੇ ਇੱਥੇ ਤੱਕ ਮਾਤ ਲੋਕ ਤੱਕ ਇਸ ਵਿਚਾਲੜੇ ਥਾਂ ਵਿੱਚ ਜਿੰਨੇ ਵੀ ਸਿੱਖ ਆ ਗਏ ਹੁਣ ਆਪਾਂ ਤਾਂ ਇਸ ਲੋਕ ਦੇ ਵਾਸੀ ਹੈ ਨਾ ਧਿਆਨ ਦਿਓ ਕੁਬੇਰਪੁਰੀ ਤੱਕ ਤਾਂ ਅਸੀਂ ਜਾ ਨਹੀਂ ਸਕਦੇ ਔਰ ਇਹਨਾਂ ਪੁਰੀਆਂ ਵਿੱਚ ਵੀ ਸਾਡੀ ਗਮਤਾ ਨਹੀਂ ਸਾਡਾ ਜਾਣਾ ਆਉਣਾ ਨਹੀਂ ਨਾ ਇਹ ਸਰੀਰ ਉੱਥੇ ਜਾ ਸਕਦਾ ਉੱਥੇ ਫਿਰ ਪਵਿੱਤਰ ਰੂਹਾਂ ਜਿਹੜੀਆਂ ਉਹ ਵਿਚਰਦੀਆਂ ਹਨ ਉਹ ਅੱਗੇ ਜ਼ਿਕਰ ਆਏਗਾ ਮਹਾਰਾਜ ਕਹਿੰਦੇ ਚਾਹੇ ਕੋਈ ਪਵਿੱਤਰ ਰੂਹਾਂ ਹਨ ਚਾਹੇ ਮਾਤ ਲੋਕ ਦੇ ਸਿੱਖ ਹੈ ਇਸ ਧਰਤੀ ਦੇ ਸਿੱਧਾ ਕਹਿ ਦਿੱਤਾ ਕੁਬੇਰ ਤੋਂ ਲੈ ਕੇ ਮਾਤ ਲੋਕ ਇਸ ਧਰਤੀ ਤੱਕ ਜਿੰਨੀ ਵੀ ਸਿੱਖਾਂ ਦੀ ਕਿਸੇ ਵੀ ਰੂਪ ਵਿੱਚ ਗਿਣਤੀ ਆਏਗੀ ਚਾਹੇ ਉਹ ਭਗਤਾਂ ਦੇ ਰੂਪ ਵਿੱਚ ਚਾਹੇ ਸ਼ਹੀਦਾਂ ਦੇ ਰੂਪ ਵਿੱਚ ਚਾਹੇ ਸੰਤਾਂ ਦੇ ਸਾਧੂਆਂ ਦੇ ਰੂਪ ਵਿੱਚ ਕਿਸੇ ਵੀ ਰੂਪ ਵਿੱਚ ਇਹਨਾਂ ਦੀ ਗਿਣਤੀ ਆਏਗੀ ਗੁਰੂ ਉਡੀ ਕਹਿੰਗੇ ਖਰੇ ਸਿੱਖ ਔਰ ਨਿਹਾਰੇ ਮਹਾਰਾਜ ਕਹਿੰਦੇ
ਕੁਬੇਰਪੁਰੀ ਤੋਂ ਲੈ ਕੇ ਮਾਤ ਲੋਕ ਤੱਕ ਦੇ ਜਿੰਨੇ ਸਿੱਖ ਹੈ ਸਾਰੇ ਮੁਕਤ ਕਰਨੇ ਹੈ ਔਰ ਉਹਨਾਂ ਨੂੰ ਉਡੀਕਾਂਗੇ ਸੱਚਖੰਡ ਵਿੱਚ। ਧਨਦ ਲੋਕ ਭਵ ਲੋਕ ਲੱਗ ਵਿਚਰਹਿ ਗਨ ਸਾਰੇ। ਮਹਾਰਾਜ ਕਹਿੰਦੇ ਧਨਦ ਕੁਬੇਰ ਲੋਕ ਤੱਕ ਵੀ ਸਿੱਖ ਵਿਚਰਦੇ ਆ, ਕਰਨੀਆਂ ਵਾਲੇ ਕਮਾਈਆਂ ਵਾਲੇ ਗੁਰਸਿੱਖ, ਔਰ ਸ਼ਹੀਦ ਸਿੰਘ ਵੀ ਵਿਚਰਦੇ ਆ। ਅਗੰਮੀ ਰੂਹਾਂ ਉਹਨਾਂ ਨੂੰ ਕਿਹਾ ਜਾਂਦਾ। ਅਗੰਮੀ ਕਿਉਂ ਕਿਹਾ ਜਾਂਦਾ? ਉੱਥੇ ਸਾਡੀ ਗਮਤਾ ਨਹੀਂ। ਸ਼ਹੀਦਾਂ ਦੇ ਜਿਹਨਾਂ ਨੂੰ ਦਰਸ਼ਨ ਹੁੰਦੇ ਆ ਉਹ ਨਿਤਨੇਮ 'ਚ ਬੈਠਿਆਂ ਨੂੰ ਇੱਥੇ ਦਰਸ਼ਨ ਹੋ ਜਾਂਦੇ ਆ, ਕੋਈ ਇੱਥੇ ਨਹੀਂ ਉਹ ਵਿਚਰਦੇ। ਉਹ ਵਾਹਿਗੁਰੂ ਦੀ ਦਰਗਾਹ ਦੇ ਹੁਕਮ ਅਨੁਸਾਰ ਵਿਚਰਦੇ, ਜਿੱਥੇ ਕੋਈ ਯਾਦ ਕਰ ਲੈਂਦਾ। ਅਫਰੀਕਾ ਦੇ ਵਿੱਚ ਕੋਈ ਅਫਰੀਕਨ ਪ੍ਰੇਮੀ ਸੀ ਦੱਸਦੇ, ਉਹ ਸਾਧ ਸੰਗਤ ਜੀ ਜੰਗਲ ਦੇ ਵਿੱਚ ਤੁਰਿਆ ਜਾਂਦਾ ਸੀ। ਉਹਨਾਂ ਨੇ ਉੱਥੇ ਮਹਾਰਾਜ ਦਾ ਗੁਰਦੁਆਰਾ ਬਣਾ ਲਿਆ। ਉਹ ਅਫਰੀਕਨ ਸਿੱਖ ਅੰਮ੍ਰਿਤਧਾਰੀ ਤਿਆਰ ਬਰ ਤਿਆਰ ਹੋ ਕੇ ਉੱਥੇ ਲੰਗਰ ਚਲਾ ਲਿਆ, ਗੁਰੂ ਅਸਥਾਨ ਦੀ ਸੇਵਾ ਜੰਗਲ ਵਿੱਚ ਕਰ ਰਿਹਾ। ਉਹਨੂੰ ਉੱਥੇ ਸ਼ਹੀਦਾਂ ਦੇ ਦਰਸ਼ਨ ਹੋ ਗਏ, ਉਹਦਾ ਪੂਰਵਲਾ ਕਰਮ ਸੀ। ਉਹਨੇ ਆਖਿਆ ਵੀ ਘੋੜੇ 'ਤੇ ਇਸ ਤਰ੍ਹਾਂ ਇੱਕ ਪਵਿੱਤਰ ਆਤਮਾ ਆਈ, ਜਿਨ੍ਹਾਂ ਦੇ ਮੈਂ ਦਰਸ਼ਨ ਕਰਕੇ, ਜਿਨ੍ਹਾਂ ਦੇ ਸੁੰਦਰ ਸੀਸ 'ਤੇ ਦਸਤਾਰਾ ਔਰ ਕਕਾਰ ਧਾਰਨ ਕੀਤੇ, ਸਨੱਦ ਬੱਧ ਤਿਆਰ ਬਰ ਤਿਆਰ ਸਨ, ਉਹਨਾਂ ਨੇ ਇੱਥੇ ਚਰਨ ਪਾਏ। ਔਰ ਉਹਨੇ ਕਦੇ ਸਿੱਖਾਂ ਦਾ ਨਾਮ ਵੀ ਨਹੀਂ ਸੁਣਿਆ ਸੀ, ਉਹਨੂੰ ਸਿੱਖ ਧਰਮ ਬਾਰੇ ਉੱਕਾ ਹੀ ਪਤਾ ਨਹੀਂ ਸੀ। ਹਿਸਟਰੀ 'ਚ ਪੜ੍ਹ ਲਓ, ਅੱਜ ਉੱਥੇ ਸਿੱਖ ਜਾਂਦੇ ਆ। ਉੱਥੇ ਹੀ ਬੈਠ ਗਿਆ, ਉੱਥੇ ਹੀ ਨਮਸਕਾਰਾਂ ਕਰਨ ਲੱਗ ਗਿਆ, ਜੋ ਮਨ ਵਿੱਚ ਫੁਰਨਾ ਕਰੇ ਉਹੀ ਪੂਰਾ ਹੋ ਜਾਏ। ਅੱਜ ਉੱਥੇ ਜਾ ਕੇ ਜਿਹੜੇ ਅਫਰੀਕਨ ਲੋਕ ਸੀ ਉਹ ਵੀ ਉੱਥੇ ਆਉਣ ਲੱਗ ਪਏ, ਉਹਨਾਂ ਦੀਆਂ ਵੀ ਇੱਛਾ ਪੂਰੀਆਂ ਹੋਣ ਲੱਗ ਪਈਆਂ, ਉੱਥੇ ਮਹਾਰਾਜ ਦਾ ਸਥਾਨ ਬਣ ਗਿਆ। ਇਹ ਇਉਂ ਸਾਧ ਸੰਗਤ ਜੀ ਇਹ ਪਵਿੱਤਰ ਰੂਹਾਂ ਜਿਹੜੀਆਂ ਆਪਣੀ ਮੌਜ ਨਾਲ ਵਿਚਰਦੀਆਂ ਹਨ। ਸ਼ਹੀਦ ਸਿੰਘ ਕਹਿ ਲਓ ਇਹਨਾਂ ਨੂੰ, ਦੇਵਤੇ ਕਹਿ ਲਓ, ਪਵਿੱਤਰ ਰਿਸ਼ੀ ਮੁਨੀ ਕਹਿ ਲਓ, ਆਪਾਂ ਕਿਸੇ ਨਾਲ ਕੋਈ ਵਿਤਕਰਾ ਨਹੀਂ ਕਰਦੇ। ਮੁਸਲਮਾਨ ਧਰਮ ਦੇ ਵਿੱਚ ਇਹਨਾਂ ਨੂੰ ਫਰਿਸ਼ਤੇ ਕਿਹਾ ਜਾਂਦਾ ਹੈ। ਇਹ ਸਾਰੇ ਵਿਚਰਦੇ ਆ, ਇਸ ਕਰਕੇ ਮਹਾਰਾਜ ਕਹਿੰਦੇ ਭਾਈ ਇਹ ਸਾਰੇ ਵਿਚਰਦੇ ਆ, ਮਾਤ ਲੋਕ ਤੋਂ ਲੈ ਕੇ ਕੁਬੇਰਪੁਰੀ ਤੱਕ। ਜਿਨ ਕੋ ਨਾਮ ਸ਼ਹੀਦ ਹੈ ਸਭ ਪਰ ਬਲ ਧਾਰੇ। ਮਹਾਰਾਜ ਕਹਿੰਦੇ ਜਿਨ੍ਹਾਂ ਦਾ ਨਾਮ ਸ਼ਹੀਦ ਹੈ ਨਾ, ਜਿਨ੍ਹਾਂ ਨੂੰ ਸ਼ਹੀਦ ਕਿਹਾ ਜਾਂਦਾ, ਉਹਨਾਂ ਦਾ ਬਲ, ਉਹਨਾਂ ਦੀ ਤਾਕਤ ਇਹਨਾਂ ਸਾਰਿਆਂ ਤੋਂ ਵੱਡੀ ਹੈ। ਭਾਵ ਜਿੰਨੇ ਦੇਵੀ ਦੇਵਤੇ ਹੈ, ਜਿੰਨੇ ਫਰਿਸ਼ਤੇ ਹੈ, ਜਿੰਨੀਆਂ ਵੀ ਪਵਿੱਤਰ ਰੂਹਾਂ ਸ਼ਕਤੀ ਵਾਲੀਆਂ, ਸਾਰਿਆਂ ਤੋਂ ਉੱਤੇ ਸ਼ਹੀਦ ਹਨ ਅਤੇ ਸਾਰਿਆਂ 'ਤੇ ਭਾਰੂ ਵੀ ਹੈ। ਸਾਰਿਆਂ ਤੋਂ ਕੰਮ ਉਦੋਂ ਹੀ ਕਰਵਾ ਦਿੰਦੇ ਆ ਜਦੋਂ ਸ਼ਹੀਦਾਂ ਦਾ ਪੁਰਨਾ ਹੋਏ, ਔਰ ਬਲ ਇੰਨਾ ਇਹਨਾਂ ਦਾ ਸਾਰਿਆਂ ਤੋਂ ਭਾਰੇ, ਇਹਨਾਂ ਦੇ ਅੱਗੇ ਕੋਈ ਖੜ ਅਤੇ ਟਿਕ ਨਹੀਂ ਸਕਦਾ। ਜਸ ਜਸ ਹੋਏ ਇਨ ਭਾਵਨਾ ਤਸ ਤਸ ਸਿੱਧ ਹੋਵੇ। ਜੋ ਜੋ ਜੀ ਕਹਿੰਦੇ ਇਹਨਾਂ ਦੀ ਭਾਵਨਾ ਸ਼ਹੀਦਾਂ ਦੀ ਹੁੰਦੀ ਹੈ ਨਾ, ਜੇ ਇਹਨਾਂ ਦੇ ਮਨ ਦਾ ਫੁਰਨਾ ਕਰੇ ਵੀ ਮੈਂ ਇਸ ਰੂਪ ਵਿੱਚ ਇੱਥੇ ਜਾਣਾ, ਅਸੀਂ ਉੱਥੇ ਜਾਣਾ, ਉਵੇਂ ਹੀ ਸਿੱਧ ਦਾ ਅਰਥ ਪ੍ਰਤੱਖ ਹੋ ਜਾਂਦੇ ਆ, ਆਪਣੀ ਇੱਛਾ ਨਾਲ ਵਿਚਰਦੇ ਆ। ਇੱਥੇ ਭਾਵ ਇੱਛਾ ਦਾ ਹੈ, ਜਿਹੋ ਜਿਹਾ ਮਰਜ਼ੀ ਰੂਪ ਧਾਰ ਸਕਦੇ ਆ। ਇਹਨਾਂ ਨੂੰ ਕਿਸੇ ਤੋਂ ਮੰਗਣ ਦੀ ਜਾਂ ਪੁੱਛਣ ਦੀ ਲੋੜ ਨਹੀਂ। ਜਦੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਕਲਗੀਆਂ ਵਾਲੇ ਸਤਿਗੁਰੂ ਨੇ
ਤਾਂ ਸ਼੍ਰੀ ਹਜ਼ੂਰ ਸਾਹਿਬ ਤੋਂ ਅੰਮ੍ਰਿਤ ਛਕਾ ਕੇ ਨਾਮ ਭਾਈ ਗੁਰਬਖਸ਼ ਸਿੰਘ ਰੱਖਿਆ। ਮਹਾਰਾਜ ਜੀ ਨੇ ਉਦੋਂ 5 ਤੀਰ ਬਖਸ਼ੇ। ਕਹਿਣ ਲੱਗੇ, ਬੰਦਾ ਸਿੰਘ, ਜੇ ਤਾਂ ਤੈਨੂੰ ਧਨ ਦੀ ਲੋੜ ਪੈ ਜੇ ਕਿਤੇ, ਤਾਂ ਉਦੋਂ ਇਹਨਾਂ 5 ਸਿੰਘਾਂ ਨੂੰ ਕੇਸੀ ਇਸ਼ਨਾਨ ਕਰਾ ਕੇ, ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਾ ਕੇ ਇਹਨਾਂ ਤੋਂ ਅਰਦਾਸ ਕਰਾਈ, ਧਨ ਦੀ ਕਮੀ ਨਹੀਂ ਰਹੇਗੀ ਤੇਰੇ ਕੋਲੇ ਜੇ ਕਿਤੇ। ਬੰਦਾ ਸਿੰਘ ਨੇ ਕਿਹਾ, ਮਹਾਰਾਜ ਦਿੱਲੀ ਦੀ ਹਕੂਮਤ ਹੈ, ਹਕੂਮਤਾਂ ਨਾਲ ਲੜਨਾ ਸੌਖਾ। ਮਹਾਰਾਜ ਕਹਿੰਦੇ, ਚਿੰਤਾ ਨਾ ਕਰੀ, ਜਦੋਂ ਤੇਰੇ ਤੇ ਇਉਂ ਲੱਗੇ ਵੀ ਜ਼ਾਲਮ ਭਾਰੂ ਹੋ ਰਹੇ ਹੈ, ਸਿੰਘਾਂ ਦੀ ਗਿਣਤੀ ਥੋੜ੍ਹੀ ਹੈ, ਜੋੜਾ ਲਾ ਕੇ ਪਰਨਾ ਪਾ ਕੇ ਗਲ ਵਿੱਚ ਇਹ 5 ਤੀਰ ਆਪਣੇ ਧਨੁਖ ਉੱਤੇ ਜੜ ਕੇ ਅੱਖਾਂ ਮੀਚ ਕੇ ਅਰਦਾਸ ਕਰੀ, ਅਰਸ਼ੀ ਫੌਜਾਂ ਸ਼ਹੀਦ ਸਿੰਘ ਆ ਕੇ ਤੇਰੀ ਮਦਦ ਕਰਨਗੇ, ਤੈਨੂੰ ਜਿੱਤਾਂ ਮਿਲਿਆ ਕਰਨਗੇ। ਇਹ ਸਾਧ ਸੰਗਤ ਜੀ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਆਏ ਨਾ ਦਿੱਲੀ ਤੋਂ ਅੱਗੇ, ਫੌਜਾਂ ਵੱਧ ਗਈਆਂ, ਦਲ ਬੜਾ ਵੱਧ ਗਿਆ, ਧਨ ਦੀ ਤੋਟ ਆ ਗਈ। ਬਾਬਾ ਬੰਦਾ ਸਿੰਘ ਨੂੰ ਇਹ ਯਕੀਨ ਸੀ, ਭਰੋਸਾ ਸੀ, ਵਿਸ਼ਵਾਸ ਸੀ ਕਿ ਗੁਰੂ ਦੇ ਬਚਨ ਅਟਲ ਹੈ, ਸਾਨੂੰ ਨਹੀਂ ਹੈ, ਉਹਨਾਂ ਨੂੰ ਵਿਸ਼ਵਾਸ ਸੀ। ਗੁਰੂ ਦੇ ਵਿਸ਼ਵਾਸ ਅਤੇ ਭਰੋਸੇ ਦੀ ਬਦੌਲਤ ਹੀ ਦਿੱਲੀ ਦੇ ਜ਼ਾਲਮ ਰਾਜ ਦੀਆਂ ਜੜ੍ਹਾਂ ਪੁੱਟੀਆਂ ਉਹਨਾਂ ਨੂੰ। ਸਾਧ ਸੰਗਤ ਜੀ, ਉਹਨਾਂ ਨੇ ਸਿੰਘਾਂ ਨੇ ਕਿਹਾ ਜੀ, ਲੰਗਰ ਦੀਆਂ ਰਸਤਾ ਮਸਤਾਨੀਆਂ ਹੋ ਗਈਆਂ, ਲੰਗਰ ਕਿੱਥੋਂ ਬਣੇਗਾ, ਫੌਜ ਬਹੁਤ ਹੋ ਗਈ ਹੈ ਦਲ ਵਿੱਚ। ਉਸੇ ਵਕਤ ਸਿੰਘਾਂ ਨੂੰ ਬੁਲਾਇਆ, ਕਹਿੰਦੇ ਖਾਲਸਾ ਜੀ ਜਾਓ, ਕੇਸੀ ਇਸ਼ਨਾਨ ਕਰਕੇ ਆਓ 5 ਸਿੰਘਾਂ ਨੂੰ, ਅਤੇ ਦੂਜੇ ਬੰਨੇ ਸਿੰਘਾਂ ਨੂੰ ਜਿਹੜੇ ਅੰਮ੍ਰਿਤਧਾਰੀ ਤਿਆਰ ਬਰ ਤਿਆਰ ਸਨ, ਕਹਿੰਦੇ ਚੁੱਲ੍ਹਾ ਬਣਾਉਣ ਲਈ ਧਰਤੀ ਪੁੱਟੋ, ਸਾਫ ਕਰੋ, ਦੇਖ ਕਰਕੇ ਅਰਦਾਸ ਕਰੀਏ। ਸਿੰਘ 5 ਤਿਆਰ ਬਰ ਤਿਆਰ ਅੰਮ੍ਰਿਤਧਾਰੀ ਆ ਗਏ। ਜਿਹੜੇ ਸਿੰਘ ਸਾਧ ਸਿੰਘ ਜੀ ਚੁੱਲ੍ਹੇ ਪੁੱਟਣ ਵਾਲੇ ਸਨ ਨਾ, ਦੇਗ ਤਿਆਰ ਕਰਨ ਵਾਸਤੇ ਧਰਤੀ ਵਿੱਚ ਹੀ ਪੁੱਟਣਾ ਸੀ ਨਾ, ਉੱਥੇ ਕਿਹੜਾ ਕੋਈ ਇੱਟਾਂ ਸੀ ਜਿਨ੍ਹਾਂ ਦੇ ਚੁੱਲ੍ਹੇ ਬਣਾ ਲੈਣੇ ਸੀ। ਜਦੋਂ ਧਰਤੀ ਸਾਫ ਕਰਕੇ ਪੁੱਟਣ ਲੱਗੇ ਨਾ, ਥੋੜ੍ਹੇ ਜਿਹੇ ਟੱਕ ਕਹੀ ਦੇ ਮਾਰੇ ਥੱਲੇ ਸੋਨੇ ਦੇ ਮੋਹਰਾਂ ਦੀ ਗਾਗਰ ਵੱਡੀ ਭਰੀ ਹੋਈ। ਸਿੰਘਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਦੱਸਿਆ, ਗਾਗਰ ਕੱਢ ਕੇ ਅੱਗੇ ਰੱਖ ਦਿੱਤੀ। ਸਾਧ ਸਿੰਘ ਜੀ, ਹਜ਼ਾਰੇ ਮੋਹਰਾਂ ਦੀ ਭਰੀ ਹੋਈ, ਹਜ਼ਾਰੇ ਮੋਹਰਾਂ ਦੀ। ਬਾਬਾ ਬੰਦਾ ਸਿੰਘ ਜੀ ਹੱਥ ਜੋੜ ਕੇ ਖੜ੍ਹੇ ਹੋ ਗਏ, ਨੇਤਰਾਂ 'ਚ ਜਲ ਆ ਗਿਆ। ਕਹਿੰਦੇ, ਖਾਲਸਾ ਜੀ, ਅਜੇ ਤਾਂ ਦੇਗ ਵੀ ਨਹੀਂ ਬਣੀ, ਅਜੇ ਤਾਂ ਕੜਾਹ ਪ੍ਰਸ਼ਾਦ ਦੀ ਰਸਤ ਵੀ ਨਹੀਂ ਲਿਆਂਦੀ ਗਈ, ਅਜੇ ਤਾਂ ਆਪਾਂ ਚੁੱਲ੍ਹੇ ਹੀ ਸਵਾਰ ਰਹੇ ਸੀ। ਕਲਗੀਆਂ ਵਾਲੇ ਸਤਿਗੁਰੂ ਦੀ ਅਜ਼ਮਤ ਵੇਖੋ, ਸ਼ਕਤੀ ਵੇਖੋ, ਕਰਾਮਾਤ ਵੇਖੋ, ਆਪਾਂ ਤਾਂ ਅਜੇ ਉਹਨਾਂ ਦੇ ਬਚਨ ਵੱਲ ਨੂੰ ਇੱਕ ਕਦਮ ਵੀ ਨਹੀਂ ਤੁਰੇ ਸੀ, ਉਹਨਾਂ ਦਾ ਬਚਨ ਮੰਨਣ ਲਈ ਅਜੇ ਤਿਆਰੀ ਕਰ ਰਹੇ ਸੀ, ਅਤੇ ਮਹਾਰਾਜ ਨੇ ਇਸ ਧਰਤੀ 'ਚੋਂ ਗੁਪਤ ਖਜ਼ਾਨਾ ਸਾਨੂੰ ਬਖਸ਼ ਦਿੱਤਾ। ਐਡੀ ਵੱਡੀ ਕਿਰਪਾ, ਐਡੀ ਵੱਡੀ ਨਦਰ, ਐਡੀ ਵੱਡੀ ਮਿਹਰ। ਔਰ ਜਦੋਂ ਸਾਧ ਸਿੰਘ ਜੀ ਸਢੌਰਾ ਮਾਰਨਾ ਸੀ, ਪੀਰ ਬੁੱਧੂ ਸ਼ਾਹ ਦਾ ਬਦਲਾ ਲੈਣਾ ਸੀ, ਸਿੰਘ ਥੋੜ੍ਹੇ ਸੀ ਮੁੱਠੀ ਭਰ, ਸਿੰਘ ਕਹਿਣ ਲੱਗੇ, ਬਾਬਾ ਜੀ ਸਿੰਘਾਂ ਨੂੰ ਉਡੀਕ ਲਓ। ਕਹਿੰਦੇ, ਕਲਗੀਆਂ ਵਾਲੇ ਦਾ ਹੁਕਮ ਹੈ, ਜੋੜਾ ਲਾ ਕੇ ਗਲ ਵਿੱਚ ਪਰਨਾ ਪਾ ਕੇ 5 ਤੀਰ ਅਸਮਾਨ ਵੱਲ ਨੂੰ ਸਿੰਨ ਲਏ, ਅਰਦਾਸ ਕੀਤੀ। ਸ਼ਹੀਦ ਸਿੰਘ ਆਏ, ਮਿੰਟਾਂ ਸਕਿੰਟਾਂ 'ਚ ਹੀ ਸਢੌਰਾ ਤਬਾਹ ਕਰਕੇ ਰੱਖ ਦਿੱਤਾ।
ਇਹ ਸ਼ਕਤੀਆਂ ਅਗੰਮੀ ਹੁੰਦੀਆਂ, ਇਹ ਸ਼ਹੀਦਾਂ ਦੀਆਂ ਸ਼ਕਤੀਆਂ, ਇਹ ਸ਼ਹੀਦਾਂ ਦੀਆਂ ਬਰਕਤਾਂ। ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਬਚਨ ਕਿਹਾ ਕਰਦੇ, ਜਦੋਂ ਸਿੰਘਾਂ ਨੇ ਕੋਈ ਸੇਵਾ ਕਰਨ ਜਾਣਾ, ਕਹਿਣਾ ਭਾਈ ਅਰਦਾਸ ਕਰਕੇ ਚੌਪੀ ਸਾਹਿਬ ਦਾ ਪਾਠ ਕਰਦਿਆਂ ਰਹਿਣਾ, ਨਾਲ ਇਹ ਧਿਆਨ ਰੱਖਣਾ ਕਲਗੀਆਂ ਵਾਲਾ ਅੰਗ ਸੰਗ ਹੈ, ਸ਼ਹੀਦ ਸਿੰਘ ਸਾਡੇ ਅੰਗ ਸੰਗ ਹਨ। ਕਹਿੰਦੇ ਜੇ ਬਚਨ ਮੰਨੋਗੇ ਸਫਲਤਾ ਮਿਲੇਗੀ, ਜੇ ਢਲਿਆਈ ਕਰੋਗੇ ਸਫਲਤਾ ਨਹੀਂ ਮਿਲੇਗੀ। ਚਾਵਲਾ ਸਾਹਿਬ ਬੈਠੇ, ਪਤਾ ਇਹਨਾਂ ਨੂੰ। ਸੋ ਸਾਧ ਸਿੰਘ ਜੀ ਜਿਹੜਾ ਬਚਨ ਮੰਨਦਾ ਸੀ ਐਨ ਮੋਰਚਾ ਜਿੱਤ ਕੇ ਆਉਂਦਾ ਸੀ, ਜਿਹੜਾ ਢਲਿਆਈ ਕਰਦਾ ਸੀ ਉਹ ਨਿੰਮੋ ਝੂਣਾ ਜਿਹਾ ਹੋ ਕੇ ਮੂੰਹ ਲਟਕਾ ਕੇ ਮਹਾਂਪੁਰਖਾਂ ਕੋਲ ਆ ਜਾਂਦਾ ਸੀ। ਉਦੋਂ ਕਹਿ ਦਿੰਦੇ ਸੀ ਤੂੰ ਅਰਦਾਸ ਕਰਕੇ ਨਹੀਂ ਤੁਰਿਆ, ਤੂੰ ਬਾਣੀ ਚੌਪੀ ਸਾਹਿਬ ਦੇ ਪਾਠ ਨਹੀਂ ਕੀਤੇ ਰਸਤੇ ਵਿੱਚ। ਸੋ ਇਸ ਕਰਕੇ ਸਾਧ ਸੰਗਤ ਜੀ, ਕਹਿਣ ਤੋਂ ਭਾਵ ਇਹ ਹੈ, ਮਹਾਰਾਜ ਕਹਿੰਦੇ ਭਾਈ ਜੈਸੀ ਜੈਸੀ ਕਿਸੇ ਦੀ ਭਾਵਨਾ ਹੁੰਦੀ ਹੈ, ਸ਼ਹੀਦ ਉਹਦੀ ਇੱਛਾ ਪੂਰੀ ਕਰਨ ਵਾਸਤੇ ਉਹਦੇ ਲਈ ਪ੍ਰਤੱਖ ਉਵੇਂ ਹੀ ਹੋ ਜਾਂਦੀ ਹੈ। ਔਰ ਇਹ ਆਪਣੀ ਮੌਜ ਨਾਲ ਵੀ ਕੋਈ ਵੀ ਰੂਪ ਧਾਰ ਸਕਦੇ ਆ ਸ਼ਹੀਦ ਸਿੰਘ, ਇਹਨਾਂ ਨੂੰ ਲੋੜ ਨਹੀਂ ਕਿਸੇ ਕੋਲੋਂ। ਸਾਧ ਸਿੰਘ ਜੀ, ਗਜਨੀ ਦੇ ਵਿੱਚ ਟਕੇ ਟਕੇ ਨੂੰ ਹਿੰਦ ਦੀਆਂ ਲੜਕੀਆਂ ਵਿਕਦੀਆਂ, ਧਿਆਨ ਨਾਲ ਸੁਣਿਓ, ਟਕੇ ਟਕੇ ਨੂੰ ਹਿੰਦ ਦੀਆਂ ਲੜਕੀਆਂ ਵਿਕ ਰਹੀਆਂ। ਪ੍ਰਾਤਨ ਸਿੰਘ ਉਸ ਸਮੇਂ ਜ਼ਫਰਨਾਮੇ ਦੀ ਪਹਿਲੀ ਹਕਾਇਤ ਦਾ ਪਾਠ ਕਰਦੇ ਹੋਏ ਪਠਾਣਾਂ ਦੇ ਇਲਾਕੇ ਵਿੱਚੋਂ ਉਹਨਾਂ ਦੇ ਘਰਾਂ ਵਿੱਚੋਂ ਵੇਚੀਆਂ ਲੜਕੀਆਂ ਨੂੰ ਲੈ ਕੇ ਆ ਕੇ ਹਿੰਦੁਸਤਾਨ ਵਿੱਚ ਹਿੰਦੂ ਪਰਿਵਾਰਾਂ ਦੇ ਸਪੁਰਦ ਕਰਦੇ। ਉੱਥੇ ਕਿਹੜੀ ਫੌਜ ਹੁੰਦੀ ਸੀ ਉਹਨਾਂ ਨਾਲ? ਉੱਥੇ ਉਹਨਾਂ ਕੋਲ ਗੁਰੂ ਦੀ ਬਾਣੀ ਦੀ ਸ਼ਕਤੀ ਅਤੇ ਸ਼ਹੀਦਾਂ ਸਿੰਘਾਂ ਦਾ ਪਹਿਰਾ ਉਹਨਾਂ ਦੇ ਨਾਲ ਹੁੰਦਾ ਸੀ। ਬੜੀ ਸੋਹਣੀ ਪ੍ਰਿੰਸੀਪਲ ਸਤਵੀਰ ਸਿੰਘ ਜੀ ਨੇ ਵੀ ਗਾਥਾ ਲਿਖੀ ਹੈ, ਪਰ ਇਹ ਉਹਨਾਂ ਦੇ ਲਿਖਣ ਤੋਂ ਉਹਨਾਂ ਨੇ ਲਿਖਤੀ ਰੂਪ ਦਿੱਤਾ, ਪਰ ਉਹਨਾਂ ਤੋਂ ਪਹਿਲਾਂ ਦੀ ਹੈ ਇਹ ਗਾਥਾ। ਇੱਕ ਮਾਈ ਜਦੋਂ ਪਾਕਿਸਤਾਨ ਬਣਿਆ ਨਾ, ਉਸ ਦਾ ਸਾਧ ਸਿੰਘ ਜੀ ਪਤੀ ਵੀ ਮਾਰ ਦਿੱਤਾ, ਤਿੰਨ ਪੁੱਤਰ ਵੀ ਮਾਰ ਦਿੱਤੇ, ਅਤੇ ਜ਼ਾਲਮਾਂ ਨੇ ਉਸ ਮਾਤਾ ਨੂੰ, ਇੱਕ ਉਹਦੀ ਲੜਕੀ ਅਤੇ ਇੱਕ ਉਹ ਮਾਤਾ, ਦੋਨਾਂ ਨੂੰ ਘੇਰ ਲਿਆ। ਲੜਕੀ ਦੀ ਇੱਜ਼ਤ ਲੁੱਟਣ ਵਾਸਤੇ ਜਦੋਂ ਅੱਗੇ ਵਧੇ ਨਾ, ਮਾਈ ਨੇ ਹੂਕ ਮਾਰੀ, ਵੇ ਕਲਗੀਆਂ ਵਾਲਿਆ, ਜੇ ਤੂੰ ਮੇਰੀ ਪਤਨੀ ਢੱਕਣੀ ਸੀ ਤਾਂ ਆਪਣਾ ਲੜ ਮੈਨੂੰ ਕਿਉਂ ਫੜਾਇਆ ਸੀ? ਆਪਣੇ ਸਿੰਘ ਕਿਉਂ ਸਜਾਇਆ ਸੀ ਸਾਨੂੰ? ਇੰਨੀ ਆਵਾਜ਼ ਦਿੱਤੀ ਕੇਵਲ ਇੰਨੀ ਵੀ ਮੇਰੀ ਲੜਕੀ ਦੀ ਇੱਜ਼ਤ, ਮੇਰਾ ਪਤੀ ਵੀ ਮਾਰ ਦਿੱਤਾ, ਪੁੱਤਰ ਵੀ ਮਾਰ ਦਿੱਤੇ, ਮੇਰੀ ਲੜਕੀ ਦੀ ਇੱਜ਼ਤ ਜ਼ਾਲਮ ਲੁੱਟਣ ਲੱਗੇ ਆ। ਕਹਿੰਦੇ ਅਸਮਾਨ ਵਿੱਚੋਂ ਉਸੇ ਵਕਤ ਘੋੜ ਸਵਾਰ ਹੱਥ ਵਿੱਚ ਨੇਜਾ, ਕਲਗਿਆਂ ਵਾਲੇ ਸਾਹਮਣੇ ਆ ਗਏ, ਜਿੰਨੇ ਜ਼ਾਲਮ ਸਨ ਘੇਰਾ ਪਾਇਆ, ਸਾਰੇ ਥਾਂ ਹੀ ਲਟਾ ਦਿੱਤੇ ਮਾਰ ਮਾਰ ਕੇ। ਉਦੋਂ ਫਿਰ ਮਾਤਾ ਨੇ ਕਿਹਾ ਇਹ ਕਲਗੀਆਂ ਵਾਲਾ ਆਪ ਆਇਆ ਸੀ, ਆਪ ਪ੍ਰਤੱਖ ਰੂਪ ਵਿੱਚ ਮੇਰੀ ਧੀ ਦੀ ਇੱਜ਼ਤ ਬਚਾਉਣ ਵਾਸਤੇ। ਫਿਰ ਉਸ ਘੇਰੇ ਵਿੱਚੋਂ ਮਹਾਰਾਜ ਨੇ ਇਸ਼ਾਰਾ ਕੀਤਾ, ਇਸ ਪਾਸੇ ਨੂੰ ਤੁਰ ਜਾ, ਸੁਰੱਖਿਅਤ ਪਹੁੰਚ ਜਾਏਗੀ। ਉੱਧਰ ਨੂੰ ਪਹੁੰਚ ਗਈ। ਸਾਧ ਸਿੰਘ ਜੀ, ਇੱਕ ਬੜੀ ਸੋਹਣੀ ਸੰਨ 65 ਦਾ ਜ਼ਿਕਰ ਹੈ, ਇਹ ਗੁਰਦੁਆਰਾ ਬੰਗਲਾ ਸਾਹਿਬ ਅੰਗਰੇਜ਼ਾਂ ਦੇ ਇੱਕ ਵੱਡੇ ਕਮਾਂਡਰ ਨੇ ਆਪ ਹੱਡ ਬੀਤੀ ਘਟਨਾ ਸੁਣਾਈ। ਕਹਿੰਦੇ ਜਦੋਂ ਵਰਲਡ ਵਾਰ ਦੂਸਰੀ ਲੱਗੀ ਨਾ,
ਤਾਂ ਜਰਮਨ ਦੇ ਵਿੱਚ ਜਿਹੜੀ ਸਾਡੀ ਪਲਟਨ ਸੀ ਨਾ, ਕਹਿੰਦੇ 18-19 ਬੰਦਿਆਂ ਦੀ ਪਲਟਨ ਸਾਡੀ ਘਿਰ ਗਈ। ਉਸ ਸਮੇਂ ਕਹਿੰਦੇ 1-2 ਸਿੱਖ ਸਨ ਸਾਡੇ ਨਾਲ, ਬਾਕੀ ਅਸੀਂ ਸਾਰੇ ਗੋਰੇ। ਕਹਿੰਦੇ ਉਸ ਸਮੇਂ ਸਾਡੇ ਨਾਲ ਦੇ ਇੱਕ ਸਿੱਖ ਨੇ ਅਰਦਾਸ ਕੀਤੀ ਮਹਾਰਾਜ ਦੇ ਚਰਨਾਂ 'ਚ, ਕਿਹੇ ਸੱਚੇ ਪਾਤਸ਼ਾਹ ਇੱਥੋਂ ਜਿਉਂਦੇ ਬਚ ਕੇ ਨਹੀਂ ਜਾ ਸਕਦੇ, ਸਾਡੀ ਸਹਾਇਤਾ ਕਰੋ। ਉਹ ਗੋਰਾ ਅੰਗਰੇਜ਼ ਅਫਸਰ ਦੱਸਦਾ, ਬੰਗਲਾ ਸਾਹਿਬ ਭਰੇ ਇਕੱਠ ਵਿੱਚ ਉਹਨੇ ਹੱਡ ਬੀਤੀ ਵਾਰਤਾ ਸੁਣਾਈ, ਆਪ ਅੰਗਰੇਜ਼ਾਂ ਦੀਆਂ ਪੁਸਤਕਾਂ ਵਿੱਚ ਲਿਖੀ ਹੋਈ ਹੈ, ਮੈਨੂੰ ਪੁਸਤਕ ਦਾ ਨਾਮ ਭੁੱਲ ਗਿਆ ਉਹਦਾ। ਉਹ ਕਹਿਣ ਲੱਗਾ ਕਿ ਐਨ ਵੇਖਦਿਆਂ ਵੇਖਦਿਆਂ ਇੱਕ ਅਸਮਾਨ ਵਿੱਚ ਘੋੜ ਅਸਵਾਰ, ਜਿਹਦਾ ਸਰੀਰ ਦਿਖਾਈ ਨਹੀਂ ਦਿੰਦਾ ਪਰ ਨੂਰ ਨੂਰ ਉੱਥੇ ਪ੍ਰਕਾਸ਼ ਹੀ ਦਿਖਾਈ ਦੇ ਰਿਹਾ, ਉਹ ਆਉਂਦਾ ਅਤੇ ਆਪਣਾ ਘੋੜਾ ਅੱਗੇ ਲਾ ਕੇ ਹੱਥ ਨਾਲ ਇਸ ਤਰ੍ਹਾਂ ਐਂ ਇਸ਼ਾਰਾ ਕਰਦਾ ਵੀ ਮੇਰੇ ਮਗਰ ਮਗਰ ਤੁਰੇ ਆਓ। ਕਹਿੰਦੇ ਜਦੋਂ ਅਸੀਂ ਨਿਕਲ ਗਏ ਨਾ ਉੱਥੋਂ ਘੇਰੇ ਵਿੱਚੋਂ, ਉਸ ਤੋਂ ਬਾਅਦ ਉਹ ਸਿੱਖ ਜਿਹੜਾ ਸਾਡੇ ਨਾਲ 1-2 ਸਨ, ਉਹ ਕਹਿੰਦੇ ਵੀ ਕੋਈ ਪ੍ਰਬੰਧ ਕਰੋ ਕੜਾਹ ਪ੍ਰਸ਼ਾਦ ਦੀ ਦੇਗ ਬਣਾਉਣੀ, ਕਿ ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਇਹ ਕੌਣ ਹੈ, ਕਿਹੜੇ ਧਰਮ ਨੂੰ ਮੰਨਣ ਵਾਲੇ ਹੈ। ਉਹ ਸਿੱਖਾਂ ਨੇ ਦੇਗ ਬਣਾਈ ਜਿਵੇਂ ਕਿਵੇਂ ਵੀ ਬਣੀ ਵਿਚਾਰਿਆਂ ਕੋਲੋਂ, ਉਹਨਾਂ ਨੇ ਅਰਦਾਸ ਕੀਤੀ ਮਹਾਰਾਜ ਦੇ ਚਰਨਾਂ 'ਚ ਸ਼ੁਕਰਾਨੇ ਦੀ। ਉਸ ਤੋਂ ਬਾਅਦ ਉਹ ਅੰਗਰੇਜ਼ ਜਦੋਂ ਅੱਗੇ ਕਿਤੇ ਗਿਆ, ਉਹਨੇ ਫੋਟੋ ਦੇਖੀ ਕਲਗੀਧਰ ਪਾਤਸ਼ਾਹ ਜੀ ਦੀ ਘੋੜੇ 'ਤੇ ਸਵਾਰ ਹੋਇਆਂ ਦੀ ਫੋਟੋ। ਜਦੋਂ ਕਹਿੰਦੇ ਫੋਟੋ ਵੇਖੀ, ਕਹਿੰਦਾ ਇਹੀ ਸਨ ਜਿਹੜੇ ਸਾਨੂੰ ਲੈ ਕੇ ਗਏ। ਫਿਰ ਉਹ ਸਾਧ ਸੰਗਤ ਜੀ, ਉਹਨੇ ਸਾਬਤ ਸੂਰਤ ਕੇਸ ਰੱਖੇ, ਅੰਮ੍ਰਿਤਧਾਰੀ ਹੋਇਆ, ਉਹਨੇ ਬੰਗਲਾ ਸਾਹਿਬ ਇਹ ਸੰਗਤ ਦੇ ਵਿੱਚ ਆਪਣੀ ਹੱਡ ਬੀਤੀ ਘਟਨਾ ਸੁਣਾਈ। ਕਹਿੰਦੇ ਸਿੱਖੋ, ਤੁਹਾਨੂੰ ਕਲਗੀਆਂ ਵਾਲੇ 'ਤੇ ਵਿਸ਼ਵਾਸ ਹੀ ਨਹੀਂ, ਭਰੋਸਾ ਹੀ ਨਹੀਂ, ਤੁਸੀਂ ਤਾਂ ਉਹਨਾਂ ਦੇ ਦੁਆਰਾ ਪੈਦਾ ਹੋਏ, ਤੁਹਾਨੂੰ ਉਹਨਾਂ ਨੇ ਜਨਮ ਦਿੱਤਾ, ਤੁਹਾਨੂੰ ਪਾਲਿਆ, ਤੁਹਾਨੂੰ ਆਪਣੇ ਪੁੱਤਰ ਧੀਆਂ ਬਣਾਇਆ। ਪਰ ਉਹ ਸਿੱਖ ਜਿਹੜਾ ਆਪਣਾ ਮੂੰਹ ਸਿਰ ਦਾੜਾ ਕੇਸ ਕਟਾ ਕੇ ਤੁਰਿਆ ਫਿਰਦਾ, ਕਹਿੰਦਾ ਉਹਨੂੰ ਜੰਮਣ ਤੋਂ ਪਹਿਲਾਂ ਹੀ ਮਰ ਜਾਣਾ ਚਾਹੀਦਾ ਸੀ, ਜਿਨ੍ਹਾਂ ਦੀ ਕੁੱਲ ਵਿੱਚ ਜਿਸ ਕੌਮ ਵਿੱਚ ਐਡਾ ਵੱਡਾ ਰਹਿਬਰ ਪੈਦਾ ਹੋਇਆ ਹੋਵੇ, ਜਿਹੜਾ ਕਹਿੰਦੇ 300 ਸਾਲ 250 ਸਾਲ ਸੱਚਖੰਡ ਜਾਣ ਤੋਂ ਬਾਅਦ ਵੀ ਆਪਣੇ ਸਿੱਖਾਂ ਦੀ ਰੱਖਿਆ, ਸਾਡੇ ਵਰਗਿਆਂ ਦੀ ਜਿਹਨੇ ਰੱਖਿਆ ਕੀਤੀ, ਤੁਹਾਨੂੰ ਉਸ ਉੱਤੇ ਵਿਸ਼ਵਾਸ ਹੀ ਨਹੀਂ, ਭਰੋਸਾ ਹੀ ਨਹੀਂ ਹੈ। ਬੜੀ ਵੀਰਤਾਪੂਰਵਕ ਉਸ ਅੰਗਰੇਜ਼ ਅਫਸਰ ਨੇ, ਕਮਾਂਡਰ ਨੇ ਆਪਣੇ ਨਾਲ ਹੱਡ ਬੀਤੀ ਘਟਨਾ ਸੁਣਾਈ। ਕਹਿੰਦਾ ਜਿਹੜਾ ਲੰਮਾ ਲੰਮਾ ਦਾੜਾ, ਇਹ ਕਕਾਰ, ਇਹ ਬਾਣਾ, ਇਹ ਉਹ ਕਲਗੀ ਵਾਲੇ ਦੀ ਰੱਖਿਆ ਕਰਕੇ, ਪਰਉਪਕਾਰ ਕਰਕੇ, ਕਹਿੰਦਾ ਮੈਂ ਇਹ ਬਾਣਾ ਹੀ ਬਾਣਾ ਧਾਰਨ ਕੀਤਾ, ਤੁਸੀਂ ਕਿੱਥੇ ਭੁੱਲੇ ਭਟਕੇ ਹੋ। ਸੋ ਸਾਧ ਸਿੰਘ ਜੀ, ਇਹ ਗੁਰੂ ਦੀਆਂ ਬਰਕਤਾਂ ਹਨ। ਕਿਉਂ ਬਈ, ਜੈਸੀ ਜੈਸੀ ਕਿਸੇ ਦੀ ਭਾਵਨਾ ਹੁੰਦੀ ਹੈ, ਸਿੱਧ ਉਸ ਲਈ ਪ੍ਰਤੱਖ ਹੋ ਜਾਂਦੇ ਹਨ ਸ਼ਹੀਦ। ਭੂਤ ਪ੍ਰੇਤ ਅਸੁਰਾਨ ਪਰ ਸਭ ਕੋ ਇਹ ਜੋ ਵੈ, ਕਹਿੰਦੇ ਜਿਹੜੇ ਸ਼ਹੀਦ ਹੈ ਨਾ, ਸ਼ਹੀਦ ਆ ਸਿੱਖ ਇੰਨੇ ਭੁੱਲੇ ਹੈ, ਆ ਵਡਭਾਗ ਸਿੰਘ ਦੇ ਡੇਰੇ ਜਾਂਦੇ ਆ, ਇੱਥੇ ਵੀ ਹੋਲਾ ਮਹੱਲਾ ਮਨਾਉਣ ਆਉਂਦੇ ਆ, ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੇ ਰੰਨੇ ਦੀ, ਢੋਲ ਢਮੱਕਾ ਸਰਵਰ ਦਾ, ਕੋਈ ਹਿੜਵਸ ਬਾਬੇ ਨਾਨਕ ਦੀ, ਬਾਬੇ ਨਾਨਕ ਦੀ ਨੂੰ ਹਿੜਵਸ ਹੀ ਦੱਸਦੇ ਆ ਵੀ 2-4 ਹੀ ਆਉਂਦੇ ਆ, ਅਤੇ ਢੋਲਾਂ ਢਮੱਕਿਆਂ 'ਤੇ ਨਗਾਰੇ ਲਾ ਕੇ ਪਿੰਡਾਂ ਵਿੱਚੋਂ ਤੁਰ ਪੈਂਦੇ ਆ। ਕਹਿੰਦੇ ਧੌਲੀ ਧਾਰ ਜਾਣਾ ਵਡਭਾਗ ਸਿੰਘ ਦੇ ਡੇਰੇ ਧੀਰ ਮੱਲੀਆਂ ਦੇ ਉਨੇ ਤੋਂ ਅੱਗੇ, ਉੱਥੇ ਨੂੰ ਲੱਖਾਂ ਦੀ ਗਿਣਤੀ ਵਿੱਚ ਤੁਰੇ ਜਾਂਦੇ ਆ ਕਿ ਉਹ ਭੂਤ ਕੱਢਦਾ।
ਦੇਖੋ ਕਿੰਨੀ ਮਨਮਤ ਸਾਡੇ ਉੱਤੇ ਹਾਵੀ ਹੋ ਗਈ ਹੈ। ਭੂਤਾਂ ਤੋਂ ਡਰਦੇ, ਪ੍ਰੇਤਾਂ ਤੋਂ ਡਰਦੇ, ਦਰ ਦਰ ਧੱਕੇ ਖਾਂਦੇ ਫਿਰਦੇ ਆ ਸਿੱਖ। ਕਦੇ ਕਿਤੇ ਨੱਕ ਰਗੜਦੇ ਆ, ਕਦੇ ਕਿਸੇ ਭੂਤੜੀਏ ਕੋਲੇ, ਕਦੇ ਕਿਸੇ ਭੂਤੜੀਏ ਕੋਲੇ ਤੁਰੇ ਫਿਰਦੇ ਆ। ਸਾਧ ਸਿੰਘ ਜੀ ਕਹਿੰਦੇ ਜਿਹੜੇ ਸ਼ਹੀਦ ਹੈ ਕਲਗੀਧਰ ਕਹਿ ਰਹੇ ਭੂਤ ਪ੍ਰੇਤ ਔਰ ਜੱਟ, ਭੂਤ ਪ੍ਰੇਤ ਔਰ ਸਰਾਰ ਪਰ ਸਭ ਕੋ ਇਹ ਦੇਵ ਹੈ। ਕਹਿੰਦੇ ਸ਼ਹੀਦ ਭੂਤਾਂ ਨੂੰ ਵੀ ਦੇਖਦੇ ਵੀ ਕੀ ਹਰਕਤ ਕਰਦੇ ਆ। ਭਰੋਸਾ ਚਾਹੀਦਾ ਬਾਬਾ ਦੀਪ ਸਿੰਘ ਜੀ ਨੂੰ, ਸਾਹਿਬਜ਼ਾਦਿਆਂ ਨੂੰ ਧਿਆ ਲਓ, ਭੂਤ ਤਾਂ ਜੂਆਂ ਛੱਡ ਦੇਣਗੇ, ਭੂਤਾਂ ਤੋਂ ਡਰਦੇ ਐਵੇਂ ਉੱਥੇ ਧੱਕੇ ਖਾਂਦੇ ਫਿਰਦੇ ਹੋ ਤੁਸੀਂ। ਕਹਿੰਦੇ ਭੂਤਾਂ ਨੂੰ ਵੀ ਦੇਖਦੇ ਆ ਕਿ ਸਾਡੇ ਸਿੱਖਾਂ ਨਾਲ ਕੋਈ ਗਲਤ ਹਰਕਤ ਤਾਂ ਨਹੀਂ ਕਰਦੇ। ਪ੍ਰੇਤਾਂ ਨੂੰ ਵੀ ਵੇਖਦੇ ਆ, ਪ੍ਰੇਤ ਦੀ ਜੂਨ ਇੰਨੀ ਭੈੜੀ ਹੈ, ਸੂਈ ਦੇ ਜਿਹੜਾ ਪਿੱਛੇ ਹੁੰਦਾ ਨਾ ਆਪਣੇ ਜਿਹਦੇ ਵਿੱਚ ਦੀ ਧਾਗਾ ਕੱਢੀ ਦਾ ਨੱਕੇ ਦੇ ਵਿੱਚ ਦੀ, ਉਨਾ ਕੁ ਮੂੰਹ ਹੁੰਦਾ ਪ੍ਰੇਤ ਦਾ। ਜਿਹੜੀ ਵਸਤੂ ਨੂੰ ਹੱਥ ਲਾ ਦੇ ਉਹ ਵਿਸ਼ਟਾ ਬਣ ਜਾਂਦੀ ਹੈ, ਸਵਾ ਮਣ ਖੂਨ ਪੀਂਦਾ ਬੰਦੇ ਦਾ, ਤਾਂ ਰੱਜਦਾ ਪ੍ਰੇਤ। ਇੰਨੀ ਨਖਿਧ ਜੁਨੀ ਹੈ ਇਹ। ਪਰ ਕਹਿੰਦੇ ਸ਼ਹੀਦ ਜਿਹੜੇ ਆ ਪ੍ਰੇਤਾਂ ਨੂੰ ਵੀ ਵੇਖਦੇ ਆ ਕਿ ਸਾਡੇ ਸਿੱਖਾਂ ਨੂੰ ਤੰਗ ਤਾਂ ਨਹੀਂ ਕਰਦੇ। ਭੂਤ ਪ੍ਰੇਤ ਕਰਦੇ ਆ ਪਰ ਮਨਮੁੱਖਾਂ ਦੇ ਦੁਆਲੇ ਹੁੰਦੇ ਆ, ਮਨਮੁੱਖਾਂ ਦਾ ਲਹੂ ਪੀਂਦੇ ਆ। ਇਸ ਕਰਕੇ ਕਿਉਂ ਮਹਾਰਾਜ ਜੀ ਨੇ ਕਿਹਾ ਨਹੀਂ ਕਈ ਕੋਟ ਭੂਤ ਪ੍ਰੇਤ ਸ਼ੁਕਰ ਮਿਰਗਾਚ, ਅਨੰਦਪੁਰ ਸਾਹਿਬ ਦਾ ਬਚਨ ਹੈ, ਸਿੱਖਾਂ ਨੇ ਕਿਹਾ, ਧਿਆਨ ਨਾਲ ਸੁਣਿਓ। ਮਹਾਰਾਜ ਕਲਗੀਧਰ ਨੂੰ ਕਹਿੰਦੇ ਮਹਾਰਾਜ ਭੂਤ ਪ੍ਰੇਤ ਹੈਗੇ ਆ, ਆਪਣੇ ਵਰਗੇ ਸੀ ਨਾ ਨਾਸਤਕ ਖਿਆਲਾਂ ਵਾਲੇ ਵਿੱਚ ਬੈਠੇ ਜਿਹੜੇ ਅੱਜ ਆਪਾਂ ਕਿੰਤੂ ਪਰੰਤੂ ਕਰਦੇ ਹਾਂ। ਕਹਿੰਦੇ ਭੂਤ ਪ੍ਰੇਤ ਹੈਗੇ ਆ? ਕਹਿੰਦੇ ਮਹਾਰਾਜ ਕਹਿੰਦੇ ਕਿਉਂ ਨਹੀਂ ਹੈਗੇ? ਹੈਗੇ ਆ, ਗੁਰੂ ਅਰਜਨ ਦੇਵ ਜੀ ਦੇ ਬਚਨ ਹੈ, ਕਈ ਕੋਟ ਭੂਤ ਪ੍ਰੇਤ ਸ਼ੁਕਰ ਮਿਰਗਾਟ, ਕਰੋੜਾਂ ਦੀ ਗਿਣਤੀ ਹੈ ਮਹਾਰਾਜ ਕਹਿੰਦੇ ਖਾਲਸਾ ਜੀ ਇਹਨਾਂ ਦੀ। ਕਹਿੰਦੇ ਮਹਾਰਾਜ ਦਿਖਾਓ। ਕਹਿੰਦੇ ਦਿਖਾ ਦਿੰਦੇ ਹਾਂ। ਮਹਾਰਾਜ ਜੀ ਨੇ ਇਸ਼ਾਰਾ ਕੀਤਾ ਅਨੰਦਪੁਰ ਸਾਹਿਬ ਨੂੰ, ਜਿਹੜਾ ਰਸਤਾ ਵੀ ਦੇਖਦਾ ਭੂਤਾਂ ਨਾਲ ਹੀ ਭਰਿਆ ਆਉਂਦਾ, ਸਿੱਖ ਉਹਨਾਂ ਦੀਆਂ ਸ਼ਕਲਾਂ ਹਾਲਤਾਂ ਦੇਖ ਕੇ ਕੰਬੀ ਜਾਂਦੇ ਹੈ ਵੀ ਇਹੋ ਜਿਹੇ ਭੂਤ ਪ੍ਰੇਤ ਹੁੰਦੇ ਆ, ਬੜੀਆਂ ਅਵਗਤ ਰੂਹਾਂ। ਫਿਰ ਸਿੱਖ ਪੁੱਛਦੇ ਆ ਮਹਾਰਾਜ ਇਹ ਬਣਦੇ ਕਿਵੇਂ ਆ? ਕਹਿੰਦੇ ਇਹਨਾਂ ਤੋਂ ਹੀ ਪੁੱਛ ਲਓ ਜਾ ਕੇ। ਭੂਤਾਂ ਨੇ ਪ੍ਰੇਤਾਂ ਦੀਆਂ ਰੂਹਾਂ ਨੇ ਬਚਨ ਕਿਹਾ। ਕਹਿੰਦੇ ਜਿਹੜੇ ਸਿੰਘ ਸਿੰਘਣੀ ਦਾ ਆਨੰਦ ਕਾਰਜ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਨਹੀਂ ਹੁੰਦਾ, ਜਿਹੜਾ ਬੇਅੰਮ੍ਰਿਤੀਆ ਆਨੰਦ ਕਾਰਜ ਕਰਾਉਂਦਾ, ਜਿਹਨੇ ਅੰਮ੍ਰਿਤ ਨਹੀਂ ਨਾ ਕਹਿੰਦੇ ਛਕਿਆ ਹੁੰਦਾ, ਇਤਿਹਾਸ ਦੇ ਬਚਨ ਹੈ, ਸਿੱਖ ਦਾ ਬੱਚਾ ਬੱਚੀ ਜੇ ਬੇਅੰਮ੍ਰਿਤੀਆ ਹੋ ਕੇ ਆਨੰਦ ਕਾਰਜ ਕਰਦਾ ਜਾਂ ਦਾੜਾ ਕੇਸ ਕਟਾ ਕੇ ਰੋਮਾਂ ਦੀ ਬੇਅਦਬੀ ਕਰਕੇ ਆਨੰਦ ਕਾਰਜ ਕਰਦਾ, ਕਹਿੰਦੇ ਜਦੋਂ ਫੇਰੇ ਲੈਂਦੇ ਆ ਉਹਨਾਂ ਦੀਆਂ ਸਰੀਰਾਂ ਨਾਲ, ਅਸੀਂ ਗੁਪਤ ਰੂਪ ਵਿੱਚ ਇੱਕ ਇੱਕ ਰੋਮ ਤੋੜ ਲਈਦਾ, ਜਦੋਂ ਮਰਦੇ ਆ ਉਹਨਾਂ ਨੂੰ ਅਸੀਂ ਫਿਰ ਆਪਣੇ ਵਿੱਚ ਰਲਾ ਲੈਂਦੇ ਹਾਂ, ਨਗੁਰਿਆਂ ਨੂੰ, ਬੇਮੁੱਖਾਂ ਨੂੰ। ਇਉਂ ਕਹਿੰਦੇ ਸਾਡੀ ਗਿਣਤੀ ਵੱਧਦੀ ਹੈ। ਪਰ ਜਿਹੜਾ ਅੰਮ੍ਰਿਤਧਾਰੀ ਤਿਆਰ ਬਰ ਤਿਆਰ ਹੋ ਕੇ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਆਨੰਦ ਕਾਰਜ ਪ੍ਰਕਰਮਾ ਹੁੰਦੀਆਂ, ਆਨੰਦ ਕਾਰਜ ਪੂਰਾ ਹੁੰਦਾ, ਕਹਿੰਦੇ ਉਹਨਾਂ 'ਤੇ ਸਾਡਾ ਬਸ ਨਹੀਂ ਚੱਲਦਾ। ਇਹ ਮਹਾਰਾਜ ਸਾਹਿਬ ਨੇ ਇੱਥੇ ਅਨੰਦਪੁਰ ਸਾਹਿਬ ਹੀ ਬਚਨ ਕਹੇ ਸਨ। ਅਤੇ ਗੁਰੂ ਸਾਹਿਬ ਦਿਖਾ ਸਕਦੇ ਹੈ, ਅਤੇ ਜੇ ਹਨ ਸੀ ਤਾਂ ਹੀ ਦਿਖਾਏ ਹੈ, ਐਵੇਂ ਗੱਲਾਂ ਕਰੀ ਜਾਣੀਆਂ। ਪਰ ਸ਼ਹੀਦ ਸਿੰਘ ਕਹਿੰਦੇ ਪ੍ਰੇਤਾਂ ਨੂੰ ਵੀ ਵੇਖਦੇ ਹੈ, ਅਸਰਾਰ ਰਾਕਸ਼ਾਂ ਨੂੰ ਵੀ ਦੇਖਦੇ ਹੈ। ਜਦੋਂ ਧੰਨ ਗੁਰੂ ਅਮਰਦਾਸ ਜੀ ਨੂੰ ਗੁਰੂ ਅੰਗਦ ਦੇਵ ਜੀ ਨੇ ਕਿਹਾ ਪੁਰਖਾ ਜਾ ਗੋਂਦਾ ਖੱਤਰੀ ਆਇਆ ਗੋਂਦਵਾਲ ਸਾਹਿਬ ਵਸਾ ਦੇ,
ਤਾਂ ਉਸ ਵਕਤ ਮਹਾਰਾਜ ਕਹਿੰਦੇ ਭਾਈ ਗੋਂਦੇ ਕਿਉਂ ਨਹੀਂ ਵੱਸਦਾ? ਕਹਿੰਦੇ ਮਹਾਰਾਜ ਪ੍ਰੇਤ ਆਤਮਾਵਾਂ ਨਗਰ ਸ਼ਾਮ ਨੂੰ ਬਣਾ ਕੇ ਹਟੀਦਾ, ਰਾਤ ਨੂੰ ਢਾ ਦਿੰਦੇ, ਉਜਾੜ ਦਿੰਦੇ ਆ। ਤੀਜੇ ਪਾਤਸ਼ਾਹ ਨੂੰ ਕਹਿੰਦੇ ਤੁਸੀਂ ਜਾਓ, ਜਾ ਕੇ ਨਗਰ ਵਸਾਓ। ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਭੂਤ ਪ੍ਰੇਤਾਂ ਦਾ ਕੀ ਕਰਨਾ? ਕਹਿੰਦੇ ਛੱਟੀ ਲੈ ਜਾਓ, ਵਾਹਿਗੁਰੂ ਕਹਿ ਕੇ ਕਾਰ ਕੱਢ ਦਿਓ, ਸਾਰੇ ਛੱਡ ਜਾਣਗੇ। ਸਾਧ ਸੰਗਤ ਜੀ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਗਏ ਨਾ, ਕਾਰ ਕੱਢੀ, ਤਾਂ ਜਿਹੜਾ ਕਾਣਾ ਦਿਓ ਸੀ ਜਿਹਦਾ ਉਧਾਰ ਦਸਵੇਂ ਪਾਤਸ਼ਾਹ ਨੇ ਬਠਿੰਡੇ ਦੇ ਕਿਲ੍ਹੇ ਵਿੱਚ ਕੀਤਾ, ਇਹ ਸਾਰੇ ਉੱਥੇ ਹੀ ਸਨ। ਕਹਿੰਦੇ ਮਹਾਰਾਜ ਕਿੱਧਰ ਨੂੰ ਜਾਈਏ? ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਭਾਈ ਸਰਹੰਦ ਦੇ ਇਲਾਕੇ ਵਿੱਚ ਚਲੇ ਜਾਓ, ਜਿੱਥੇ ਸਾਹਿਬਜ਼ਾਦਿਆਂ ਨੂੰ ਜ਼ਾਲਮਾਂ ਨੇ ਸ਼ਹੀਦ ਕਰਨਾ, ਉਹਨਾਂ ਨੂੰ ਤੁਸੀਂ ਇਸ ਪਾਪ ਦੀ ਸਜ਼ਾ ਦੇਣੀ। ਉਹ ਕਹਿੰਦੇ ਕਿੱਥੇ ਛੱਡ ਕੇ ਜਾਈਏ, ਕੋਈ ਧਰਤੀ ਤਾਂ ਦੱਸੋ। ਕਹਿੰਦੇ ਉੱਧਰ ਨੂੰ ਚਲੇ ਜਾਓ, ਗੁਰੂ ਮਾਰੀ ਸਰਹੰਦ ਕਹਿੰਦੇ ਸਨ ਪ੍ਰਾਤਨ ਸਿੱਖ, ਕਹਿੰਦੇ ਉੱਧਰ ਨੂੰ ਚਲੇ ਜਾਓ। ਤੋ ਸਾਧ ਸਿੰਘ ਜੀ ਉੱਧਰ ਨੂੰ ਚਲੇ ਗਏ, ਕੁਛ ਇੱਧਰ ਨੂੰ ਆ ਗਏ। ਫਿਰ ਦਸਮ ਪਾਤਸ਼ਾਹ ਜੀ ਨੇ ਇੱਥੋਂ ਕੱਢੇ, ਕਹਿੰਦੇ ਕਿੱਥੇ ਜਾਈਏ ਮਹਾਰਾਜ? ਕਹਿੰਦੇ ਉੱਧਰ ਟਿੱਬਿਆਂ ਦੇ ਇਲਾਕੇ ਵਿੱਚ ਚਲੇ ਜਾਓ। ਜਦੋਂ ਮਹਾਰਾਜ ਫਿਰ ਦਸਮ ਪਾਤਸ਼ਾਹ ਜੀ ਦਮਦਮਾ ਸਾਹਿਬ ਗਏ, ਫਿਰ ਸਿੱਖਾਂ ਨੇ ਬਠਿੰਡੇ ਦੀਆਂ ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਦਿਓ, ਰਾਕਸ਼ ਜੁਨੀ ਬੜਾ ਤੰਗ ਕਰਦੀ ਹੈ, ਫਸਲਾਂ ਦੀਆਂ ਫਸਲਾਂ ਉੱਜੜ ਜਾਂਦੀਆਂ, ਦੇਖਣ ਨੂੰ ਹਰੀਆਂ ਭਰੀਆਂ ਲੱਗਦੀਆਂ ਪਰ ਅਚਾਨਕ ਹੀ ਸੁੱਕ ਜਾਂਦੀਆਂ, ਅਨਾਜ ਸੁੱਕਾ ਹੀ ਵਿੱਚੋਂ ਥੋਥਾ ਜਿਹਾ ਹੀ ਹੱਥ ਆਉਂਦਾ ਔਰ ਕਲੇਸ਼ ਪਿਆ ਰਹਿੰਦਾ। ਮਹਾਰਾਜ ਕਹਿੰਦੇ ਭਾਈ ਕਾਣਾ ਦਿਓ ਰਹਿੰਦਾ, ਇਹ ਸਾਰੇ ਰਾਕਸ਼ ਜੁਨੀਆਂ ਤੁਹਾਡਾ ਉਡਾੜਾ ਕਰਦੀਆਂ, ਤੁਸੀਂ ਗੁਰੂ ਦੇ ਨਿਮਿੱਤ ਦਸਵੰਧ ਨਹੀਂ ਦਿੰਦੇ ਆਪਣੀ ਕਿਰਤ ਕਮਾਈ ਖੇਤੀਆਂ ਵਿੱਚੋਂ, ਕਮਾਈ ਵਿੱਚੋਂ, ਤਾਂ ਇਹ ਸਾਰਾ ਨੁਕਸਾਨ ਕਰਦੇ ਆ। ਫਿਰ ਮਹਾਰਾਜ ਜੀ ਨੇ ਜਾ ਕੇ ਸਾਧ ਸਿੰਘ ਜੀ ਬਠਿੰਡੇ ਤੋਂ ਕਾਣੇ ਦਿਓ ਨੂੰ ਕੱਢਿਆ, ਉਧਾਰ ਕੀਤਾ, ਤਾਂ ਉਸ ਇਲਾਕੇ ਵਿੱਚ ਫਿਰ ਸ਼ਾਂਤੀ ਵਰਤੀ। ਇਹ ਸਾਰੇ ਗੁਰੂ ਕੇ ਇਤਿਹਾਸ ਵਿੱਚ ਬਚਨ ਆਉਂਦੇ ਆ। ਨੌਵੇਂ ਪਾਤਸ਼ਾਹ ਜੀ ਵੀ ਜਦੋਂ ਦਿੱਲੀ ਸ਼ਹਾਦਤ ਦੇਣ ਗਏ, ਪ੍ਰੇਤ ਦੀ ਹਵੇਲੀ ਵਿੱਚ ਹੀ ਮਹਾਰਾਜ ਜੀ ਨੂੰ ਠਹਿਰਾਇਆ ਸੀ ਨਾ ਔਰੰਗੇ ਨੇ, ਕਿ ਪ੍ਰੇਤ ਤੋਂ ਡਰਦੇ ਮਹਾਰਾਜ ਜੀ ਈਨ ਮੰਨ ਜਾਣਗੇ। ਜਦੋਂ ਪ੍ਰੇਤ ਰਾਤ ਨੂੰ ਆਇਆ ਰੂਹ ਸਤਿਗੁਰਾਂ ਦੇ ਸਨਮੁਖ, ਉਸ ਵਕਤ ਫਿਰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਦਸ ਭਾਈ, ਕਹਿਣ ਲੱਗਾ ਮਹਾਰਾਜ ਦੋ ਭਰਾ ਸੀ, ਅਸੀਂ ਬੜੇ ਪ੍ਰੇਮ ਨਾਲ ਆਪਣੀ ਕਮਾਈ ਕਰਕੇ ਹਵੇਲੀ ਬਣਾਈ, ਪਰ ਮੈਂ ਛੋਟੇ ਭਰਾ ਨਾਲ ਦਗਾ ਕੀਤਾ, ਛੋਟੇ ਭਰਾ ਦਾ ਹਿੱਸਾ ਦੱਬ ਲਿਆ, ਪਰਾ ਪੰਚਾਇਤ ਇਕੱਠੀ ਹੋਈ, ਪਰਾ ਪੰਚਾਇਤ ਨੇ ਪੁੱਛਿਆ ਕਿ ਤੂੰ ਆਪਣੇ ਗੁਰੂ ਦੀ ਆਨ ਲੈ ਕੇ, ਭਾਵ ਗੁਰੂ ਨੂੰ ਜਾਮਨ ਸਮਝ ਕੇ ਗੱਲ ਕਹਿ ਵੀ ਤੇਰਾ ਹੀ ਹੱਕ ਹੈ, ਤੂੰ ਹੀ ਪੈਸਾ ਖਰਚਿਆ। ਕਹਿੰਦਾ ਮੈਂ ਮਹਾਰਾਜ ਗੁਰੂ ਦੀ ਸਹੁੰ ਖਾ ਕੇ ਭਰੀ ਸਭਾ ਵਿੱਚ ਕਹਿ ਦਿੱਤਾ ਵੀ ਮੇਰਾ ਹੱਕ ਹੈ, ਮੇਰੇ ਛੋਟੇ ਭਰਾ ਦਾ ਕੋਈ ਹੱਕ ਨਹੀਂ। ਭਰਾ ਨੇ ਕਹਿੰਦੇ ਮੇਰੇ ਹੱਕ 'ਚ ਫੈਸਲਾ ਕਰ ਦਿੱਤਾ। ਮਹਾਰਾਜ ਮੇਰਾ ਭਰਾ ਵਿਚਾਰਾ ਗਰੀਬ ਕਿਤੇ ਹੋਰ ਝੌਂਪੜੀ ਬਣਾ ਕੇ ਰਹਿਣ ਲੱਗ ਗਿਆ, ਮੈਂ ਮਰ ਕੇ ਪ੍ਰੇਤ ਬਣ ਗਿਆ, ਇਸ ਹਵੇਲੀ 'ਚ ਕਿਸੇ ਨੂੰ ਜਿਉਂਦਾ ਨਹੀਂ ਅੱਜ ਤੱਕ ਜਾਣ ਦਿੱਤਾ। ਸੱਚੇ ਪਾਤਸ਼ਾਹ ਪ੍ਰੇਤ ਪਿੰਜਰ ਮੈਂ ਦੁੱਖ ਨੇਰੋ, ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੋਨ ਵਲ ਵਲ ਔਤਰੈ, ਪ੍ਰੇਤ ਬਣ ਗਿਆ ਉਧਾਰ ਕਰੋ, ਅੱਜ ਤੱਕ ਜਿਉਂਦਾ ਨਹੀਂ ਜਾਣ ਦਿੱਤਾ। ਸੱਚੇ ਪਾਤਸ਼ਾਹ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਹਿੰਦਾ ਮਹਾਰਾਜ ਕੋਈ ਸੇਵਾ?
ਉਸ ਵਕਤ ਸਾਧ ਸੰਗਤ ਜੀ ਕਹਿਣ ਲੱਗਾ, ਮਹਾਰਾਜ ਕੋਈ ਪਦਾਰਥ ਤਾਂ ਨਹੀਂ, ਮੈਂ ਫਲ ਤੇ ਪੂਨੇ ਗੰਨੇ ਲਿਆ ਕੇ ਦਿੱਤੇ ਮਹਾਰਾਜ ਨੂੰ ਉਸ ਨੇ ਗੁਪਤ ਰੂਪ ਵਿੱਚ। ਉਹ ਫਿਰ ਭਾਈ ਮਤੀ ਦਾਸ ਜੀ ਨੇ ਧੋ ਕੇ ਸਤਿਗੁਰਾਂ ਦੇ ਅੱਗੇ ਜਦੋਂ ਰੱਖੇ ਨਾ, ਉਹ ਗੰਨੇ ਦੀਆਂ ਛਿਲਕਾਂ ਚੂਪ ਕੇ ਜਦੋਂ ਮਹਾਰਾਜ ਨੇ ਸਿੱਟੀਆਂ ਨਾ, ਉਹ ਪ੍ਰੇਤ ਨੇ ਇੱਕ ਛਿਲਕ ਚੂਪੀ, ਉਸੇ ਸਮੇਂ ਮਹਾਰਾਜ ਜੀ ਨੇ ਉਹਦਾ ਉਧਾਰ ਕਰ ਦਿੱਤਾ, ਮੁਕਤ ਹੋ ਗਿਆ। ਉਹੀ ਛਿਲਕਾਂ ਭਾਈ ਮਤੀ ਦਾਸ ਨੇ ਚੂਪੀਆਂ। ਭਾਈ ਮਤੀ ਦਾਸ ਕਹਿੰਦਾ, ਮਹਾਰਾਜ ਇੰਨੇ ਸਮਰੱਥ ਹੋ ਕੇ ਔਰੰਗੇ ਤੋਂ ਇੰਨਾ ਦੁੱਖ ਝੱਲ ਰਹੇ ਹੋ, ਕੈਦ ਵਿੱਚ ਪਏ ਹੋ, ਮੇਰੇ ਵਿੱਚ ਇੰਨੀ ਸ਼ਕਤੀ ਆ ਗਈ, ਮੈਂ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦਿਆਂਗਾ, ਆਗਿਆ ਕਰੋ, ਜ਼ੁਲਮੀ ਰਾਜ ਦੀਆਂ ਜੜ੍ਹਾਂ ਪੁੱਟ ਦਿੰਦਾ। ਮਹਾਰਾਜ ਕਹਿੰਦੇ, ਭਾਈ ਮਤੀ ਦਾਸ ਉਰੇ ਨੂੰ ਆ। ਕੋਲੇ ਬੁਲਾਇਆ, ਸੀਸ ਪੜੋਸ ਕੇ ਐਂ ਸਿਰ 'ਤੇ ਹੱਥ ਫੇਰ ਕੇ ਮਹਾਰਾਜ ਕਹਿੰਦੇ, ਹੁਣ ਦੱਸ ਭਾਈ ਮਤੀ ਦਾਸਾ। ਕਹਿਣ ਲੱਗਾ, ਮਹਾਰਾਜ ਖਾਲੀ ਹੋ ਗਿਆ, ਉਹ ਸ਼ਕਤੀ ਦਾ ਸੰਚਾਰ ਤੁਸੀਂ ਖਿੱਚ ਲਿਆ, ਵਿੱਚੋਂ ਕਰੰਟ ਖਿੱਚ ਲਿਆ, ਕਰੰਟ ਨਹੀਂ ਰਿਹਾ ਸਰੀਰ ਵਿੱਚੋਂ, ਸ਼ਕਤੀ ਨਹੀਂ ਰਹੀ। ਕਹਿੰਦੇ, ਜਿਨ੍ਹਾਂ ਦੇ ਗੰਨੇ ਦੀਆਂ ਛਿਲਕਾਂ ਚੂਪ ਕੇ ਇੰਨੀ ਸ਼ਕਤੀ ਆ ਗਈ, ਉਹਨਾਂ ਵਿੱਚ ਨਹੀਂ ਸ਼ਕਤੀ ਕਿ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਸਕਦੇ ਹੈ। ਕਹਿੰਦੇ, ਭਾਣਾ ਮੰਨਣਾ, ਰਜਾ ਮੰਨਣੀ ਹੈ, ਦਸਵੇਂ ਪਾਤਸ਼ਾਹ ਜੋ ਚਾਹੁੰਦੇ ਕਰ ਸਕਦੇ, ਸਾਹਿਬਜ਼ਾਦਿਆਂ ਨੂੰ ਸ਼ਹਾਦਤਾਂ ਕਰਾ ਦਿੱਤੀਆਂ ਸਾਹਮਣੇ ਅੱਖਾਂ ਦੇ, ਪਰ ਭਾਣਾ ਮੰਨਿਆ, ਪਰਮੇਸ਼ਰ ਦੇ ਹੁਕਮ ਵਿੱਚ ਚੱਲ ਕੇ ਸਾਰੀ ਕਾਰ ਸਤਿਗੁਰਾਂ ਨੇ ਕੀਤੀ। ਕਿਉਂ ਭਾਈ, ਉਹ ਜਿਹੜੇ ਰਾਕਸ਼ ਹੁੰਦੇ ਆ ਉਹਨਾਂ ਨੂੰ ਵੀ ਇਹ ਦੇਖਦੇ ਆ ਸ਼ਹੀਦ, ਉਹਨਾਂ ਦੇ ਧਿਆਨ 'ਚ ਹੁੰਦਾ ਕਿ ਰਾਕਸ਼, ਇਹ ਪ੍ਰੇਤ, ਇਹ ਭੂਤ ਕਿਤੇ ਪੂਰਨ ਗੁਰਸਿੱਖਾਂ ਨੂੰ, ਰਹਿਤਵਾਨਾਂ ਨੂੰ ਦੁੱਖ ਤਾਂ ਨਹੀਂ ਦਿੰਦੇ। ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਭਿੰਡਰ ਨਗਰ ਗਏ ਹੋਏ ਸਨ, ਪੁਰਾਣੇ ਸਿੰਘਾਂ ਨੇ। ਅੱਜ ਵੀ ਸੰਤ ਗਿਆਨੀ ਇੰਦਰਜੀਤ ਸਿੰਘ ਜੀ ਰਕਬੇ ਵਾਲਿਆਂ ਦਾ ਸਰੀਰ ਮੌਜੂਦ ਆ, ਉਹਨਾਂ ਤੋਂ ਪੁੱਛ ਲਿਓ ਜਾ ਕੇ, ਗਵਾਹੀ ਮੈਂ ਦੇ ਰਿਹਾ, ਜੇ ਤੁਹਾਨੂੰ ਮੇਰੀ ਗੱਲ 'ਤੇ ਯਕੀਨ ਨਾ ਹੋਵੇ ਉਹਨਾਂ ਨੂੰ ਪੁੱਛ ਲਿਓ ਜਾ ਕੇ। ਉਹ ਕਹਿੰਦੇ, ਇੱਕ ਪਰਿਵਾਰ ਆਇਆ, ਕਹਿਣ ਲੱਗੇ, ਮਹਾਰਾਜ ਅਸੀਂ ਬੜੇ ਦੁਖੀ ਹੈ, ਸਾਡੇ ਘਰ ਵਿੱਚ ਇੱਕ ਮੁਸਲਮਾਨਣੀ ਪ੍ਰੇਤ ਆਤਮਾ ਨੇ ਸਾਡਾ ਪਰਿਵਾਰ ਦੁਖੀ ਕੀਤਾ ਪਿਆ, ਸੁੱਖ ਚੈਨ ਨਾਲ ਵਸਣ ਨਹੀਂ ਦਿੰਦੀ। ਮਹਾਂਪੁਰਖ ਕਹਿੰਦੇ, ਭਾਈ ਦੋਨੋਂ ਜੀ ਤੁਸੀਂ ਅੰਮ੍ਰਿਤ ਛਕੋ। ਬਾਬਾ ਠਾਰਾ ਸਿੰਘ ਜੀ ਪਹਿਰੇ 'ਤੇ ਸਨ, ਬਾਹਰ ਪੰਜ ਪਿਆਰੇ ਪਹਿਰਾ ਲਾ ਦਿੰਦੇ ਆ ਨਾ, ਵੀ ਬਿਨਾਂ ਅੰਮ੍ਰਿਤਧਾਰੀਆਂ ਤੋਂ ਅੰਦਰ ਨਾ ਕੋਈ ਜਾਵੇ, ਜਿਹਨੇ ਅੰਮ੍ਰਿਤ ਛਕਣਾ ਉਹੀ ਜਾਣ, ਦੂਜੀ ਸੰਗਤ ਬਾਹਰੋਂ ਨਮਸਕਾਰ ਕਰੇ, ਪੰਜ ਪਿਆਰੇ ਅੰਮ੍ਰਿਤ ਸੰਸਕਾਰ ਕਰਦੇ ਆ। ਜਦੋਂ ਉਹਨਾਂ ਨੂੰ ਦੋਨੋਂ ਜੀਆਂ ਨੂੰ ਲਿਆਂਦਾ ਨਾ ਅੰਦਰ ਅੰਮ੍ਰਿਤ ਛਕਣ ਲਈ, ਬੜਾ ਔਖਾ ਕਹਿੰਦੇ ਅੰਮ੍ਰਿਤ, ਉਹ ਜਿਹੜੀ ਜਿਹਦੇ ਵਿੱਚ ਮੁਸਲਮਾਨ ਆਤਮਾ ਨਾ ਉਹ ਅੰਦਰ ਨਾ ਵੜੇ, ਉਹ ਮਾਈ ਮੁਸਲਮਾਨਣੀ ਜਿਹੜੀ ਰੂਹ ਸੀ ਅਵਗਤ ਹੋਈ ਹੋਈ। ਬਾਬੇ ਠਾਰਾ ਸਿੰਘ ਜੀ ਨੇ ਧੌਣ 'ਚ ਕਿਰਪਾਨ ਦਾ ਮੁੱਠਾ ਮਾਰਿਆ ਉਹਦੇ ਜ਼ੋਰ ਦੀ, ਇੱਕਦਮ ਉਹ ਪ੍ਰੇਤ ਆਤਮਾ ਨੂੰ ਛੱਡ ਕੇ ਉਹ ਦੋਏ ਜੀ ਅੰਦਰ ਗਏ, ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਿਆ, ਰਹਿਤ ਵਿੱਚ ਤਿਆਰ ਬੁਰ ਤਿਆਰ ਹੋਏ, ਮਹਾਂਪੁਰਖਾਂ ਕੋਲੇ ਦੋਏ ਜੋੜੇ ਨੂੰ ਲੈ ਕੇ ਆਏ। ਕਹਿੰਦੇ ਜੀ ਹੁਣ ਦੱਸੋ, ਸੰਤ ਕਹਿੰਦੇ ਦੱਸੋ ਭਾਈ। ਕਹਿੰਦੇ ਜੀ ਹੁਣ ਤਾਂ ਹੌਲਾ ਫੁੱਲ ਵਰਗਾ ਸਰੀਰ ਹੋ ਗਿਆ। ਕਹਿੰਦੇ ਚੰਗਾ, ਇਹ ਪ੍ਰੇਤ ਆਤਮਾ ਕਿਵੇਂ ਬਣੀ ਤੁਹਾਨੂੰ ਪਤਾ? ਕਹਿੰਦੇ ਜੀ ਸਾਡੇ ਖਿਆਲ 'ਚ ਨਹੀਂ। ਕਹਿੰਦੇ ਭਾਈ ਇਹ ਜਿਹੜੀ ਲੜਕੀ ਸੀ ਨਾ ਜਿਸ ਘਰ 'ਚੋਂ ਆਈ, ਲੜਕੀ ਦੇ ਪੇਕਿਆਂ ਨੇ ਜਦੋਂ 47 ਦੀ ਵੰਡ ਹੋਈ ਨਾ, 47 ਦੀ ਵੰਡ, ਉਦੋਂ ਮੁਸਲਮਾਨਾਂ ਦੇ ਘਰ ਇਹਨਾਂ ਦੇ ਗੁਆਂਢ ਵਿੱਚ ਸਨ।
ਇਹਨਾਂ ਨੇ ਮੁਸਲਮਾਨ ਮਾਰਤੇ, ਮੁਸਲਮਾਨਣੀਆਂ ਵੀ ਮਾਰਤੀਆਂ ਵਿਚਾਰੀਆਂ। ਜਿਹੜਾ ਜੋ ਅਨੇਰ ਗਰਦੀ ਮਚੀ ਹੋਈ, ਬੰਦੇ ਦੀ ਅਕਲ ਟਿਕਾਣੇ ਥੋੜ੍ਹੋ ਹੁੰਦੀ ਹੈ ਜਦੋਂ ਅੰਧੇਰ ਗਰਦੀ ਮਚੀ ਹੋਵੇ। ਇੱਕੋ ਹੀ ਸਾਧ ਸੰਗਤ ਜੀ, ਜਨੂੰਨ ਚੜਿਆ ਹੁੰਦਾ, ਫਤੂਰ ਚੜਿਆ, ਮਾਰ ਲਓ ਮਾਰ ਲਓ ਮਾਰ ਲਓ। ਤਾਂ ਕਹਿੰਦੇ ਉਦੋਂ ਫਿਰ ਇਹ ਜਿਹੜੀ ਮੁਸਲਮਾਨਣੀ ਸੀ, ਇਹਦੇ ਗਹਿਣੇ, ਇਹਦੇ ਵਸਤਰ, ਇਹਦਾ ਸੰਦੂਕ, ਪੁਰਾਣੀਆਂ ਪੇਟੀਆਂ ਲੱਕੜ ਦੀਆਂ ਹੁੰਦੀਆਂ ਸਨ, ਉਹਨੂੰ ਸੰਦੂਕ ਕਿਹਾ ਕਰਦੇ ਸਨ, ਉਹ ਭਰਿਆ ਹੋਇਆ ਸੀ। ਉਹ ਮਾਰ ਮੂਰ ਕੇ ਪਰਿਵਾਰ ਸਾਰਾ ਸਮਾਨ ਆਪਣੇ ਘਰੇ ਲਿਆਏ, ਉਹ ਦਾਜ ਵਿੱਚ ਦੇ ਤਾ। ਉਹ ਜਿਹੜੀ ਆਤਮਾ ਸੀ ਉਹ ਭਟਕਣ ਲੱਗ ਗਈ, ਜਿਹੜੀ ਮਰ ਗਈ ਮਾਈ, ਉਹਦਾ ਧਿਆਨ ਉਹਦੇ ਵਿੱਚ ਰਿਹਾ ਅਤੇ ਬਈ ਇਹ ਮੇਰਾ ਸਮਾਨ ਲੈ ਕੇ ਆਇਆ ਜੋ ਮੇਰੇ ਘਰ ਦੇ ਵਿੱਚੋਂ ਸੀ, ਤਾਂ ਉਹ ਇਹਨਾਂ ਨੂੰ ਤੰਗ ਕਰਦੀ ਸੀ, ਤਾਂ ਇਹਨਾਂ ਦਾ ਖਹਿੜਾ ਨਹੀਂ ਛੱਡਦੀ ਸੀ। ਚੋਰੀ ਕੀਤਾ ਨਾ, ਇੱਕ ਤਾਂ ਮਾਰ ਅਤੇ ਦੂਜਾ ਚੋਰੀ ਕਰ ਲਿਆ, ਦਾਜ 'ਚ ਦੇ ਤਾ। ਮਹਾਂਪੁਰਖ ਕਹਿੰਦੇ ਭਾਈ ਅੱਜ ਤੋਂ ਬਾਅਦ ਇਹ ਬਚਨ ਕਰੋ, ਝੂਠ ਨਾ ਖਾਇਓ ਕਦੇ, ਨਿਤਨੇਮ ਕਰਿਓ, ਤਿਆਰ ਬਰ ਤਿਆਰ ਰਹੋ, ਕਦੇ ਨਹੀਂ ਇਹ ਆਤਮਾ ਤੁਹਾਡੇ ਨੇੜੇ ਆਏਗੀ। ਜੇ ਝੂਠ ਖਾ ਲਈ ਫਿਰ ਤੁਹਾਡਾ ਬਚਾਉਣ ਵਾਲਾ ਕੋਈ ਵੀ ਨਹੀਂ ਹੈਗਾ। ਉਹ ਚਲੇ ਗਏ, 10-15 ਸਾਲ ਲੰਘ ਗਏ। ਬੀਬੀ ਇੱਕ ਦਿਨ ਆਪਣੇ ਪੇਕਿਆਂ ਦੇ ਘਰ ਵਿੱਚ ਗਈ, ਵਿਆਹ ਰੱਖਿਆ ਹੋਇਆ ਸੀ। ਪੁਰਾਣੇ ਬਜ਼ੁਰਗਾਂ ਨੂੰ ਪਤਾ, ਇੱਕੋ ਗੋਤ ਵਾਲੇ ਨਾ ਇਕੱਠੇ ਹੋ ਕੇ ਖੰਡ ਘਿਓ ਰਲਾ ਲੈਂਦੇ ਸਨ, ਰਾਤ ਨੂੰ ਖੰਡ ਘਿਓ ਰਲਾਉਣਾ ਅਤੇ ਕਹਿਣਾ ਗੋਤ ਕਨਾਲਾ ਕਰੋ, ਗੋਤੀ ਗੋਤੀ ਮਿਲ ਕੇ ਇਕੱਠੇ ਖਾਓ, ਵੀ ਸਾਡਾ ਪਿਆਰ ਹੈ, ਸਾਡਾ ਸਨੇਹ ਹੈ, ਅਸੀਂ ਗੋਤੀ, ਸਾਡਾ ਭਾਈਚਾਰਾ ਇਕੱਠਾ ਹੋਇਆ। ਉਹਨੂੰ ਗੋਤ ਕਨਾਲਾ ਕਹਿੰਦੇ ਸਨ, ਪੁਰਾਣੇ ਬਜ਼ੁਰਗਾਂ ਨੂੰ, ਮਾਈਆਂ ਨੂੰ ਪਤਾ। ਉਹ ਕਹਿੰਦੇ ਜਦੋਂ ਖਾਣ ਲੱਗੇ, ਬੀਬੀ ਦੇ ਵੀ ਧਿਆਨ 'ਚ ਨਾ ਰਿਹਾ, ਵਿੱਚੇ ਨਗੁਰੇ ਸਨ, ਵਿੱਚੇ ਨਗੁਰੀਆਂ ਸਨ, ਉਹਨਾਂ ਦੇ ਨਾਲ ਹੀ ਖਾ ਲਈ, ਅਜੇ ਮੂੰਹ 'ਚ ਹੀ ਗਈ ਹੈ। ਮੁਸਲਮਾਨਣੀ ਫਿਰ ਆ ਗਈ, ਬੋਲਣ ਲੱਗ ਪਈ। ਉਹ ਹੁਣ ਮਹਾਂਪੁਰਖਾਂ ਕੋਲ ਲੈ ਕੇ ਆਏ। ਮਹਾਂਪੁਰਖ ਕਹਿੰਦੇ ਭਾਈ ਅਜੇ ਇਸ ਆਤਮਾ ਦਾ ਉਧਾਰ ਨਹੀਂ ਹੋਇਆ ਸੀ, ਇਹ ਗੇੜੇ ਕੱਢ ਰਹੀ ਸੀ, ਸਿਰਫ ਅੰਮ੍ਰਿਤ ਦੀ ਰਹਿਤ ਦੀ ਕਾਰ ਇਹਨੂੰ ਨੇੜੇ ਨਹੀਂ ਆਉਣ ਦਿੰਦੀ ਸੀ। ਰਹਿਤ ਦਾ ਨਿਤਨੇਮ ਦਾ ਇਹਨੂੰ ਸੇਕ ਪੈਂਦਾ ਸੀ ਇਹਦੇ ਕੋਲੋਂ, ਪਰ ਇਹਨੇ ਨਗੁਰਿਆਂ ਦੀ ਝੂਠ ਖਾਧੀ, ਇਹਦੀ ਰਹਿਤ ਟੁੱਟ ਗਈ, ਇਹਨੂੰ ਦੁਬਾਰਾ ਅੰਮ੍ਰਿਤ ਛਕਾਓ। ਸੰਤ ਇੰਦਰਜੀਤ ਸਿੰਘ ਜੀ ਕਹਿੰਦੇ, ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪੰਜਾਂ ਪਿਆਰਾਂ ਵਿੱਚ ਜਥੇਦਾਰ ਸਨ, ਅਸੀਂ ਸਾਰੇ ਨਾਲ ਲੱਗੇ। ਕਹਿੰਦੇ ਦੁਬਾਰਾ ਅਤੇ ਉਹੀ ਬੀਬੀ ਉਹ ਆਵੇ ਨਾ, ਕਲਮਾ ਪੜ੍ਹੇ। ਫਿਰ ਬਾਬਾ ਠਾਰਾ ਸਿੰਘ ਜੀ ਨੇ ਦੁਬਾਰਾ ਫਿਰ ਉਹਦੇ 2-4 ਛੱਡ ਕੇ ਜਦੋਂ ਲਿਆਂਦੀਆਂ, ਫਿਰ ਤਾੜਨਾ ਕਰਕੇ ਦੁਬਾਰਾ ਅੰਮ੍ਰਿਤ ਛਕਾਇਆ। ਫਿਰ ਉਹਨਾਂ ਨੂੰ ਮਹਾਂਪੁਰਖਾਂ ਨੇ ਕਿਹਾ, ਭਾਈ ਇਸ ਆਤਮਾ ਦੇ ਨਿਮਿੱਤ ਸਹਿਜ ਪਾਠ ਕਰਾਓ, 1 ਕਰਾਓ, 2 ਕਰਾਓ, 4 ਕਰਾਓ, 5 ਕਰਾਓ, ਬਾਣੀ ਦੇ ਨਾਲ ਇਹਦਾ ਆਧਾਰ ਹੋਣਾ ਉੱਦਾਂ ਨਹੀਂ ਹੋਣਾ। ਸੋ ਸਾਧ ਸੰਗਤ ਜੀ, ਰੂਹਾਂ ਹੁੰਦੀਆਂ ਹਨ ਜਿਨ੍ਹਾਂ ਨਾਲ ਵਾਪਰਦਾ ਉਹਨਾਂ ਨੂੰ ਪਤਾ ਹੈ। ਬੇਮੁੱਖਾਂ ਨੂੰ ਗੁਰਿਆਂ ਅਤੇ ਰਹਿਤ ਵਿੱਚ ਢਲਿਆਈ ਪਾਉਣ ਵਾਲਿਆਂ ਦੇ ਦੁਆਲੇ ਹੁੰਦੇ ਹੀ ਹੁੰਦੇ ਹੈ, ਇਸ ਕਰਕੇ ਇਹ ਕਿਸੇ ਨਾ ਕਿਸੇ ਰੂਪ ਵਿੱਚ ਚਿੰਬੜਦੇ ਹੈ। ਸੋ ਇਸ ਕਰਕੇ ਜਿਹੜੇ ਇਹ ਬਈ ਸ਼ਹੀਦ ਹੈ ਨਾ, ਇਹ ਨਿਗਾਹ ਰੱਖਦੇ ਆ ਵੀ ਸਾਡੇ ਗੁਰਸਿੱਖਾਂ ਨੂੰ ਤਾਂ ਨਹੀਂ ਇਹ ਤੰਗ ਕਰਦੇ ਅਤੇ ਉਹਨਾਂ ਨੂੰ ਨੇੜੇ ਨਹੀਂ ਸਿੱਖਾਂ ਦੇ ਜਾਣ ਦਿੰਦੇ। ਸ਼ਹੀਦ ਰਖਵਾਲੀ ਕਰਦੇ ਆ, ਰੱਖਿਆ ਕਰਦੇ ਆ, ਦੁੱਖਾਂ ਮੁਸੀਬਤਾਂ ਤੋਂ ਹੱਥ ਦੇ ਕੇ ਬਚਾਉਂਦੇ ਹਨ, ਇੰਨੀ ਸ਼ਕਤੀ ਦੇ ਮਾਲਕ ਹਨ। ਬਸ ਪੰਖੀ ਨਗ ਨਾਗ ਨਰ ਜਸ਼ ਗੰਧਰਵ ਬਿੰਦਰਾ। ਸ਼ਹੀਦਾਂ ਦੇ ਹੁਕਮ ਤੋਂ ਕੋਈ ਪਸ਼ੂ, ਕੋਈ ਪੰਛੀ,
ਕੋਈ ਨਾਗ ਪਰਬਤ ਦੇ ਵਿੱਚ ਰਹਿਣ ਵਾਲੇ ਲੋਕ ਜਿੰਨੇ ਵੀ ਹੈ, ਇਸੇ ਤਰ੍ਹਾਂ ਨਾਗ ਲੋਕ, ਨਰ ਲੋਕ, ਮਨੁੱਖਾਂ ਦਾ ਲੋਕ, ਆ ਜੱਛਾਂ ਦਾ ਲੋਕ ਜਿੱਥੇ ਜਕਸ਼ ਰਹਿੰਦੇ ਹੈ, ਇਸੇ ਤਰ੍ਹਾਂ ਗੰਧਰਵ ਲੋਕ ਹੈ, ਇਹ ਸਾਰੇ ਜਿੰਨੇ ਪਸ਼ੂ ਪੰਛੀ ਜਿੰਨੇ ਵੀ ਸਾਰੇ ਹਨ, ਸਾਰੇ ਲੋਕਾਂ ਦੇ ਉੱਤੇ ਰਾਕਸ਼ ਆਦਿਕ ਅਪਸਰਾ ਧਰ ਸ਼ਕਤ ਬਿਲੰਦਾ, ਰਾਕਸ਼ਾਂ ਨਾਲੋਂ ਵੀ, ਅਪਸਰਾਂ ਨਾਲੋਂ ਵੀ, ਸਾਰਿਆਂ ਨਾਲੋਂ ਵੀ ਸ਼ਹੀਦਾਂ ਵਿੱਚ ਸਭ ਤੋਂ ਵੱਡੀ ਸ਼ਕਤੀ ਹੈ, ਸਭ ਤੋਂ ਵੱਧ ਪਾਵਰਫੁੱਲ ਹਨ, ਸ਼ਕਤੀਵਾਨ ਹਨ। ਹੁਕਮ ਸ਼ਹੀਦਨ ਕੋ ਚੱਲਹਿ ਇਨ ਸਭ ਪਰ ਜਾਨੋ, ਮਹਾਰਾਜ ਕਹਿੰਦੇ ਇਹਨਾਂ ਸਾਰਿਆਂ ਉੱਤੇ ਸ਼ਹੀਦਾਂ ਦਾ ਹੁਕਮ ਚੱਲਦਾ, ਸਾਰੇ ਸ਼ਹੀਦਾਂ ਦੇ ਹੁਕਮ ਦੇ ਅਧੀਨ ਤੁਰਦੇ ਹਨ। ਅਪਰਨ ਕੀ ਗਿਣਤੀ ਕਹਾ ਜਮਦੂਤ ਮਹਾਨੋ, ਕਹਿੰਦੇ ਹੋਰਾਂ ਦੀ ਗਿਣਤੀ ਤਾਂ ਕੀ ਹੈ, ਜਿਹੜੇ ਜਮ ਵੀ ਬੰਦੇ ਦੇ ਸਰੀਰ ਵਿੱਚੋਂ ਪ੍ਰਾਣ ਕੱਢ ਕੇ ਲੈ ਜਾਂਦੇ ਹੈ ਨਾ, ਉਹ ਸਭ ਤੋਂ ਵੱਡੇ ਸ਼ਕਤੀਸ਼ਾਲੀ ਅਤੇ ਮਹਾਨ ਮੰਨੇ ਜਾਂਦੇ ਹੈ। ਬੂਝ ਸ਼ਹੀਦਨ ਕੋ ਫਿਰ ਹੈ ਔਰ ਮੈਂ ਡਰ ਧਾਰੇ, ਕਹਿੰਦੇ ਜਮ ਲੋਕ ਦੇ ਜਮ ਵੀ ਹੈ ਜਿਹੜੇ ਸ਼ਹੀਦਾਂ ਨੂੰ ਪੁੱਛ ਪੁੱਛ ਕੇ ਤੁਰਦੇ ਹੈ। ਜੇ ਸ਼ਹੀਦ ਆਗਿਆ ਨਹੀਂ ਦਿੰਦੇ ਨਾ ਵੀ ਇੱਧਰ ਨੂੰ ਨਹੀਂ ਤੁਸੀਂ ਜਾਣਾ, ਜਮ ਉੱਧਰ ਨੂੰ ਨਹੀਂ ਜਾ ਸਕਦਾ, ਨਾਮ ਸੁਣਤ ਜਮ ਦੂਰੋਂ ਭਾਗੈ ਮਤ ਮਾਰੇ ਹਰ ਜਿਓ ਵੇ ਪ੍ਰਵਾਹ ਹੈ, ਉਹ ਵੀ ਹਿਰਦੇ ਵਿੱਚ ਡਰਦੇ ਆ, ਕੰਬਦੇ ਆ ਸ਼ਹੀਦਾਂ ਤੋਂ। ਲੋਕ ਕਹੇ ਬੈਤਾਲ ਇਨ ਲੱਖ ਭੇਦ ਉਚਾਰੇ, ਕੁਝ ਲੋਕ ਇਹਨਾਂ ਨੂੰ ਬੈਤਾਲ ਕਹਿੰਦੇ, ਬੈਤਾਲ ਦਾ ਅਰਥ ਹੁੰਦਾ ਹਵਾ ਵਿੱਚ ਘੁੰਮਣ ਵਾਲਾ, ਹਵਾ ਵਿੱਚ ਵਿਚਰਨ ਵਾਲਾ, ਹਵਾ ਵਰਗੀ ਗਤੀ, ਇੱਕ ਸਕਿੰਟ ਵਿੱਚ ਯਾਦ ਕੀਤਾ ਉਦੋਂ ਹੀ ਹਾਜ਼ਰ ਹੋ ਗਏ, ਹਵਾ ਨਾਲੋਂ ਵੀ ਤੇਜ਼ ਗਤੀ ਹੈ ਇਹਨਾਂ ਦੀ। ਬੈਤਾਲ ਦਾ ਅਰਥ ਹੁੰਦਾ ਹਵਾ ਵਿੱਚ ਵਿਚਰਨ ਵਾਲਾ, ਇਸ ਕਰਕੇ ਕਹਿੰਦੇ ਕੁਝ ਲੋਕ ਇਹਨਾਂ ਨੂੰ ਇਹ ਭੇਦ ਇੰਨਾ ਇੰਨਾ ਕੁ ਰੱਖਦੇ, ਮੁਸਲਮਾਨ ਇਹਨਾਂ ਨੂੰ ਬੈਤਾਲ ਕਹਿੰਦੇ, ਆਪਾਂ ਸ਼ਹੀਦ ਕਹਿੰਦੇ ਹਾਂ, ਮੁਸਲਮਾਨ ਇਹਨਾਂ ਨੂੰ ਪਵਿੱਤਰ ਰੂਹਾਂ ਨੂੰ ਬੈਤਾਲ ਕਹਿ ਕੇ ਬੁਲਾਉਂਦੇ ਹੈ। ਸ਼ਾਸਤਰਾਂ ਕੋ ਪਠੈ ਜੋ ਸੋ ਇਨ ਕੇ ਨਾਮੂ, ਜਿਹੜੇ ਸ਼ਾਸਤਰਾਂ ਨੂੰ ਪੜ੍ਹਦੇ ਹੈ, ਜਿਨ੍ਹਾਂ ਨੇ ਹਿੰਦੂ ਧਰਮ ਦੇ ਸ਼ਾਸਤਰ ਪੜ੍ਹੇ ਆ, ਉਹ ਇਹਨਾਂ ਦਾ ਨਾਮ ਇਸ ਤਰ੍ਹਾਂ ਲੈਂਦੇ ਹਨ। ਵਿਦਿਆ ਧਰ ਭਗਤ ਸਕਲ ਬਿਲਸਤ ਅਬਿਰਾਮੂ, ਇਹਨਾਂ ਨੂੰ ਵਿਦਿਆ ਧਰ ਕਹਿੰਦੇ ਆ, ਹਿੰਦੂ ਧਰਮ ਦੇ ਜਿਹੜੇ ਰਿਸ਼ੀ ਮੁਨੀ ਵਿਦਵਾਨ ਹੈ, ਉਹ ਇਹਨਾਂ ਨੂੰ ਵਿਦਿਆ ਧਰ, ਇੱਕ ਕਿਸਮ ਦੇ ਆਕਾਸ਼ ਵਿੱਚ ਵਿਚਰਨ ਵਾਲੇ ਦੇਵਤੇ, ਵਿਦਿਆ ਧਰ ਦਾ ਹੁੰਦਾ ਆਕਾਸ਼ ਵਿੱਚ ਵਿਚਰਨ ਵਾਲਾ ਦੇਵਤਾ, ਉਹ ਵੀ ਇਹਨਾਂ ਨੂੰ ਵਿਦਿਆ ਧਰ ਸ਼ਹੀਦਾਂ ਨੂੰ ਕਹਿ ਕੇ ਬੁਲਾਉਂਦੇ ਹੈ, ਔਰ ਬੜੀ ਮੌਜ ਵਿੱਚ ਕਹਿੰਦੇ ਵਿਚਰਦੇ ਆ, ਬੜੇ ਬਿਲਸਤ ਆਨੰਦ ਵਿੱਚ, ਪ੍ਰਸੰਨਤਾ ਦੇ ਵਿੱਚ ਸ਼ਹੀਦ ਆਪਣੀ ਮੌਜ ਵਿੱਚ ਵਿਚਰਦੇ ਹਨ। ਲਖੋ ਸਾਧ ਸੰਗਤ ਜੀ, ਸਮਾਂ ਬਹੁਤ ਅੱਗੇ ਹੋ ਗਿਆ, ਅਗਲੀ ਕਥਾ ਆਪਾਂ ਕੱਲ੍ਹ ਨੂੰ ਕਰਾਂਗੇ, ਸੋ ਮੈਂ ਅੱਗੇ ਨਾ ਜਾਵਾਂ। ਸਤਿਕਾਰਯੋਗ ਗਿਆਨੀ ਹਰਦੀਪ ਸਿੰਘ ਜੀ, ਦਮਦਮੀ ਟਕਸਾਲ ਦੇ ਮਹਾਨ ਵਿਦਵਾਨ, ਉਹ ਵੀ ਤੁਹਾਡੇ ਦਰਸ਼ਨ ਕਰਨਗੇ, ਕਾਹਲੀ ਨਾ ਕਰਿਓ। ਔਰ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਚਾਵਲਾ, ਜੋ ਸਾਡੇ ਇਸ ਹਲਕੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਹਨ, ਜਿਨ੍ਹਾਂ ਨੇ ਮਹਾਂਪੁਰਖਾਂ ਦੀ, ਔਰ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਉਹਨਾਂ ਦੇ ਨਾਲ ਰਹਿ ਕੇ ਬੜਾ ਲੰਮਾ ਸਮਾਂ ਸੇਵਾ ਕੀਤੀ, ਜੋਧਪੁਰ ਜੇਲ੍ਹ ਦੇ ਵਿੱਚ ਵੀ ਲੰਮਾ ਸਮਾਂ ਕੌਮ ਦੀ ਖਾਤਰ ਕਾਲ ਕੋਠੜੀਆਂ ਵਿੱਚ ਨਜ਼ਰਬੰਦ ਰਹੇ, ਉਹਨਾਂ ਨੇ ਵੀ ਦਰਸ਼ਨ ਕਰਨੇ ਹੈ। ਦਮਦਮੀ ਟਕਸਾਲ ਦੇ ਮਹਾਨ ਵਿਦਵਾਨ ਸਤਿਕਾਰਯੋਗ ਗਿਆਨੀ ਜੀਵਾ ਸਿੰਘ ਜੀ, ਉਹ ਵੀ ਤੁਹਾਡੇ ਦਰਸ਼ਨ ਕਰਨਗੇ। ਹਾਂਜੀ, ਕੱਲ੍ਹ ਨੂੰ ਸਮਾਂ ਜ਼ਿਆਦਾ ਹੋ ਗਿਆ।
ਸੋ ਕੱਲ ਨੂੰ ਮਹਾਂਪੁਰਖ ਸੰਤ ਬਾਬਾ ਬੰਤਾ ਸਿੰਘ ਜੀ ਮੁੰਡੇ ਪਿੰਡ ਵਾਲੇ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਜਥੇਦਾਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਚਾਵਲਾ ਸਾਹਿਬ, ਇਹ ਸਾਰੇ ਕੱਲ੍ਹ ਨੂੰ ਵੀ ਤੁਹਾਡੇ ਦੀਵਾਨ ਵਿੱਚ ਸੰਗਤ ਦੇ ਦਰਸ਼ਨ ਕਰਨਗੇ। ਸਮਾਂ ਕੋਈ ਜ਼ਿਆਦਾ ਨਹੀਂ ਹੋਇਆ, ਇਸੇ ਤਰ੍ਹਾਂ ਇਕਾਗਰਤਾ ਨਾਲ ਬੈਠੇ ਰਹੋ। ਇੱਕ ਬਚਨ ਸੁਣਾ ਦਿਆਂ, ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਜੀ ਇੱਕ ਵਾਰੀ ਮਹਾਰਾਜ ਦੀ ਹਜ਼ੂਰੀ 'ਚ ਕਥਾ ਕਰਨ ਗਏ, ਕੇਵਲ ਰਾਗੀ ਸਿੰਘ ਹੀ ਬੈਠੇ ਸਨ ਕੀਰਤਨ ਕਰ ਰਹੇ। ਗੜਬਈ ਸਿੰਘ ਨੇ ਪੰਜ ਇਸ਼ਨਾਨਾਂ ਕਰਾਇਆ। ਜਦੋਂ ਮਹਾਂਪੁਰਖ ਅੰਦਰ ਜਾਣ ਲੱਗੇ, ਸਿੰਘ ਕਹਿਣ ਲੱਗੇ, ਮਹਾਰਾਜ ਸੰਗਤ ਤਾਂ ਆਈ ਨਹੀਂ, ਥੋੜ੍ਹਾ ਸਮਾਂ ਰੁਕ ਕੇ ਕਥਾ ਸ਼ੁਰੂ ਕਰੀਏ। ਕਹਿੰਦੇ ਭਾਈ, ਆਪੋ ਆਪਣੀ ਦ੍ਰਿਸ਼ਟੀ ਹੁੰਦੀ ਹੈ, ਸਾਰਾ ਦਰਬਾਰ ਹੀ ਭਰਿਆ ਹੋਇਆ, ਸ਼ਹੀਦ ਸਿੰਘ ਮਹਾਰਾਜ ਦੇ ਚਰਨਾਂ ਚੌਂਕੜੇ ਲਾ ਕੇ ਬੈਠੇ ਹੈ। ਅਸੀਂ ਤਾਂ ਗੁਰਬਾਣੀ ਦੀ ਕਥਾ ਸ਼ਹੀਦਾਂ ਦੇ ਚਰਨਾਂ ਵਿੱਚ ਹਾਜ਼ਰੀ ਲਾਉਣ ਲਈ ਕਰਨੀ ਆ। ਕਹਿੰਦੇ ਇਹ ਸੱਤ ਪੁਰਸ਼ਾਂ ਦੀ ਐਡੀ ਵੱਡੀ ਦਿਵ ਦ੍ਰਿਸ਼ਟੀ ਹੁੰਦੀ ਆ, ਉਹਨਾਂ ਨੂੰ ਸਭ ਕੁਝ ਦਿਸਦਾ, ਜਿਵੇਂ ਹੱਥ 'ਤੇ ਔਲਾ ਰੱਖ ਕੇ ਦੇਖ ਲਈਦਾ ਨਾ, ਐਂ ਦਿਖਾਈ ਦਿੰਦਾ ਉਹਨਾਂ ਨੂੰ ਸਭ ਕੁਝ, ਆਪਾਂ ਨੂੰ ਨਹੀਂ ਦਿਖਦਾ, ਆਪਣੇ ਪਰਦਾ ਪਿਆ ਹੋਇਆ। ਮਲ ਬਖਸ਼ੇਪ ਅਵਰਨ, ਇਹ ਦੋਸ਼ ਸਾਡੇ 'ਤੇ ਭਾਰੂ ਹੈ। ਇਸ ਕਰਕੇ ਸਾਧ ਸੰਗਤ ਜੀ, ਇਉਂ ਇਹ ਮਹਾਂਪੁਰਖ ਜਿਹੜੇ ਹੁੰਦੇ ਆ ਨਾ, ਸ਼ਹੀਦ ਸਿੰਘ, ਪਵਿੱਤਰ ਆਤਮਾਵਾਂ, ਇਹ ਤੁਹਾਡੇ ਵਿੱਚ ਹੀ ਬੈਠੀਆਂ ਹੁੰਦੀਆਂ। ਬੜੀ ਤਾਂ ਮੈਂ ਕਹਿੰਦਾ ਤੁਹਾਨੂੰ, ਬੜੀ ਸਾਵਧਾਨੀ ਨਾਲ ਬੈਠਿਆ ਕਰੋ। ਪਤਾ ਨਹੀਂ ਕਿਹੜੇ ਸਰੀਰ ਨੂੰ ਕਿਹੜੀ ਪਵਿੱਤਰ ਆਤਮਾ ਦੀ ਸ਼ੋਅ ਲੱਗ ਗਈ ਤਾਂ ਸਾਡਾ ਉਹਦੇ ਨਾਲ ਹੀ ਪਾਰ ਉਤਾਰਾ ਹੋ ਜਾਣਾ, ਕਿਹੜੀ ਰੂਹ ਸਾਡੇ ਨਾਲ ਖਹਿ ਗਈ ਨਾ, ਖਹਿ ਹੀ ਕਹੂੰਗਾ ਮੈਂ ਤੁਹਾਨੂੰ, ਸੌਖਾ ਸਮਝ ਆ ਜੇ, ਐਂ ਸਾਡੇ ਨਾਲ ਹੀ ਲੰਘ ਗਈ ਨਾ, ਅਤੇ ਸਾਨੂੰ ਮੁੜ ਕੇ ਜਮਾਂ ਦਾ ਘਰ ਨਹੀਂ ਵੇਖਣਾ ਮਿਲੇਗਾ, ਅੱਖਾਂ ਨਾਲ ਨਹੀਂ ਦੇਖ ਸਕਦੇ ਆਪਾਂ। ਉਹ ਅੱਖਾਂ ਮਹਾਂਪੁਰਖਾਂ ਦੀਆਂ, ਗੁਰਮੁਖਾਂ ਦੀਆਂ, ਕਰਨੀ ਵਾਲਿਆਂ ਦੀਆਂ ਹੁੰਦੀਆਂ, ਪਰ ਉਹ ਸਾਨੂੰ ਦੇਖਦੇ ਆ। ਇਸ ਕਰਕੇ ਗੁਰੂ ਕੀ ਸੰਗਤ ਵਿੱਚ ਬੜੇ ਅਦਬ ਨਾਲ, ਬੜੇ ਭੈ ਨਾਲ, ਬੜੇ ਪ੍ਰੇਮ ਨਾਲ ਬੈਠਣਾ ਚਾਹੀਦਾ। ਇੱਥੇ ਅਣਗਿਣਤ ਸ਼ਹੀਦ ਸਿੰਘ, ਦੇਵੀ ਦੇਵਤੇ, ਰਿਸ਼ੀ ਮੁਨੀ, ਪਵਿੱਤਰ ਰੂਹਾਂ, ਮਸਕੀਨ ਦੀ ਕਥਾ ਨਹੀਂ ਕਰਦੇ ਸਨ ਮੰਜੀ ਸਾਹਿਬ। ਇੱਕ ਰੂਹ ਆਈ ਉਹਨਾਂ ਕੋਲੇ ਬੀਬੀ ਦੇ ਨਾਲ, ਉਹ ਉਸ ਬੀਬੀ ਨੂੰ ਪ੍ਰੇਰਨਾ ਦੇ ਕੇ ਕਹਿਣ ਲੱਗੇ, ਇਤਰ ਦੀ ਸ਼ੀਸ਼ੀ ਲੈ ਅੰਮ੍ਰਿਤਸਰ ਦਰਬਾਰ, ਉਹਨਾਂ ਦੀ ਰਿਕਾਰਡਿੰਗ ਹੈ ਮਸਕੀਨ ਜੀ ਦੀ, ਉਹ ਇਤਰ ਦੀ ਸ਼ੀਸ਼ੀ ਲੈ ਕੇ ਆਈ। ਮਸਕੀਨ ਜੀ ਨੂੰ ਕਹਿੰਦੇ, ਆ ਲਓ ਜੀ ਮੈਂ ਤੁਹਾਡੇ ਲਈ ਭੇਟਾ, ਹੋਰ ਤਾਂ ਕੁਛ ਲਿਆ ਨਹੀਂ ਸਕਦਾ ਸੀ। ਕਹਿੰਦੇ ਭਾਈ ਤੂੰ ਕੌਣ ਹੈ? ਕਹਿੰਦੇ ਮਹਾਰਾਜ ਮੇਰੇ ਤੋਂ ਡਰੋ ਨਾ, ਮੈਂ ਮੁਸਲਮਾਨ ਧਰਮ ਦਾ ਬਹੁਤ ਵੱਡਾ ਫਕੀਰ ਹੈ, ਬੜਾ ਵੱਡਾ ਤਪੱਸਵੀ ਹੈ, ਅਤੇ ਮੈਂ ਰੋਜ਼ ਇਸ ਬੀਬੀ ਦੇ ਰਾਹੀਂ ਸੰਗਤ ਵਿੱਚ ਆ ਕੇ ਕਥਾ ਸੁਣਦਾ, ਗੁਰੂ ਨਾਨਕ ਸਾਹਿਬ ਦੀ ਸੰਗਤ ਵਿੱਚ ਆ ਕੇ ਜਿੰਨਾ ਚਿਰ ਕਥਾ ਸੁਣਦਾ ਮੈਨੂੰ ਸ਼ਾਂਤੀ ਮਿਲਦੀ ਹੈ। ਪਵਿੱਤਰ ਰੂਹ ਕਿਸੇ ਨਾ ਕਿਸੇ 'ਤੇ ਸਵਾਰ ਹੋ ਕੇ ਆਉਂਦੀ ਹੈ, ਖਬਰੇ ਕਿਹੜੇ ਗੁਰਸਿੱਖ ਦੇ ਨਾਲ ਆ ਜਾਣਾ। ਉਹ ਮਸਕੀਨ ਜੀ ਨੇ ਉਹਨੂੰ ਸਵਾਲ ਕੀਤੇ, ਮਸਕੀਨ ਜੀ ਫਾਰਸੀ ਦੇ ਵਿਦਵਾਨ ਸਨ, ਜਿਉਂ ਜਿਉਂ ਮਸਕੀਨ ਜੀ ਸਵਾਲ ਕਰਨ, ਉਹਨੇ ਫਾਰਸੀ ਵਿੱਚ ਉੱਤਰ ਦਿੱਤੇ ਸਾਰੇ। ਕਹਿਣ ਲੱਗੇ ਵੀ ਤੂੰ ਕਿਉਂ ਭਟਕਦਾ, ਤੇਰੀ ਰੂਹ ਕਿਉਂ ਭਟਕਦੀ ਹੈ? ਕਹਿੰਦੀ ਮਸਕੀਨ ਜੀ ਮੈਂ ਭਟਕਦਾ ਨਹੀਂ, ਮੈਂ ਸ਼ਾਂਤ ਹਾਂ, ਮੈਂ ਹਰਿਮੰਦਰ ਸਾਹਿਬ ਹੀ ਦਰਸ਼ਨ ਕਰਦਾ, ਬਹੁਤ ਰੂਹਾਂ ਹਨ ਜਿਹੜੀਆਂ ਮਹਾਰਾਜ ਦੇ ਚਰਨਾਂ 'ਚ ਆਉਂਦੀਆਂ,
ਗੁਰੂ ਘਰ ਵਿੱਚ ਇਕੱਲੇ ਸਿੱਖ ਜਾਂ ਹਿੰਦੂ ਨਹੀਂ, ਮੁਸਲਮਾਨਾਂ ਦੇ ਫਕੀਰ ਵੀ, ਵੱਡੇ ਵੱਡੇ ਕਰਾਮਾਤੀਏ ਪੀਰ ਵੀ, ਪਵਿੱਤਰ ਰੂਹਾਂ ਸਾਰੇ ਆਉਂਦੇ ਆ। ਕਹਿੰਦੇ ਸਾਂਝਾ ਦਰ ਹੈ ਬਾਬੇ ਨਾਨਕ ਦਾ, ਇਸ ਘਰ ਵਿੱਚ ਹਰ ਕੋਈ ਆਉਂਦਾ। ਕਹਿੰਦੇ ਮੈਨੂੰ ਪਵਿੱਤਰ ਮਾਂ ਦੀ ਕੁੱਖ ਨਹੀਂ ਅਜੇ ਮਿਲ ਰਹੀ, ਇੱਕ ਜਨਮ ਮੇਰਾ ਅਜੇ ਹੋਰ ਹੈ। ਜਿੱਦਣ ਪਵਿੱਤਰ ਮਾਂ ਦੀ ਕੁੱਖ ਮਿਲ ਗਈ ਨਾ, ਪਵਿੱਤਰ ਮਾਂ ਦੀ, ਉੱਦਣ ਮੇਰਾ ਜਨਮ ਹੋਜੂ, ਚਾਹੇ ਸਿੱਖਾਂ ਦੇ ਘਰ 'ਚ ਹੋ ਜੇ ਚਾਹੇ ਕਿਸੇ ਹੋਰ ਦੇ ਹੋ ਜੇ, ਫਿਰ ਉਹ ਜਨਮ ਲੈ ਕੇ ਭਗਤੀ ਕਰਕੇ ਮੈਂ ਮੁਕਤ ਹੋ ਜਾਣਾ, ਪਰ ਇੱਕ ਜਨਮ ਮੈਂ ਦੁਬਾਰਾ ਮਨੁੱਖੀ ਜਾਮੇ 'ਚ ਆਉਣਾ। ਸਾਧ ਸੰਗਤ ਜੀ, ਇਹ ਮਸਕੀਨ ਜੀ ਨੇ ਆਪਣੇ ਮੁਖਾਰਬਿੰਦ ਤੋਂ ਬਚਨ ਸੁਣਾਏ। ਸੋ ਇਹ ਪਤਾ ਨਹੀਂ ਵਾਹਿਗੁਰੂ ਦੀਆਂ ਇਹ ਮਹਾਨ ਪਵਿੱਤਰ ਰੂਹਾਂ, ਇੱਥੇ ਤਾਂ ਸ਼ਹੀਦਾਂ ਦੇ ਇਸ ਅਸਥਾਨ 'ਤੇ ਸਾਡੇ ਸੱਜੇ ਪਾਸੇ ਨੌਵੇਂ ਪਾਤਸ਼ਾਹ ਜੀ ਦਾ ਖੂਹ ਲਵਾਇਆ ਆਪਣੇ ਹੱਥੀਂ। ਪੰਜ ਖੂਹ ਹਨ ਸਾਧ ਸੰਗਤ ਜੀ ਅਨੰਦਪੁਰ ਸਾਹਿਬ 'ਚ। ਜਦੋਂ ਰਾਜਾ ਤਾਰਾ ਚੰਦ ਤੋਂ ਮਹਾਰਾਜੇ ਨੇ ਧਰਤੀ 1,57,000 ਚ ਮੁੱਲ ਖਰੀਦੀ, ਪਹਿਲਾਂ ਖੂਹ ਲਵਾਏ। ਇੱਕ ਜੀ ਭੋਰਾ ਸਾਹਿਬ, ਜਿਹੜਾ ਜਿਸ ਵਿੱਚੋਂ ਮਹਾਰਾਜ ਨੇ ਅਜਮਤ ਵਿਖਾ ਕੇ ਮਸੰਦਾਂ ਨੂੰ ਸਾੜਿਆ ਸੀ, ਉਹ ਵੀ ਮਹਾਰਾਜ ਦਾ ਲਵਾਇਆ। ਦੂਜਾ ਚੋਈ ਬਾਜ਼ਾਰ ਵਿੱਚ ਹੈ, ਤੀਜਾ ਸ਼ਹੀਦੀ ਬਾਗ ਵਿੱਚ ਹੈ, ਚੌਥਾ ਰਾਗੀ ਬਾਗ ਵਿੱਚ ਹੈ, ਪੰਜਵਾਂ ਇੱਥੇ ਹੈ ਇਸ ਅਸਥਾਨ 'ਤੇ ਆ ਸਾਹਮਣੇ। ਪੰਜਵਾਂ ਖੂਹ ਮਹਾਰਾਜ ਸਾਹਿਬ ਦਾ ਸੱਜੇ ਹੱਥ ਹੈ, ਛੋਟੀ ਇੱਟ ਦਾ, ਔਰ ਗੁਰੂ ਸਾਹਿਬ ਨੇ, ਮਾਮਾ ਕਿਰਪਾਲ ਚੰਦ ਜੀ ਨੇ, ਭਾਈ ਗੁਰਦਿੱਤਾ ਬਾਬਾ ਬੁੱਢਾ ਜੀ ਦੀ ਛੇਵੀਂ ਥਾਂ 'ਤੇ, ਜਿਨ੍ਹਾਂ ਨੇ ਅਨੰਦਪੁਰ ਸਾਹਿਬ ਦੀ ਮੋਢੀ ਗੱਡੀ, ਮਾਤਾ ਗੁਜਰੀ ਜੀ, ਧੰਨ ਮਾਤਾ ਨਾਨਕੀ ਜੀ ਮਹਾਰਾਜ, ਇੱਥੇ ਚਰਨ ਪਾਏ ਨਾ ਖੂਹਾਂ ਦਾ, ਜਦੋਂ ਮਹਾਰਾਜ ਨੇ ਸੰਗਤਾਂ ਨੂੰ ਜਲ ਛਕਣ ਵਾਸਤੇ ਬਖਸ਼ਿਆ। ਔਰ ਇੱਥੇ ਜਿਹੜੇ ਸਿੰਘ ਸ਼ਹੀਦ ਹੁੰਦੇ, ਕੁਝ ਸਿੰਘਾਂ ਦੇ ਸਰੀਰਾਂ ਦੇ ਸੰਸਕਾਰ ਸ਼ਹੀਦੀ ਬਾਗ, ਕੁਝ ਸਿੰਘਾਂ ਦੇ ਸੰਸਕਾਰ ਇਸ ਅਸਥਾਨ 'ਤੇ ਵੀ ਹੁੰਦੇ ਰਹੇ ਕਲਗੀਧਰ ਦੇ ਸਮੇਂ ਮਹਾਰਾਜ ਦੇ ਜੰਗਾਂ ਯੁੱਧਾਂ ਵਿੱਚ। ਇਹ ਸਾਧ ਸੰਗਤ ਜੀ ਸ਼ਹੀਦਾਂ ਦੀਆਂ ਪਵਿੱਤਰ ਧਰਤੀਆਂ ਅਨੰਦਪੁਰ ਸਾਹਿਬ, ਇਸ ਕਰਕੇ ਇੱਥੇ ਬੜੇ ਭੈ ਭਾਵਨਾ ਅਦਬ ਨਾਲ ਹਾਜ਼ਰੀ ਭਰਨੀ ਹੈ। ਪਤਾ ਨਹੀਂ ਸਾਡਾ ਕਿੱਦਾਂ ਮਹਾਰਾਜ ਨੇ ਪਾਰ ਉਤਾਰਾ ਕਰ ਦੇਣਾ, ਕਿਹੜੀ ਮਹਾਨ ਆਤਮਾ ਇੱਥੇ ਆ ਗਈ ਜਿਹਦੀ ਸ਼ੋਹ ਮਿਲ ਗਈ, ਸਾਡਾ ਭਲਾ ਹੋ ਜਾਣਾ। ਇਹ ਬਚਨ ਸ਼ਰਧਾਵਾਨਾਂ ਲਈ ਹੈ, ਨਾਸਤਕਾਂ ਲਈ ਤਾਂ ਰੱਬ ਦੀ ਵੀ ਕੋਈ ਹੋਂਦ ਨਹੀਂ, ਅਤੇ ਸਾਨੂੰ ਮਹਾਰਾਜ ਐਸੇ ਮਨਮੁਖਾਂ ਤੋਂ ਬਚਾ ਕੇ ਰੱਖੇ। ਕਬੀਰ ਸਾਗ ਸੰਗ ਨਾ ਕੀਜੀ ਹੈ ਦੂਰੋਂ ਜਾਈਏ ਭਾਗ, ਭੱਜ ਜਾਓ ਕਹਿੰਦੇ ਸਾਗਤ ਕੋਲੇ ਨਾ ਖੜੋ, ਹੋਰ ਕਿਤੋਂ ਨਾ ਭੱਜੋ ਪਰ ਸਾਗਤ ਦੇ ਕੋਲੋਂ ਭੱਜ ਕੇ ਦੌੜ ਕੇ ਨੱਠ ਜਾਓ ਕਹਿੰਦੇ, ਤੇਜ਼ ਦੌੜ ਲਾ ਕੇ ਨਿਕਲ ਜਾਓ, ਛੂਟਾਂ ਹੀ ਵੱਟ ਦਿਓ ਕਹਿੰਦੇ, ਸਾਗਤ ਕੋਲੇ ਨਾ ਖੜੋ ਕਦੇ ਵੀ। ਇਸ ਕਰਕੇ ਸਾਧ ਸੰਗਤ ਦੀ ਕਥਾ ਵਿਚਾਰ ਕਰਦੇ ਹੋਈਆਂ ਭੁੱਲਾਂ ਚੁੱਕਾਂ ਖਿਮਾ ਕਰਨੀਆਂ, ਇਤਨੀ ਹਾਜ਼ਰੀ ਪ੍ਰਵਾਨ ਕਰਨੀ ਸਾਰਿਆਂ ਦਾ, ਜਥੇਦਾਰ ਭਾਈ ਸੁਖਦੇਵ ਸਿੰਘ ਜੀ ਦਾ, ਜਿੰਨੀਆਂ ਸੰਗਤਾਂ ਆਪਣੇ ਚੁਗਾਵਿਆਂ ਦੇ ਇਲਾਕੇ ਵਿੱਚੋਂ, ਜਗਰਾਉਂ ਦੇ ਇਲਾਕੇ ਵਿੱਚੋਂ, ਚੁਗਾਵਾਂ ਨਗਰ ਹੈ ਔਰ ਇਸੇ ਤਰ੍ਹਾਂ ਇਰਦ ਗਿਰਦ ਦੇ ਨਗਰ, ਉਹ ਵੀ ਵੱਡਾ ਭਾਰੀ ਲੰਗਰ, ਹਰਚੋਵਾਲ ਦੀ ਸੰਗਤ, ਮਾੜੀ ਬੁੱਚੀਆਂ ਦੀ ਸੰਗਤ, ਬੂੜੇ ਨੰਗਲ ਆਦੋਵਾਲੀ ਦੀ ਸੰਗਤ, ਜੋੜਿਆਂ ਦੀ ਸੇਵਾ, ਮਹਾਂਪੁਰਖਾਂ ਦੇ ਖਾਲਸਾ ਹੋਸਪਿਟਲ ਦੇ ਵੱਲੋਂ ਸਾਰੇ ਡਾਕਟਰ ਭਾਈ ਮਨਜੀਤ ਸਿੰਘ ਦੀ ਦਵਾਈਆਂ ਬੂਟੀਆਂ ਦੀ ਫਰੀ ਸੇਵਾ ਸੰਗਤਾਂ ਲਈ ਕਰ ਰਹੇ ਆ, ਮੈਡੀਕਲ ਕੈਂਪ ਲਾਇਆ, ਨਿਗਰਾਉਂ ਦੇ ਇਲਾਕੇ ਦੀ ਸੰਗਤ ਦਾ ਇੱਧਰ ਲੰਗਰ ਲੱਗਾ, ਮਲਕ ਦੀ ਸੰਗਤ ਰੋਹ ਛਕਾ ਰਹੀ ਹੈ, ਗੰਨੇ ਦਾ ਰਸ, ਬਹੁਤ ਸੇਵਾਵਾਂ ਹੋ ਰਹੀਆਂ, ਸਭ ਦਾ ਹੀ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਖਿਮਾ ਕਰਨੀ ਆ। ਕੱਲ੍ਹ ਨੂੰ ਅੰਮ੍ਰਿਤ ਸੰਚਾਰ ਹੋ ਰਿਹਾ ਇਸੇ ਅਸਥਾਨ ਦੇ ਉੱਤੇ,
12 ਵਜੇ ਅੰਮ੍ਰਿਤ ਦਾ ਬਾਟਾ ਸ਼ੁਰੂ ਹੋ ਜਾਏਗਾ। ਅੰਮ੍ਰਿਤ ਵਿਲਾਖੀਓ, ਮਨ ਬਣਾਓ, ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੋ, ਆਪਣਾ ਜੀਵਨ ਸਫਲ ਕਰੋ। ਸਾਰੀਆਂ ਸੰਗਤਾਂ ਦਾ ਧੰਨ ਮਹਾਂਪੁਰਖ ਬਾਬਾ ਜਵਾਹਰ ਦਾਸ ਜੀ ਨਗਰ ਸੂਸ, ਜਿਸ ਅਸਥਾਨ ਦੀ ਸੇਵਾ ਉਸ ਨਗਰ ਦੀ ਸੰਗਤ ਨੇ ਜਥੇਬੰਦੀ ਦਮਦਮੀ ਟਕਸਾਲ ਨੂੰ ਬਖਸ਼ਿਸ਼ ਕੀਤੀ ਹੈ, ਉਸੇ ਨਗਰ ਤੋਂ ਜਿਹੜੇ ਸਿੰਘ ਬਹੁਤ ਸੇਵਾ ਕਰ ਰਹੇ ਹੈ, ਉਹ ਵੀ ਭਾਈ ਰਵਿੰਦਰਪਾਲ ਸਿੰਘ ਜੀ ਰਾਜੂ, ਮਾਸਟਰ ਸੁਖਵਿੰਦਰ ਸਿੰਘ ਜੀ ਸੂਸ ਨਗਰ ਤੋਂ ਪਹੁੰਚੇ ਹੈ। ਲੋਹਗੜ੍ਹ ਕਿਲ੍ਹੇ ਨੂੰ ਜਾਂਦਿਆਂ ਰਸਤੇ ਵਿੱਚ ਉਹਨਾਂ ਮਹਾਂਪੁਰਖਾਂ ਦੀ ਯਾਦ ਵਿੱਚ ਉੱਥੇ ਵੀ ਲੰਗਰ ਸਾਰੇ ਨਗਰ ਵੱਲੋਂ ਜਥੇਬੰਦੀ ਵੱਲੋਂ ਚਲਾਏ ਜਾ ਰਹੇ ਹੈ। ਸਰਪੰਚ ਸਾਹਿਬ ਅਮਰ ਸਿੰਘ ਜੀ ਮਧਰਾ, ਭਾਈ ਪਿਰਥਾ ਸਿੰਘ ਜੀ ਜਿਨ੍ਹਾਂ ਨੇ ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਦੇ ਨਾਲ ਲੰਮਾ ਸਮਾਂ ਸੇਵਾ ਕੀਤੀ, ਜਥੇਦਾਰ ਬਾਬਾ ਕਿਰਪਾ ਸਿੰਘ ਜੀ, ਭਾਈ ਪਰਮਜੀਤ ਸਿੰਘ ਜੀ ਜੋ ਲਾਈਵ ਕਰ ਰਹੇ ਆ, ਦੂਸਰੇ ਚੈਨਲਾਂ ਵਾਲੇ ਵੀ ਲਾਈਵ ਕਰ ਰਹੇ ਆ, ਸਭ ਦਾ ਹੀ ਬਹੁਤ ਬਹੁਤ ਧੰਨਵਾਦ। ਬੀਬੀ ਹਰਜੀਤ ਕੌਰ ਜੀ ਕਨੇਡਾ ਤੋਂ ਆਏ ਆ, ਉਹਨਾਂ ਦਾ ਵੀ ਧੰਨਵਾਦ। ਸਾਰੀਆਂ ਸੰਗਤਾਂ ਦਾ ਧੰਨਵਾਦ। ਭੁੱਲਾਂ ਚੁੱਕਾਂ ਖਿਮਾ ਕਰਨੀਆਂ, ਸ਼ਾਸਤਰਾਂ ਕੋ ਪਠੈ ਜੋ ਸੋ ਇਨ ਕੇ ਨਾਮੂ, ਵਿਦਿਆ ਧਰ ਪਾਖਤ ਸਕਲ ਬਿਲ ਸਤਿ ਅਬਰਾਮੂ। ਵਾਹਿਗੁਰੂ ਜੀ ਕਾ ਖਾਲਸਾ।